ਇਹਨਾਂ ਦੇ ਸੁੱਚਾ ਸਿੰਘ ਦੇ ਜਿਹੜੇ ਫੁੱਲ ਸੀ ਨਾ ਜੀ ਇਹ ਸੰਮਤ 1973 ਦੇ ਵਿੱਚ ਪਾਏ ਨੇ ਹਰਦੁਆਰ ਫੁੱਲ ਪਾਏ ਗਏ ਨੇ ਜੀ ਇਹ ਬੰਗਾ ਸਿੰਘ ਤੇ ਨਰਾਇਣ ਸਿੰਘ ਉਹਨਾਂ ਦੇ ਫੁੱਲ ਪਾ ਕੇ ਆਏ ਨੇ ਦੇ ਉਸ ਵਕਤ ਜਿਹੜੀ ਨਰਾਇਣ ਸਿੰਘ ਨੇ ਚਿੱਠੀ ਲਿਖਵਾਈ ਸੀ ਇਹਨਾਂ ਦੇ ਬਜ਼ੁਰਗਾਂ ਤੋਂ ਲਿਖਵਾਈ ਸੀ ਸਾਹਮਣੇ ਚੌਂਕੜੀ ਤੇ ਸੀਗਾ ਉਹ ਗੰਨਾ ਚੂਪਦਾ ਸੀਗਾ ਇਹਦੋਂ ਦੇਖਿਆ ਨਹੀਂ ਗਿਆ ਫਿਰ ਇਹਨੇ ਫਾਇਰ ਮਾਰ ਕੇ ਮਾਰਤਾ ਤੁਹਾਡੇ ਦਾਦੀ ਜੀ ਮੇਰਾ ਖਿਆਲ ਨਰਾਇਣ ਸਿੰਘ ਨੂੰ ਸੁੱਚੇ ਸੂਰਮੇ ਦੇ ਭਰਾ ਨੂੰ ਜਦੋਂ ਬਜ਼ੁਰਗ ਹੋ ਗਏ ਸੀ ਉਹ ਉਹਨਾਂ ਨੂੰ ਸਾਂਭਦੇ ਰਹੇ ਨੇ ਕਾਫੀ ਟਾਈਮ ਮੇਰੇ ਦਾਦਾ ਤੇ ਦਾਦੀ ਨੇ ਸਾਂਭੇ ਸੀ ਉਹ ਅੱਛਾ ਅੱਛਾ ਤੇ ਬਹੁਤ ਸੇਵਾ ਕੀਤੀ ਬਹੁਤ ਵਧੀਆ ਇਨਸਾਨ ਸੀਗੇ ਇਹ ਬਾਬਾ ਜੀ ਦੇ ਪਰਿਵਾਰ ਨੂੰ ਸੁੱਚਾ ਸਿੰਘ ਸੂਰਮਾ ਵੱਲੋਂ ਜਿਹੜੀ ਗੜਬੀ ਦਿੱਤੀ ਗਈ ਸੀ ਉਹ ਕਿਉਂ ਦਿੱਤੀ ਗਈ ਸੀ ਇਹ ਗਾਉਣ ਵਾਲਿਆਂ ਨੇ ਬਣਾ ਲਏ ਕੋਈ ਉਸ ਦਿਨ ਖਾੜਾ ਨਹੀਂ ਲੱਗਿਆ ਸੀਗਾ ਪਹਿਲਾਂ ਖਾੜੇ ਜਿਸ ਤਰ੍ਹਾਂ ਲੱਗਦੇ ਰਹਿੰਦੇ ਨੇ ਜੀ ਜੀ ਤੇ ਪਰ ਉਸ ਦਿਨ ਕੋਈ ਖਾੜਾ ਨਹੀਂ ਲੱਗਿਆ ਸੀ ਵੀਰੋ ਨੂੰ ਘਰੇ ਆ ਕੇ ਮਾਰਿਆ ਨੇ ਪਰ ਉਹਨੂੰ ਵੀਰੋ ਨੂੰ ਮਾਰ ਕੇ ਘੜੀਸ ਕੇ ਸੱਥ 'ਚ ਲੈ ਕੇ ਗਿਆ ਦੋਨੋਂ ਜਣਿਆਂ ਦੀ ਇੱਕੋ ਚਾਦਰਾ ਪਾਇਆ ਨੇ ਨੇ ਫਿਰ ਉਹ ਤੇ ਫਾਇਰ ਮਾਰਿਆ ਜਦੋਂ ਉਹਦੇ ਗਿੱਟੇ 'ਚ ਫਾਇਰ ਲੱਗਿਆ ਜੀ ਤੇ ਇੱਕ ਕੋਡ ਵਾਰਡ ਨੰਬਰ ਦਿੱਤਾ ਹੋਇਆ ਸੀ ਅੱਛਾ ਵੀ ਜਦੋਂ ਮੈਨੂੰ ਫਾਂਸੀ ਦੇਣਗੇ ਤੂੰ ਮੇਰਾ ਅਸਲਾ ਲੈ ਆਈ ਮੇਰੇ ਕੋਲ ਕਹਿਣ ਦਾ ਭਾਵ ਗੱਲ ਇਹ ਆ ਵੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਕਿਸੇ ਟਾਈਮ ਸੋਚਾ ਤੇ ਨਰਾਇਣ ਇੱਥੇ ਵਸਦੇ ਨੇ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਡੇਲੀ ਆਵਾਜ਼ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਿੱਟੂ ਚੱਕਵਾਲਾ ਅਤੇ ਤੁਸੀਂ ਵੇਖ ਰਹੇ ਹੋ ਡੇਲੀ ਆਵਾਜ਼ ਪੰਜਾਬ ਨੇ ਸਮੇਂ-ਸਮੇਂ ਤੇ ਸੂਰਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ ਪੰਜਾਬ ਦਾ ਜੱਗਾ ਡਾਕੂ ਸੁੱਚਾ ਸੂਰਮਾ ਜਿਉਣਾ ਮੌੜ ਅਕਸਰ ਪੰਜਾਬ ਦੀਆਂ ਲੋਕ ਕਥਾਵਾਂ ਜਿਹੜੀਆਂ ਲੋਕਾਂ ਦੇ ਵਿੱਚ ਜਾਣੀਆਂ ਜਾਂਦੀਆਂ ਨੇ ਅੱਜ ਅਸੀਂ ਪੁੱਜੇ ਹੋਏ ਹਾਂ ਮਾਲਵੇ ਦੀ ਧਰਤੀ ਪੰਜਾਬ ਦੇ ਮਸ਼ਹੂਰ ਪਿੰਡ ਸਮਾਉਂ ਦੇ ਵਿੱਚ ਸਮਾਉਂ ਦਾ ਸੁੱਚਾ ਸੂਰਮਾ ਸੁੱਚਾ ਸਿੰਘ ਸੂਰਮਾ ਜਿੱਥੇ ਲੋਕ ਨਾਇਕ ਬਣਿਆ ਲੋਕ ਉਸ ਨੂੰ ਪਿਆਰ ਕਰਦੇ ਨੇ ਸੁੱਚਾ ਸਿੰਘ ਸੂਰਮਾ ਆਪਣੇ ਸਮੇਂ ਦੇ ਵਿੱਚ ਇੱਕ ਮਹਾਨਾਇਕ ਕਿਵੇਂ ਬਣ ਕੇ ਉੱਭਰਦਾ ਹੈ ਸੁੱਚਾ ਸਿੰਘ ਸੂਰਮਾ ਨੂੰ ਸੂਰਮਾ ਕਿਵੇਂ ਖਿਤਾਬ ਦਿੰਦੇ ਨੇ ਲੋਕ ਸੁੱਚਾ ਸਿੰਘ ਦੇ ਪਿੰਡ ਦੇ ਵਿੱਚ ਹਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਸੁੱਚਾ ਸਿੰਘ ਸੂਰਮਾ ਦੀ ਕਹਾਣੀ ਕੀ ਹੈ ਕਿਉਂਕਿ ਲੋਕ ਗੀਤਾਂ ਦੇ ਵਿੱਚ ਭਾਵੇਂ ਉਹ ਕੁਲਦੀਪ ਮਾਨਕੁਰਾਂ ਦੀ ਗੱਲ ਹੋਵੇ ਮੁਹੰਮਦ ਸਦੀਕ ਅਤੇ ਹੋਰ ਵੀ ਨਵੇਂ ਬਹੁਤ ਸਾਰੇ ਗਾਇਕਾਂ ਨੇ ਉਹਨਾਂ ਨੂੰ ਗਾਇਆ ਜੋਗਰਾਜ ਗੁੱਗੂ ਗਿੱਲ ਹੋਣਾ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਚਿਤਰਨ ਪੇਸ਼ ਕੀਤਾ ਗਿਆ ਪੰਜਾਬ ਦੀਆਂ ਫਿਲਮਾਂ ਅਤੇ ਲੋਕ ਗੀਤਾਂ ਦੇ ਵਿੱਚ ਸੁੱਚਾ ਸਿੰਘ ਸੂਰਮਾ ਬਾਰੇ ਜੋ ਪੇਸ਼ ਕੀਤਾ ਗਿਆ ਪਿੰਡ ਵਾਸੀ ਉਸ ਗੱਲ ਨਾਲ ਸਹਿਮਤ ਨਹੀਂ ਨੇ ਸੁੱਚੇ ਸੂਰਮੇ ਦੀ ਅਸਲ ਕਹਾਣੀ ਕੀ ਹੈ ਸੁੱਚਾ ਕਿਵੇਂ ਇੰਨੇ ਕਤਲ ਕਰਦਾ ਕਿਵੇਂ ਕਤਲ ਮਾਫ਼ ਹੁੰਦੇ ਨੇ ਕਿਵੇਂ ਸੁੱਚੇ ਸੂਰਮੇ ਨੂੰ ਫਾਂਸੀ ਲੱਗਦੀ ਹੈ ਸੁੱਚੇ ਸੂਰਮੇ ਦੇ ਪਰਿਵਾਰ ਵਾਲਾ ਪਿੰਡ ਵਿੱਚ ਅੱਜ ਕੱਲ੍ਹ ਕੌਣ ਵੱਸਦਾ ਹੈ ਪੂਰੀ ਕਹਾਣੀ ਜਾਣਨ ਦੇ ਲਈ ਤੁਸੀਂ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ 'ਚ ਜੁੜੇ ਰਹਿਣਾ ਸੁੱਚਾ ਸਿੰਘ ਸੂਰਮਾ ਦੀ ਯਾਦਗਾਰ ਤੇ ਉਹਨਾਂ ਦੀ ਸਮਾਧ ਤੇ ਬੈਠੇ ਹਾਂ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੈਂ ਤੁਹਾਨੂੰ ਸਾਰਿਆਂ ਦੇ ਰੂਬਰੂ ਕਰਵਾ ਦਿਆਂ ਸਰਦਾਰ ਮੇਜਰ ਸਿੰਘ ਜੀ ਇਸ ਪ੍ਰੋਗਰਾਮ 'ਚ ਹਾਜ਼ਰ ਰਹਿਣਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਤੇ ਬਾਬਾ ਗੋਰਾ ਜੀ ਵੀ ਇਸ ਪ੍ਰੋਗਰਾਮ 'ਚ ਸਾਡੇ ਨਾਲ ਇਸ ਗੱਲਬਾਤ ਨੂੰ ਕਰਨ ਦੇ ਲਈ ਹਾਜ਼ਰ ਰਹਿਣਗੇ ਅਤੇ ਸਰਦਾਰ ਸੁੱਚਾ ਸਿੰਘ ਸੂਰਮਾ ਦੇ ਜਿਹੜੇ ਪਰਿਵਾਰ 'ਚੋਂ ਅੰਸ ਵੰਸ 'ਚੋਂ ਅੱਗੇ ਉਹਨਾਂ ਦੀ ਜ਼ਮੀਨ ਜਾਇਦਾਦ ਅਤੇ ਜਿਹੜੇ ਆਪਣੇ ਅੱਗੇ ਅਜੀਵਕਾ ਕਮਾ ਰਹੇ ਨੇ ਉਹਨਾਂ ਦੇ ਅੰਸ ਵੰਸ ਦੇ ਵਿੱਚੋਂ ਬਾਈ ਗੁਰਪਿਆਰ ਸਿੰਘ ਜਵੰਦਾ ਉਹਨਾਂ ਦੇ ਪਰਿਵਾਰ 'ਚੋਂ ਨੇ ਇਹ ਨੌਜਵਾਨ ਇੱਥੇ ਸਾਡੇ ਨਾਲ ਇਹ ਵੀ ਹਾਜ਼ਰ ਰਹਿਣਗੇ ਅਤੇ ਬਾਬਾ ਮਿੱਠਾ ਸਿੰਘ ਮੇਰੇ ਬਿਲਕੁਲ ਇੱਧਰਲੇ ਪਾਸੇ ਬੈਠੇ ਨੇ ਜਿਨ੍ਹਾਂ ਦੇ ਹੱਥ 'ਚ ਗੜਬੀ ਹੈ ਇਹ ਬਾਬਾ ਜੀ ਦੇ ਪਰਿਵਾਰ ਨੂੰ ਸੁੱਚਾ ਸਿੰਘ ਸੂਰਮਾ ਵੱਲੋਂ ਜਿਹੜੀ ਗੜਬੀ ਦਿੱਤੀ ਗਈ ਸੀ ਉਹ ਕਿਉਂ ਦਿੱਤੀ ਗਈ ਸੀ ਇਹ ਗੜਬੀ ਕਿਵੇਂ ਕੀ ਇਤਿਹਾਸ ਉਹ ਵੀ ਗੱਲਾਂ ਬਾਤਾਂ ਆਪਾਂ ਕਰਾਂਗੇ ਅਤੇ ਨਾਲ ਸਰਦਾਰ ਲਾਲ ਸਿੰਘ ਪੰਚ ਬੈਠੇ ਨੇ ਅਤੇ ਉਹਨਾਂ ਦੇ ਨਾਲ ਗੁਰਚਰਨ ਸਿੰਘ ਸਾਡੇ ਬਿਲਕੁਲ ਪਿਛਲੇ ਪਾਸੇ ਜਿਹੜੇ ਨੌਜਵਾਨ ਬੈਠੇ ਨੇ ਉਹਨਾਂ ਦੇ ਨਾਲ ਬੈਠੇ ਨੇ ਅਤੇ ਗੁਰਦੇਵ ਸਿੰਘ ਬਾਬਾ ਉਹ ਵੀ ਪਿੱਛੇ ਬੈਠੇ ਨੇ ਆਪਾਂ ਸਾਰੀ ਗੱਲਬਾਤ ਸਾਰਿਆਂ ਦੇ ਨਾਲ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੁੱਚਾ ਸਿੰਘ ਸੂਰਮਾ ਦਾ ਇਤਿਹਾਸ ਕੀ ਹੈ ਅਤੇ ਮਿਥਿਹਾਸ ਕੀ ਹੈ ਕਿਹੜੀਆਂ ਗੱਲਾਂ ਸੁਣੀਆਂ ਸੁਣਾਈਆਂ ਨੇ ਕਿਹੜੀਆਂ ਗੱਲਾਂ ਇਤਿਹਾਸਕ ਪੱਖ ਤੋਂ ਸਹੀ ਨੇ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਰਦਾਰ ਮੇਜਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਤੁਸੀਂ ਇਤਿਹਾਸ ਨੂੰ ਬਹੁਤ ਫਰੋਲਦੇ ਹੋ ਬੜਾ ਦੂਰ ਤੱਕ ਬਾਚਦੇ ਹੋ ਤੁਹਾਡੇ ਤੋਂ ਸ਼ੁਰੂ ਕਰਾਂਗਾ ਅਤੇ ਸੁੱਚਾ ਸਿੰਘ ਸੂਰਮਾ ਦਾ ਜੇ ਵੇਖੀਏ ਜਨਮ ਕਦੋਂ ਹੁੰਦਾ ਕੀ ਉਹ ਇਸੇ ਪਿੰਡ ਦੇ ਵਾਸੀ ਸੀਗੇ ਸਮਾਉਂਦੇ ਕੀ ਗੋਤ ਹੈ ਕਿੰਨੀ ਕੁ ਜਾਣਕਾਰੀ ਤੁਸੀਂ ਉਸ ਵਕਤ ਬਾਬਤ ਇਕੱਠੀ ਕੀਤੀ ਹੈ
ਜੋ ਬਾਬਾ ਸੁੱਚਾ ਸਿੰਘ ਜੀ ਜਿਨ੍ਹਾਂ ਨੂੰ ਅੱਜ ਆਪਾਂ ਬਾਬਾ ਜੀ ਦੇ ਨਾਂ ਤੇ ਜੀ ਜੀ ਕਹਿੰਦੇ ਹਾਂ, ਸੁੱਚਾ ਸਿੰਘ ਜੀ ਦਾ ਜਨਮ ਪਿੰਡ ਸਮਾਉਂ ਵਿਖੇ ਹੀ ਹੋਇਆ। ਅੱਛਾ ਜੀ। ਹਾਂਜੀ, ਉਹਨਾਂ ਨੂੰ ਬਚਪਨ ਦੇ ਵਿੱਚ ਜਿਹੜਾ ਉਹਨਾਂ ਦਾ ਨਾਂ ਸੀ ਨਾ, ਉਹ ਗੋਦੜੀਆ ਕਹਿੰਦੇ ਹੁੰਦੇ ਉਹਨਾਂ ਨੂੰ। ਬਚਪਨ ਦਾ ਨਾਂ ਵੀ ਤੁਹਾਨੂੰ ਦੱਸ ਦਈਏ ਵੀ ਜਿਵੇਂ ਆਪਾਂ ਲਾਡ ਵਜੋਂ ਜਿਵੇਂ ਪਿੰਡ ਚ ਆਮ ਆਪਾਂ ਜਿਵੇਂ ਆਪਾਂ ਪਿਆਰ ਦਾ ਨਾਂ ਰੱਖਿਆ। ਹਾਂ ਜੀ, ਸੁੱਚਾ ਸਿੰਘ ਇਸੇ ਪਿੰਡ ਦੇ ਜੰਮਪਲ ਨੇ। ਅੱਛਾ। ਸੁੱਚਾ ਸਿੰਘ ਤੇ ਨਰੈਣ ਸਿੰਘ ਦੋ ਭਰਾ ਸੀ ਜੀ ਜੀ। ਮਾਤਾ ਦਾ ਨਾਂ ਭਾਗ ਕੌਰ ਸੀ ਅਤੇ ਪਿਤਾ ਦਾ ਨਾਂ ਅਤਰ ਸਿੰਘ ਸੀ ਜੀ ਜੀ। ਬਾਬੇ ਦਾ ਨਾਂ ਕੌਰ ਸਿੰਘ ਸੀ ਅਤੇ ਦਾਦੇ ਦਾ ਨਾਂ ਦਿਆਲ ਸਿੰਘ ਸੀ। ਕੀ ਬਾਤ ਹੈ, ਮਤਲਬ ਪੂਰੀ ਪੀੜ੍ਹੀ ਨਾਮਾ ਤੁਸੀਂ ਜਿਹੜਾ ਉਹ ਕੱਢ ਰੱਖਿਆ। ਹਾਂ ਜੀ ਜੀ, ਇਹ ਰਿਕਾਰਡ ਅਸੀਂ ਹਰਿਦੁਆਰ ਤੋਂ ਫਰੋਲਿਆ ਜੀ। ਅੱਛਾ ਜੀ। ਹਾਂ ਜੀ, ਸੁੱਚੇ ਸਿੰਘ ਜੀ ਦਾ ਜਿਹੜਾ ਤਾਇਆ ਸੀ ਜੀ ਜੀ ਜੀ, ਤਾਏ ਜੀ ਦਾ ਨਾਂ ਕਰਨਾ ਸਿੰਘ ਸੀਗਾ। ਅੱਛਾ। ਤੇ ਮਾਨ ਸਿੰਘ ਸੀ। ਅੱਛਾ। ਮਾਨ ਸਿੰਘ ਦੇ ਅੱਗੇ ਸਾਨੂੰ ਬੇਟਿਆਂ ਦਾ ਵੀ ਪਤਾ ਹੈ। ਅੱਛਾ ਜੀ। ਮਾਨ ਸਿੰਘ ਦਾ ਬੇਟਾ ਫਤਿਹ ਸਿੰਘ ਸੀ ਜੀ, ਧਿਆਨ ਸਿੰਘ ਸੀਗਾ ਜੀ, ਜੈਮਲ ਸਿੰਘ ਸੀ। ਅੱਛਾ। ਤੇ ਜਵਾਹਰ ਸਿੰਘ ਸੀ ਜੀ ਜੀ, ਇਹ ਮਤਲਬ ਉਹਨਾਂ ਦਾ ਪਰਿਵਾਰ ਸੀ। ਅੱਛਾ ਜੀ। ਚਲੋ ਹੁਣ ਆਪਾਂ ਉਸ ਗੱਲ 'ਤੇ ਆਉਂਦੇ ਹਾਂ, ਇਹ ਤਾਂ ਹੋ ਗਿਆ ਉਹਨਾਂ ਦਾ ਜਿਹੜਾ ਪੀੜ੍ਹੀ ਨਾਮਾ ਜਿਵੇਂ ਕੁਰਸੀ ਨਾਮਾ ਕਹਿ ਲਈਏ ਅੱਗੇ ਦੇ ਅੱਗੇ ਉਹਨਾਂ ਦੇ ਚਾਚੇ ਤਾਇਆਂ 'ਚੋਂ ਬਜ਼ੁਰਗਾਂ 'ਚੋਂ। ਹਾਂਜੀ। ਸੁੱਚਾ ਸਿੰਘ ਅਤੇ ਨਰੈਣ ਸਿੰਘ ਦੋ ਭਰਾ ਸੀਗੇ ਜੀ। ਸੁੱਚਾ ਸਿੰਘ ਅਤੇ ਨਰੈਣ ਸਿੰਘ ਦੋ ਭਰਾ ਸੀਗੇ ਜੀ, ਇਹ ਦੋਨੋਂ ਉਰੇ ਰਹਿੰਦੇ ਸੀ ਜੀ, ਇਸੇ ਨਗਰ 'ਚ। ਹਾਂਜੀ, ਇਸੇ ਨਗਰ ਦੇ ਵਿੱਚ ਰਹਿੰਦੇ ਸੀ। ਜੋ ਇਹਨਾਂ ਦੇ ਤਾਇਆ ਜੀ ਦੇ ਮੈਂ ਦੱਸਿਆ, ਉਹ ਗਹਿਰੀ ਭਾਗੀ ਰਹਿੰਦਾ ਸੀ ਉਹ ਪਰਿਵਾਰ। ਅੱਛਾ, ਉਹ ਪਰਿਵਾਰ ਗਹਿਰੀ ਭਾਗੀ ਜਾ ਕੇ, ਪਰਿਵਾਰ ਗਹਿਰੀ ਭਾਗੀ ਰਹਿੰਦਾ ਜਿੱਥੇ ਜਾ ਕੇ ਸੁੱਚੇ ਸੂਰਮੇ ਨੂੰ ਫਾਂਸੀ ਲੱਗਦੀ। ਹਾਂ, ਸੁੱਚਾ ਸਿੰਘ ਅਤੇ ਨਰੈਣ ਸਿੰਘ ਇੱਥੇ ਪਿੰਡ ਦੇ ਵਿੱਚ ਹੀ ਰਹਿੰਦੇ ਸੀ। ਅੱਛਾ। ਅਤੇ ਇੱਧਰ ਬਾਈ ਹੁਣੀ ਬੈਠੇ ਨੇ, ਜਿਵੇਂ ਆਪਾਂ ਗੱਲਬਾਤ ਮੈਂ ਸ਼ੁਰੂ ਦੇ ਵਿੱਚ ਦੱਸੀ ਕਿ ਇਹ ਉਹਨਾਂ ਦੇ ਸੁੱਚਾ ਸਿੰਘ ਸੂਰਮਾ ਦੇ ਅੰਸ਼ ਵੰਸ਼ ਚੋਂ। ਹਾਂਜੀ, ਇਹਨਾਂ ਬਾਰੇ ਵੀ ਥੋੜ੍ਹਾ ਜਿਹਾ ਦੱਸੋ, ਫਿਰ ਆਪਾਂ ਬਾਈ ਨਾਲ ਗੱਲ ਕਰਾਂਗੇ। ਇਹ ਗਹਿਰੀ ਭਾਗੀ ਵਾਲੇ ਪਰਿਵਾਰ ਦੇ ਵਿੱਚੋਂ ਇੱਕ ਮਾਤਾ, ਜੋ ਅੱਜ ਬਜ਼ੁਰਗ ਹੋ ਗਏ ਆਪਾਂ ਮਾਤਾ ਕਹਿ ਦਿੰਦੇ ਹਾਂ, ਉਹ ਸੁਰਗਵਾਸ ਵੀ ਹੋ ਗਏ, ਚੰਦ ਕੌਰ ਸੀ। ਅੱਛਾ ਜੀ। ਉਹ ਸੇਰੋਂ ਵਿਆਹੀ ਹੋਈ ਸੀ, ਸੇਰੋਂ ਪਿੰਡ ਵਿਆਹੀ ਹੋਈ ਸੀ, ਸੁੱਚਾ ਸਿੰਘ ਦੇ ਗਹਿਰੀ ਵਾਲੇ ਪਰਿਵਾਰ ਦੇ ਵਿੱਚੋਂ, ਜੋ ਇਹਨਾਂ ਦਾ ਪਰਿਵਾਰ ਗਹਿਰੀ ਰਹਿੰਦਾ ਸੀ। ਸੇਰੋਂ ਵਾਲੇ ਉਹ ਚੰਦ ਕੌਰ ਬੁੜੀ ਦੀ ਜਿਹੜੀ ਕੁੜੀ ਸੀ, ਉਹ ਚੀਮੇ ਵਿਆਹੀ ਹੋਈ ਸੀ। ਅੱਛਾ। ਚੀਮੇ ਵੀ ਨੰਬਰਦਾਰ ਸੀਗਾ ਉਹ ਪਰਿਵਾਰ, ਮੁਖਤਿਆਰ ਸਿੰਘ ਨੂੰ ਵਿਆਹੀ ਹੋਈ ਸੀ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇਹ ਪਰਿਵਾਰ ਹੈ, ਇਹਨਾਂ ਦੇ ਬਾਪ ਹੋਰੇ ਚਾਰ ਭਰਾ ਸੀ, ਉਹ ਚਾਰੇ ਭਰਾਵਾਂ ਦੀ ਔਲਾਦ ਇੱਥੇ ਮਤਲਬ ਉਹਨਾਂ ਦੀ ਜਾਇਦਾਦ ਦੇ ਵਿੱਚ ਰਹਿੰਦੀ ਹੈ। ਅੱਛਾ। ਸੁੱਚਾ ਸਿੰਘ ਸੂਰਮਾ ਹੋਣਾ ਦੀ ਕਹਿੰਦੇ 60-65 ਕਿੱਲੇ ਜ਼ਮੀਨ ਸੀ, ਉਹ ਇਸੇ ਪਰਿਵਾਰ। ਹਾਂਜੀ, ਉਹ ਇਸੇ ਪਰਿਵਾਰ ਕੋਲ ਹੈ ਜੀ, ਇਹ ਚਾਰ ਘਰ ਨੇ, ਇਹ ਹੁਣ ਤਾਂ ਅੱਗੇ ਕਈ ਹੋ ਗਏ। ਹਾਂ, ਮਤਲਬ ਇਹਨਾਂ ਦੇ ਬਾਪ ਹੋਰੇ ਚਾਰ ਭਰਾ ਸੀ, ਚਾਰ ਭਰਾ ਇੱਥੇ ਆਏ ਸੀ। ਹਾਂ, ਇਹਨਾਂ ਦੇ ਬਾਪ ਹੋਰੇ ਚਾਰੇ ਭਰਾਵਾਂ ਨੂੰ ਮਿਲੀ ਹੋਈ ਸੀ ਜੀ ਜੀ। ਸਾਡੇ ਨਾਲ ਬਾਬਾ ਗੋਰਾ ਜੀ ਮੌਜੂਦ ਨੇ, ਉਹ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਜਦੋਂ ਜੀ ਸੁੱਚਾ ਸਿੰਘ ਸੂਰਮਾਨ ਦੀ ਆਪਾਂ ਸ਼ੁਰੂ ਕਰੀਏ ਗੱਲ, ਜੇ ਜਦੋਂ ਉਸ ਪਿੰਡ ਦੇ ਵਿੱਚੋਂ ਉਹਨਾਂ ਦੀ ਘੁੱਕਰਮਲ ਨਾਲ ਜਾਰੀ ਪੈਂਦੀ ਹੈ, ਉਹ ਜਾਰੀ ਬਾਰੇ ਥੋੜ੍ਹਾ ਜਿਹਾ ਦੱਸੋ, ਉਸ ਵਕਤ ਪਿੰਡ 'ਚੋਂ ਕੀ ਗੱਲਬਾਤ ਸੁਣਨ ਨੂੰ ਮਿਲਦੀ ਹੈ ਤੁਹਾਨੂੰ, ਕਿਵੇਂ ਉਹ ਇਕੱਠੇ ਰਹਿੰਦੇ ਸੀ? ਮੈਨੂੰ ਇਹ ਵੀ ਪਤਾ ਲੱਗਿਆ ਦੋਵੇਂ ਮੱਲ ਸੀਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜਿਹੜਾ ਸੁੱਚਾ ਸੂਰਮਾ ਤੀ ਜੀ, ਕੁੱਕਰ ਤੀ ਜੀ, ਛੋਟੇ ਹੁੰਦੇ ਦੋਨੇ ਭਲਵਾਨ ਤੇ। ਅੱਛਾ। ਘੁਲਦੇ ਹੁੰਦੇ ਸੀ ਜੀ ਜੀ। ਉਦੋਂ ਬਾਅਦ ਉਹਨਾਂ ਦੀ ਆਪ 'ਚ ਨੇੜਤਾ ਵੱਧਦੀ ਗਈ, ਪੱਗ ਵੱਟ ਦੋਸਤ ਹੋ ਗਏ ਜੀ ਜੀ, ਤੇ ਉਦੋਂ ਬਾਅਦ ਘੁਲਦੇ ਰਹੇ। ਅੱਛਾ। ਉਦੋਂ ਬਾਅਦ ਸੁੱਚਾ ਸੂਰਮਾ ਤੇ ਕੁੱਕਰ ਅੱਛਾ ਕਿਸੇ ਸਮੇਂ ਤੇ ਫੌਜ ਦੇ ਵਿੱਚ ਭਰਤੀ ਹੋਣ ਪਿੰਡ ਦੇ ਵਿੱਚ ਚਲੇ ਗਏ ਜੀ ਜੀ। ਜਦੋਂ ਸੁੱਚਾ ਸਿੰਘ ਸੂਰਮਾ ਭਰਤੀ ਹੋ ਗਿਆ ਜੀ, ਕੁੱਕਰ ਵਾਪਸ ਮੁੜਿਆ। ਅੱਛਾ। ਜਦੋਂ ਵਾਪਸ ਮੁੜਿਆ ਆ, ਉਦੋਂ ਬਾਅਦ ਕੁੱਕਰ ਦੇ ਜੀ ਵੀਰੋ ਨਾਲ ਸੰਬੰਧ ਬਣ ਗਏ ਜੀ। ਸੰਬੰਧ ਬਣਦੇ ਤੇ ਉਦੋਂ ਬਾਅਦ ਨਰੈਣੇ ਨੇ ਕੁੱਕਰ ਨੂੰ ਇੱਕ ਚਿੱਠੀ ਪਾਈ ਤੀ ਜੀ ਜੀ, ਜਿਹਦੇ ਵਿੱਚ ਕਿਹਾ ਵੀ ਅੱਜ ਬੀਰੋ ਦੇ ਕੁੱਕਰ ਦੇ ਨਾਲ ਸੰਬੰਧ ਹੋ ਗਏ ਨੇ ਜੀ ਜੀ, ਅੱਜ ਸਾਡੇ ਅਣਖ ਦੀ ਜਾਂ ਸ਼ਾਨ ਵਾਸਤੇ ਕੁੱਕਰ ਸਰੇਆਮ ਬੀਰੋ ਨੂੰ ਮਦਦ ਤੱਕਦਾ ਹੈ ਜੀ ਜੀ। ਇੱਥੋਂ ਆਪਾਂ ਗੱਲਬਾਤ ਦੇ ਵਿੱਚ ਕਰਦੇ ਹਾਂ, ਮੇਜਰ ਸਿੰਘ ਜੀ ਤੁਹਾਡੇ ਤੱਕ ਆਉਣਾ ਮੈਂ, ਜਦੋਂ ਪਿੰਡ ਦੇ ਵਿੱਚ ਜਿਵੇਂ ਬਾਬਾ ਜੀ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਯਾਰੀ ਲੋਕਾਂ ਦੇ ਵਿੱਚ ਜਾਣੀ ਜਾਂਦੀ ਸੀ, ਜਿਵੇਂ ਪਿੰਡ 'ਚ ਆਮ ਆਪਾਂ ਕਿਸੇ ਨਾਲ ਮਿੱਤਰਤਾ ਹੁੰਦੀ ਹੈ। ਹਾਂਜੀ। ਉਸ ਤੋਂ ਬਾਅਦ ਫੌਜ 'ਚ ਕਿਵੇਂ ਭਰਤੀ ਹੋਣ ਦਾ ਸਬੱਬ ਬਣਦਾ ਸੁੱਚਾ ਸਿੰਘ ਸੂਰਮਾ ਦਾ, ਕੀ ਗਾਥਾ ਇਹਦੀ? ਉਹ ਜਿਸ ਤਰ੍ਹਾਂ ਆਪਾਂ ਗੱਲਾਂ ਕਰੀ ਜਾਂਦੇ ਵੀ ਇਹਨਾਂ ਦੇ ਮਤਲਬ ਸੰਬੰਧ ਬਣ ਗਏ ਸੀਗੇ ਬੀਰੋ ਦੇ ਨਾਲ ਜੀ ਜੀ, ਤਾਂ ਕੁੱਕਰ ਨੂੰ ਇਹਦੇ ਦਿਮਾਗ ਦੇ ਵਿੱਚ ਇਹ ਆਇਆ ਵੀ ਸੁੱਚਾ ਸਿੰਘ ਆਇਆ ਜਿਹੜਾ, ਅੱਛਾ, ਇਹ ਆਪਣੇ ਇਸ ਰਾਹ ਦੇ ਵਿੱਚ ਰੋੜਾ ਬਣਦਾ। ਉਹਨਾਂ ਨੇ ਪਲੈਨ ਦੇ ਤਹਿਤ ਭਰਤੀ ਹੋਣ ਦਾ ਬਹਾਨਾ ਬਣਾ ਲਿਆ। ਅੱਛਾ। ਅਤੇ ਵੀ ਆਪਾਂ ਭਰਤੀ ਹੋਈਏ, ਦੋਨੋਂ ਜਾਣੇ ਚੱਲੀਏ ਭਰਤੀ ਹੋਈਏ, ਤਾਂ ਹੁਣ ਯਾਰ ਦੋਸਤ ਹੈਗੇ ਸੀ ਭਰਤੀ ਹੋਣ ਵਾਸਤੇ, ਬਿਲਕੁਲ ਚਲੇ ਗਏ ਜੀ। ਕੁੱਕਰ ਦੇ ਮਨ ਦੇ ਵਿੱਚ ਬੇਈਮਾਨਾ ਸੀਗਾ, ਸੁੱਚਾ ਸਿੰਘ ਤਾਂ ਭਰਤੀ ਹੋ ਗਿਆ। ਅੱਛਾ। ਪਰ ਕੁੱਕਰ ਨੇ ਕੋਈ ਬਹਾਨਾ ਬਣਾ ਲਿਆ ਵੀ ਅੱਜ ਮੇਰੀ ਸਿਹਤ ਠੀਕ ਨਹੀਂ, ਅਤੇ ਵੀ ਮੈਂ ਫਿਰ ਜੋ ਵੀ ਉਸ ਸਮੇਂ ਦਾ ਮਤਲਬ ਕੋਈ ਟ੍ਰਾਇਲ ਵਗੈਰਾ ਸੀਗਾ ਵੀ ਮੈਂ ਫਿਰ ਦੇਵਾਂ। ਅੱਛਾ।
ਤੇ ਸੁੱਚਾ ਸਿੰਘ ਭਰਤੀ ਹੋ ਗਿਆ। ਉਹ ਜਦੋਂ ਭਰਤੀ ਹੋ ਜਾਂਦੇ ਸੀ ਉਹਦੀ ਮਤਲਬ ਫੌਜ ਆਪਦੇ ਕਵਰ 'ਚ ਕਰ ਲੈਂਦੀ ਸੀ ਉਸ ਨੌਜਵਾਨ ਨੂੰ। ਕੁੱਕਰ ਸਿੰਘ ਬਾਅਦ 'ਚ ਫਿਰ ਪਿੰਡ ਆ ਗਿਆ, ਉਹਦੇ ਨਾਲ ਇੱਕ ਧੋਖਾ ਹੀ ਕਰਕੇ ਆਇਆ ਸੀ। ਆਪ ਵਾਪਸ ਮੁੜਿਆ? ਆਪ ਵਾਪਸ ਮੁੜਿਆ। ਅੱਛਾ, ਹਾਂਜੀ। ਅਤੇ ਜਦੋਂ ਉਹ ਭਰਤੀ ਹੁੰਦਾ ਉਸ ਵਕਤ ਕੋਈ ਤੁਹਾਡੇ ਕੋਲ ਇਤਿਹਾਸਕ ਵਸੀਲਾ ਹੈ ਜੀ ਤੋਂ ਪਤਾ ਲੱਗਦਾ ਹੋਵੇ ਕਿਹੜੇ ਸੰਨ ਦੀ ਗੱਲ ਆ ਜਾਂ ਕਿਵੇਂ ਤੁਸੀਂ ਕੋਸ਼ਿਸ਼ ਕੀਤੀ ਉਹਨੂੰ ਖੋਜਣ ਦੀ ਵੀ ਕਦੋਂ ਜਾ ਕੇ ਭਰਤੀ ਹੁੰਦੇ ਆ, ਕੋਈ ਰਿਕਾਰਡ 'ਚੋਂ? ਨਹੀਂ ਜੀ, ਇਹ ਰਿਕਾਰਡ ਨਹੀਂ ਸਾਨੂੰ ਲੱਭਿਆ। ਅੱਛਾ, ਹਾਂਜੀ। ਅਤੇ ਅੰਦਾਜ਼ਾ ਕਿਹੜੇ ਸੰਨ ਦੀ ਗੱਲ ਹੋ ਸਕਦੀ ਹੈ ਜਿਵੇਂ ਸੁੱਚੇ ਸੂਰਮੇ ਦੀ ਜਨਮ ਤੋਂ ਲੈ ਕੇ ਜੇ ਮੌਤ ਤੱਕ ਦਾ ਜਿਹੜਾ ਤੁਸੀਂ ਰਿਕਾਰਡ ਕਢਾਇਆ, ਕਿੰਨੀ ਕੁ ਉਮਰ ਉਹਨਾਂ ਨੇ ਭੋਗੀ ਅਤੇ ਕਿੰਨੀ ਕੁ ਉਮਰ ਦੇ ਵਿੱਚ ਉਹ ਚਲੇ ਗਏ ਆ? ਉਹਨਾਂ ਦੀ ਉਮਰ 32 ਸਾਲ ਅਤੇ 35 ਸਾਲ ਦੇ ਦਰਮਿਆਨ ਦੇ ਵਿੱਚ ਸਾਰੀ ਉਮਰ ਉਹਨਾਂ ਨੇ ਭੋਗੀ ਹੈ। ਵਿੱਚ ਹੀ ਜਨਮ ਤੋਂ ਲਾ ਕੇ ਸਾਰੀ ਹਿਸਟਰੀ 32 ਤੋਂ 35 ਸਾਲ ਦੇ ਵਿੱਚ ਆਈ ਹੈ। ਅੱਛਾ ਅੱਛਾ। ਕਿਉਂ ਸਾਨੂੰ ਤਾਂ ਪਤਾ ਲੱਗਦਾ, ਅਸੀਂ ਜਦੋਂ ਜਿਹੜਾ ਉਹਨਾਂ ਦਾ ਰਿਕਾਰਡ ਫਰੋਲਿਆ ਸੀ ਨਾ, ਤਾਂ ਉੱਥੋਂ ਉਹਦੇ ਜਨਮ ਦਾ ਅਤੇ ਉਹਨਾਂ ਦੇ ਫੁੱਲ ਪਾਉਣ ਦਾ ਸਾਨੂੰ ਪਤਾ ਲੱਗਦਾ ਵੀ ਉਹ ਸਾਰਾ 35 ਸਾਲ ਦਾ ਪੀਰੀਅਡ ਸੀ। ਥੋੜ੍ਹਾ ਜਿਹਾ ਦੱਸੋਗੇ ਤੁਹਾਡੇ ਕੋਲ ਲਿਖਿਆ ਹੋਇਆ ਸਾਰਾ ਜਿਹੜਾ ਵੀ ਕਦੋਂ ਉਹਨਾਂ ਦੇ ਫੁੱਲ ਪਾਏ ਜਾਂਦੇ ਨੇ, ਤੁਸੀਂ ਉੱਥੇ ਜਾਂਦੇ ਹੋ ਜਦੋਂ ਹਰਿਦੁਆਰ ਜਾ ਕੇ ਕਢਾ ਕੇ ਲੈ ਕੇ ਆਏ ਹੋ, ਥੋੜ੍ਹਾ ਜਿਹਾ ਡਿਟੇਲ 'ਚ ਦੱਸੋ ਆਪਾਂ ਦਰਸ਼ਕਾਂ ਨੂੰ ਅੱਜ ਉਹ ਸਾਰੀਆਂ ਗੱਲਾਂ ਕਲੀਅਰ ਕਰ ਦਈਏ। ਹਾਂਜੀ, ਇਹਨਾਂ ਦੇ ਸੁੱਚਾ ਸਿੰਘ ਦੇ ਜਿਹੜੇ ਫੁੱਲ ਸੀ ਨਾ, ਅੱਛਾ ਜੀ, ਇਹ ਸੰਮਤ 1973 ਦੇ ਵਿੱਚ ਪਾਏ ਨੇ। ਇਹ ਸੰਮਤ ਹੈ ਜਾਨੀ? ਸੰਮਤ ਹੈ ਜੀ, ਜਿਹਨੂੰ ਆਪਾਂ ਅੰਗਰੇਜ਼ੀ 1916-17 ਆ ਜਾਂਦਾ ਹੈ। ਸਨ ਜੇ ਦੇਖੀਏ ਸਨ 1973 ਦੇ ਵਿੱਚ 16 ਵੀ ਆ ਜਾਂਦਾ, 17 ਵੀ ਆ ਜਾਂਦਾ ਅੰਗਰੇਜ਼ੀ। ਹਾਂ ਜੀ, 1916-17 ਦੀ ਗੱਲ ਹੈ, 104-105 ਸਾਲ ਦੀ ਗੱਲ ਹੈ ਜੀ। ਸਰ, ਇਹ ਹੁਣ ਤੋਂ ਉਹਨਾਂ ਦੇ ਫੁੱਲ ਪਾਉਣ ਇੱਕ ਸਦੀ ਪਹਿਲਾਂ ਦੀ ਜਿਹੜੀ ਗੱਲ ਹੈ, ਸੁੱਚਾ ਸਿੰਘ ਸੂਰਮਾ ਨੂੰ ਚੜ੍ਹਾਈ ਕੀਤੇ ਹਨ। ਹਾਂ ਜੀ ਜੀ, ਇਹ ਫੁੱਲ ਹਰਿਦੁਆਰ ਪਾਏ ਗਏ ਨੇ। ਹਰਿਦੁਆਰ ਫੁੱਲ ਪਾਏ ਗਏ ਨੇ ਜੀ। ਇਹ ਬੰਗਾ ਸਿੰਘ ਅੱਛਾ ਤੇ ਨਰਾਇਣ ਸਿੰਘ ਉਹਨਾਂ ਦੇ ਫੁੱਲ ਪਾ ਕੇ ਆਏ ਨੇ। ਅੱਛਾ, ਹਾਂਜੀ, ਇਹ ਨਰਾਇਣ ਸਿੰਘ ਉਹਨਾਂ ਦੇ ਭਰਾ ਹੀ ਹੋ? ਨਰਾਇਣ ਸਿੰਘ ਉਹਨਾਂ ਦੇ ਭਰਾ ਸੀਗੇ। ਅੱਛਾ, ਹਾਂਜੀ, ਇਹਨਾਂ ਦੇ ਦੋਨਾਂ ਦੇ ਫੁੱਲ ਪਾ ਕੇ ਇਹਨਾਂ ਉਦੋਂ ਇੱਕ ਬੰਦੇ ਦੇ ਹੋਰ ਵੀ ਨਾਲ ਫੁੱਲ ਪਾਏ ਨੇ ਉੱਥੇ, ਜੋ ਰਿਕਾਰਡ ਦੇ ਵਿੱਚ ਆ ਰਿਹਾ, ਉਹਦਾ ਨਾਂ ਸਾਵਣ ਸਿੰਘ ਸੀ, ਜਿਹਦਾ ਹਜੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਉਹ ਕਿਸ ਪਿੰਡ ਦਾ ਸੀ, ਕਿਉਂ ਉਹ ਜਵਾਨੇ ਇਹੋ ਜਿਹਾ ਸੀ। ਉਦੋਂ ਇਕੱਠੇ ਮਹੀਨੇ ਮਹੀਨੇ ਦੋ ਦੋ ਮਹੀਨਿਆਂ ਦੇ ਵੀ ਮਤਲਬ ਲੋਕ ਫੁੱਲ ਇਕੱਠੇ ਤੁਰ ਕੇ ਇਕੱਠੇ ਕਰ ਲੈਂਦੇ ਸੀ। ਹਾਂ, ਵੀ ਉਹ ਇਹ ਨਹੀਂ ਪਤਾ ਵੀ ਇਸ ਪਿੰਡ ਦੇ ਸੀ ਜਾਂ ਕੋਈ ਨਾਲ ਗਏ ਸੀ ਜਾਂ ਕਿਸੇ ਨਾਲ ਗਏ ਸੀ। ਉਹਦੇ ਫੁੱਲ ਇਹ ਪਾ ਕੇ ਆਏ ਨੇ ਜੀ। ਬਿਲਕੁਲ ਬਿਲਕੁਲ, ਲੋਕਾਂ ਕੋਲੇ ਮਤਲਬ ਉਦੋਂ ਪੈਸਾ ਠਿੱਕਰ ਵੀ ਹੈ ਨਹੀਂ ਸੀ ਬਿਲਕੁਲ ਫੁੱਲ ਪਾਉਣ ਦਾ, ਮੱਥਾ ਟੇਕਣ ਦਾ, ਤਾਂ ਇਹ ਫੁੱਲ ਉਹਦੇ ਇਹ ਪਾ ਕੇ। ਜੀ ਜੀ। ਅੱਛਾ, ਜਦੋਂ ਸੁੱਚਾ ਸਿੰਘ ਸੂਰਮਾ ਫੌਜ ਦੇ ਵਿੱਚ ਭਰਤੀ ਹੋ ਜਾਂਦਾ, ਕੁੱਕਰ ਵਾਪਸ ਮੁੜੇ ਆਉਂਦਾ, ਉਸ ਤੋਂ ਬਾਅਦ ਫਿਰ ਸੁੱਚਾ ਸਿੰਘ ਦਾ ਨਾਂ ਕੱਟਿਆ ਜਾਂਦਾ ਫੌਜ 'ਚ? ਹਾਂਜੀ, ਨਾਂ ਕੱਟਣਾ ਫੌਜ 'ਚੋਂ ਆਪਣੇ ਆਪ 'ਚ ਬਹੁਤ ਔਖਾ ਕੰਮ ਹੈ, ਕਿਉਂਕਿ ਪੁਲਿਸ ਵਾਪਸ ਫੜ ਕੇ ਲੈ ਜਾਂਦੀ ਹੈ, ਫਿਰ ਆਉਂਦਾ ਫਿਰ ਲੈ ਜਾਂਦੀ ਹੈ। ਹਾਂਜੀ, ਨਾਂ ਕਟਾ ਕੇ ਸੁੱਚਾ ਸਿੰਘ ਵਾਪਸ ਕਿਵੇਂ ਆਉਂਦਾ ਫੌਜ ਦੇ ਵਿੱਚੋਂ? ਪਹਿਲਾਂ ਤਾਂ ਇਹਨਾਂ ਨੇ ਛੁੱਟੀ ਮੰਗੀ ਜੀ। ਅੱਛਾ, ਵੀ ਮੈਨੂੰ ਛੁੱਟੀ ਦਿਓ ਜੀ। ਛੁੱਟੀਆਂ ਉਸ ਸਮੇਂ 'ਤੇ ਮਿਲਦੀਆਂ ਨਹੀਂ ਸੀ ਜੀ ਜੀ। ਤਾਂ ਹੋਇਆ ਕਿ ਚਮਤਕਾਰ, ਜਦੋਂ ਛੁੱਟੀ ਮੰਗੀ, ਛੁੱਟੀ ਤੋਂ ਬਾਅਦ ਇਹਨਾਂ ਨੂੰ ਸਾਹਿਬ ਨੇ ਜਵਾਬ ਦਿੱਤਾ ਵੀ ਛੁੱਟੀ ਨਹੀਂ ਮਿਲ ਸਕਦੀ ਜੀ ਜੀ। ਤਾਂ ਉਸ ਸਮੇਂ ਇੱਕ ਬੰਗਲੇ ਨੂੰ ਮਤਲਬ ਅੱਗ ਲੱਗ ਗਈ, ਜਿਹਦੇ ਵਿੱਚ ਉਹਦੇ ਬੱਚੇ ਅਤੇ ਮੇਮ ਰਹਿ ਗਏ ਸੀ। ਉਹਨਾਂ ਦੇ ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ ਉਹ ਬੱਚੇ ਵਿੱਚੋਂ ਨਹੀਂ ਨਿਕਲ ਸਕੇ, ਤਾਂ ਇੱਕ ਅਨਾਊਂਸ ਕਰਤਾ ਸਾਹਿਬ ਨੇ ਵੀ ਜੋ ਮੇਰੇ ਬੱਚਿਆਂ ਨੂੰ ਇਹ ਮੱਛਲੀ ਅੱਗ 'ਚੋਂ ਬਚਾਵੇਗਾ, ਜਿਉਂਦੇ ਕੱਢ ਲਿਆਵੇਗਾ, ਉਹਨੂੰ ਮੈਂ ਅੱਜ ਮੂੰਹੋਂ ਮੰਗਿਆ ਇਨਾਮ ਦੇਊਂ। ਜਿਵੇਂ ਬਾਬਾ ਗੋਰਾ ਹੋਣਾ ਨੇ ਦੱਸਿਆ, ਹਾਂ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਮੈਂ ਮੂੰਹੋਂ ਮੰਗਿਆ ਇਨਾਮ ਦੇਊਂ। ਜੀ ਜੀ। ਤਾਂ ਫਿਰ ਇਹਨਾਂ ਨੇ ਦਲੇਰ ਬਹੁਤ ਜ਼ਿਆਦਾ ਸੀਗੇ, ਤਾਂ ਦਲੇਰੀ ਦੇ ਨਾਲ ਕੰਬਲ ਭਿਉਂ ਕੇ ਮੱਛਲੀ ਅੱਗ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਬਾਹਰ ਕੱਢ ਲਿਆਂਦਾ, ਬਾਹਰ ਕੱਢ ਕੇ ਲਿਆਏ। ਫਿਰ ਉਦੋਂ ਸਾਹਿਬ ਨੇ ਕਿਹਾ ਵੀ ਮੰਗ ਵੀ ਕੀ ਕੁਛ ਮੰਗਣਾ ਜੀ ਜੀ। ਤਾਂ ਉਹਦੇ ਮਨ ਦੇ ਵਿੱਚ ਇਹ ਸੀਗਾ ਸਾਹਿਬ ਦੇ ਵੀ ਹੋ ਸਕਦਾ ਵੀ ਇਹ ਕੋਈ ਆਪਾਂ ਤੋਂ ਕਿਸੇ ਤਰ੍ਹਾਂ ਦਾ ਅਹੁਦਾ ਮੰਗ ਲਊਗਾ ਜਾਂ ਕੋਈ ਇਨਾਮ ਪੈਸਾ ਠਿੱਕਰ ਮੰਗ ਲਊਗਾ, ਅਤੇ ਇਹ ਬਹੁਤ ਉੱਚੀ ਜ਼ਮੀਰ ਦੇ ਸੀਗੇ। ਤਾਂ ਇਹਨਾਂ ਨੇ ਕੋਈ ਅਹੁਦੇ ਦਾ ਜਾਂ ਰੈਂਕ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸਟਾਰਾਂ ਦੇ ਭੁੱਖੇ ਨਹੀਂ ਸੀ, ਤਾਂ ਉਹਨਾਂ ਨੇ ਕਿਹਾ ਵੀ ਮੇਰਾ ਤੁਸੀਂ ਜੇ ਮੇਰੇ 'ਤੇ ਖੁਸ਼ ਹੋਏ ਹੋ ਤਾਂ ਮੇਰਾ ਨਾਂ ਕੱਟ ਦਿਓ, ਫੌਜ 'ਚੋਂ ਨਾ ਹੀ ਕਟਾਉਣਾ, ਮੇਰਾ ਨਾਂ ਹੀ ਕੱਟ ਦਿਓ ਜੀ ਜੀ। ਉਹ ਫਿਰ ਸਾਹਿਬ ਨੇ ਕਿਹਾ ਵੀ ਨਾਂ ਨਹੀਂ ਅਸੀਂ ਕੱਟ ਸਕਦੇ, ਤੇਰੇ ਵਰਗੇ ਜਵਾਨਾਂ ਦੀ ਤਾਂ ਸਾਨੂੰ ਹੋਰ ਲੋੜ ਹੈ ਜੀ ਜੀ, ਸਗੋਂ ਹੋਰ ਚਾਹੀਦੇ ਆ ਸਾਨੂੰ। ਬਿਲਕੁਲ। ਫਿਰ ਉਹ ਕਹਿੰਦੇ ਵੀ ਮੈਂ ਤਾਂ ਇਸੇ ਗੱਲ 'ਤੇ ਖੁਸ਼ ਹਾਂ। ਅੱਛਾ, ਵੀ ਨਾਂ ਕੱਟ ਸਕਦੇ ਹੋ ਜੀ ਤਾਂ ਕੱਟ ਦਿਓ, ਨਹੀਂ ਕੱਟ ਸਕਦੇ ਵੀ ਮੈਂ ਤਾਂ ਇਸੇ ਗੱਲ 'ਤੇ ਖੁਸ਼ ਹਾਂ, ਮੇਰਾ ਨਾਂ ਕੱਟੋ ਜੀ ਜੀ। ਫਿਰ ਉਹਨਾਂ ਨੂੰ ਮੰਨਣਾ ਹੀ ਪੈਣਾ ਸੀਗਾ, ਇਸ ਤਰ੍ਹਾਂ ਉਦੋਂ ਨਾਂ ਕੱਟਿਆ ਸੀ, ਨਹੀਂ ਤਾਂ ਛੁੱਟੀ ਵੀ ਨਹੀਂ ਮਿਲਦੀ ਸੀ ਉਦੋਂ। ਜਦੋਂ ਉੱਥੋਂ ਨਾਂ ਕੱਟਿਆ ਜਾਂਦਾ ਫੌਜ ਦੇ ਵਿੱਚੋਂ, ਸਭ ਤੋਂ ਵੱਡੀ ਗੱਲ ਹੈ, ਉਸ ਤੋਂ ਬਾਅਦ ਉਹ ਕਹਿੰਦੇ ਪਿੰਡ ਦੇ ਵਿੱਚ ਆਉਂਦੇ ਆ ਅਤੇ ਪਿੰਡ 'ਚ ਬੜੇ ਵਧੀਆ ਤਰੀਕੇ ਨਾਲ ਰਹਿਣ ਲੱਗਦੇ ਆ। ਹਾਂਜੀ, ਅਤੇ ਉਹ ਜਿਹੜੀ ਨਰਾਇਣ ਸਿੰਘ ਵੱਲੋਂ ਚਿੱਠੀ ਜਾਂਦੀ ਹੈ ਜਿਹਦੇ ਕਰਕੇ ਉਹ ਨਾਂ ਕਟਾਉਂਦੇ ਆ, ਅਤੇ ਉਹ ਉਸ ਤੋਂ ਬਾਅਦ ਉਹ ਆਉਣ ਸਾਰ ਕੋਈ ਐਕਸ਼ਨ ਲੈਂਦੇ ਕੁੱਕਰ 'ਤੇ ਜਾਂ ਉਹ ਤੋਂ ਬਾਅਦ ਸਬੱਬੀ ਕਿਤੇ ਉਹਨਾਂ ਦਾ ਆਪਸ ਵਿੱਚ ਟਕਰਾਅ ਹੁੰਦਾ? ਜਦੋਂ ਉਹ ਨਾਂ ਕੱਟ ਦਿੰਦੇ ਆ ਨਾ ਜੀ ਉਹਨਾਂ ਦਾ ਜੀ, ਫਿਰ ਉਹਨੂੰ ਇਨਾਮ ਵਜੋਂ ਹੀ ਮਤਲਬ ਰਫਲ ਦਿੱਤੀ ਸੀਗੀ। ਅੱਛਾ,
ਤਾਂ ਉਹ ਪਿੰਡ ਦੇ ਵਿੱਚ ਆ ਗਏ। ਆ ਕੇ ਇੱਕ ਵਾਰੀ ਤਾਂ ਉਹਨਾਂ ਨੇ ਸਿਆਣੇ ਬੰਦਿਆਂ ਦੇ ਹੱਥੀ ਕੁੱਕਰ ਨੂੰ ਕਈ ਵਾਰੀ ਸਮਝਾਇਆ, ਅੱਛਾ ਵੀ ਆਪਾਂ ਪੱਗ ਵਾਟਾਂ, ਵੀ ਮੈਨੂੰ ਇਸ ਤਰ੍ਹਾਂ ਦਾ ਪਤਾ ਲੱਗਿਆ ਵੀ ਇਹ ਠੀਕ ਨਹੀਂ ਤੇਰੇ ਵਾਸਤੇ। ਜੀ ਜੀ, ਸੁਨੇਹੇ ਭੇਜੇ ਆਪ ਨਹੀਂ ਕਿਹਾ, ਪਰ ਉਸ ਸੁਨੇਹਿਆਂ ਦਾ ਕੋਈ ਸਮਝਾਉਣ ਦਾ ਪਿੰਡ ਦੇ ਮੋਹਤਵਰ ਬੰਦਿਆਂ ਦਾ ਕੋਈ ਅਸਰ ਨਹੀਂ ਉਸ 'ਤੇ ਹੋਇਆ ਕੁੱਕਰ 'ਤੇ। ਅਤੇ ਫਿਰ ਇੱਕ ਵਾਰੀ ਇਹ ਸਬੱਬ ਇਸ ਤਰ੍ਹਾਂ ਦਾ ਬਣ ਗਿਆ, ਅੱਛਾ ਕਿਉਂ ਵੀ ਇਹ ਸੁਧਰਦਾ ਤਾਂ ਹੈ ਨਹੀਂ, ਫਿਰ ਇਹਨਾਂ ਨੇ ਮਤਲਬ ਉਹ ਸੱਥ 'ਚ ਹੀ ਮਾਰਤਾ ਸੀ। ਅੱਛਾ, ਜਦੋਂ ਮਾਰਿਆ ਜਾਂਦਾ ਕੁੱਕਰ ਨੂੰ, ਉਹ ਸੁੱਚਾ ਸਿੰਘ ਦੁਆਰਾ ਸੱਥ ਵਿੱਚ ਗੋਲੀ ਮਾਰ ਕੇ ਮਾਰਿਆ, ਗੋਲੀ ਮਾਰੀ ਜਾਂਦੀ, ਕਿਵੇਂ ਸੀ ਸੀਨ ਥੋੜ੍ਹਾ ਜਿਹਾ ਦੱਸੋ, ਜੇ ਤੁਸੀਂ ਪੜ੍ਹਿਆ ਵੀ ਹੋਊ ਸੁਣਿਆ ਵੀ ਹੋਊ ਬਜ਼ੁਰਗਾਂ ਤੋਂ ਬਈ ਕਿਵੇਂ ਸੀਨ ਬਣਦਾ, ਪਿੰਡ 'ਚ ਕਿਹੜੀ ਜਗ੍ਹਾ ਸੀ, ਆਪਾਂ ਉਹ ਜਗ੍ਹਾ 'ਤੇ ਵੀ ਜਾਵਾਂਗੇ, ਪਰ ਇੱਕ ਵਾਰੀ ਤੁਸੀਂ ਦੱਸੋ ਜ਼ਰੂਰ। ਉਹ ਅਸੀਂ ਬਜ਼ੁਰਗਾਂ ਤੋਂ ਤਾਂ ਇਹੀ ਸੁਣਿਆ ਜੀ ਪਿੰਡਿਆਂ ਤੋਂ ਵੀ ਪਿੰਡ ਦੀ ਸੱਥ ਸੀ, ਛੋਟਾ ਪਿੰਡ ਸੀਗਾ ਉਦੋਂ, ਅੱਛਾ ਪਿੰਡ ਦੀ ਉਸ ਸਮੇਂ ਦੇ ਨੇੜੇ ਨੇੜੇ ਘਰ ਸੀਗੇ ਇਹਨਾਂ ਦੇ। ਕੁੱਕਰ ਆਪਦੇ ਵਾਰ ਗਏ ਸੀਗਾ ਜੀ ਜੀ, ਅਤੇ ਸੁੱਚਾ ਆਪਣੇ ਵਾਰ ਗਿਆ ਸੀਗਾ, ਅੱਛਾ ਅਤੇ ਕੁੱਕਰ ਆਪਦੇ ਵਾਰ 'ਚ ਬੈਠਾ ਸੀਗਾ, ਸੁੱਚੇ ਦਾ ਉੱਧਰੋਂ ਆਪਦੇ ਵਾਰ 'ਚੋਂ ਲੰਘਣ ਹੋਇਆ, ਸਾਹਮਣੇ ਚੌਂਕੜੀ 'ਤੇ ਸੀਗਾ ਉਹ ਗੰਨਾ ਚੂਪਦਾ ਸੀਗਾ, ਇਹਦੋਂ ਦੇਖਿਆ ਨਹੀਂ ਗਿਆ, ਫਿਰ ਇਹਨੇ ਫਾਇਰ ਮਾਰ ਕੇ ਮਾਰਤਾ। ਅੱਛਾ, ਹਾਂਜੀ, ਗੰਨਾ ਚੂਪਦਾ ਆ ਰਿਹਾ, ਗੰਨਾ ਚੂਪਦਾ ਸੀ ਉਹ ਜੀ ਜੀ, ਹਾਂ ਚੌਂਕੜੀ 'ਤੇ ਮਾਰਿਆ ਸੀ। ਅੱਛਾ, ਫਿਰ ਉਸ ਤੋਂ ਬਾਅਦ ਬੀਰੋ ਨੂੰ ਘਰੇ ਆ ਕੇ ਮਾਰਿਆ ਜੀ। ਉੱਥੇ ਮਤਲਬ ਜਿਵੇਂ ਕਿਹਾ ਜਾਂਦਾ ਵੀ ਬਲਬੀਰੋ ਵੀ ਉੱਥੋਂ ਲੰਘ ਰਹੀ ਸੀ, ਉਹਦੇ ਗੋਲੀ ਮਾਰ ਦਿੱਤੀ, ਇਹ ਗੱਲ ਉੱਦਾਂ ਬਣੀ ਬਣਾਈ ਆ ਜਾਂ ਉਸ ਨੂੰ ਘਰੇ ਆ ਕੇ ਮਾਰਿਆ? ਨਹੀਂ ਜੀ, ਇਹ ਕੋਈ ਖਾੜੇ 'ਚ ਨਹੀਂ ਮਾਰੇ ਜੀ, ਇਹ ਗਾਉਣ ਵਾਲਿਆਂ ਨੇ ਬਣਾ ਲਏ, ਕੋਈ ਉਸ ਦਿਨ ਖਾੜਾ ਨਹੀਂ ਲੱਗਿਆ ਸੀਗਾ, ਪਹਿਲਾਂ ਖਾੜੇ ਜਿਸ ਤਰ੍ਹਾਂ ਲੱਗਦੇ ਰਹਿੰਦੇ ਨੇ ਅਤੇ, ਪਰ ਉਸ ਦਿਨ ਕੋਈ ਖਾੜਾ ਨਹੀਂ ਲੱਗਿਆ ਸੀ। ਬੀਰੋ ਨੂੰ ਘਰੇ ਆ ਕੇ ਮਾਰਿਆ ਨੇ, ਘਰੋਂ ਫਿਰ ਬੀਰੋ ਨੇ ਲੁਕੀ ਬਥੇਰਾ, ਉਹਦੇ ਹਾੜੇ ਤਰਲੇ ਮਿੰਨਤਾਂ ਕੀਤੀਆਂ, ਪਰ ਉਹਨੂੰ ਬੀਰੋ ਨੂੰ ਮਾਰ ਕੇ ਘੜੀਸ ਕੇ ਸੱਥ 'ਚ ਲੈ ਕੇ ਗਿਆ, ਦੋਨੋਂ ਜਣਿਆਂ ਦੀ ਇੱਕੋ ਚਾਦਰਾ ਪਾਇਆ ਨੇ, ਇੱਕ ਜਗ੍ਹਾ ਇਕੱਠੇ ਕਰ, ਇੱਕੋ ਜਗ੍ਹਾ ਇਕੱਠੇ ਕੀਤੇ ਨੇ ਜੀ ਸੱਥ 'ਚ, ਫਿਰ ਇਹਨੇ ਚਾਦਰਾ ਪਾਇਆ ਉੱਤੇ। ਅੱਛਾ, ਹਾਂ, ਕੁੱਕਰ ਦਾ ਚਾਦਰਾ ਲਾ ਕੇ ਦਿੱਤੇ ਪਾਇਆ ਜੀ ਜੀ। ਅੱਛਾ, ਲਾਲ ਸਿੰਘ ਜੀ, ਜਿਵੇਂ ਇੱਧਰ ਮੇਜਰ ਸਿੰਘ ਹੋਣਾ ਨੇ ਦੱਸਿਆ ਵੀ ਉਸ ਵਕਤ ਕੋਈ ਖਾੜਾ ਨਹੀਂ ਸੀ ਲੱਗਿਆ ਪਿੰਡ 'ਚ, ਉੱਧਰ ਮੁਹੰਮਦ ਸਦੀਕ ਗਾਉਂਦਾ, ਉਸ ਤੋਂ ਬਾਅਦ ਕੁਲਦੀਪ ਮਾਨਕ ਹੋਣਾ ਨੇ ਵੀ ਗਾਇਆ, ਪੰਜਾਬ ਦੇ ਹੋਰ ਵੀ ਨਵੇਂ ਲੋਕ ਗਾਇਕ ਗਾਉਂਦੇ ਆ, ਵੀ ਉਸ ਵਕਤ ਸਮਾਓ ਪਿੰਡ 'ਚ ਖਾੜਾ ਲੱਗਿਆ ਹੋਇਆ ਸੀ ਜਦੋਂ ਕੁੱਕਰ ਦੇ ਸੁੱਚਾ ਸਿੰਘ ਸੂਰਮਾ ਗੋਲੀ ਮਾਰਦਾ, ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ, ਕੀ ਬਈ ਖਾੜਾ ਪਿੰਡ ਵਾਸੀ ਮੰਨਦੇ ਆ ਵੀ ਨਹੀਂ ਸੀਗਾ ਉਸ ਵਕਤ? ਜਿਹੜੇ ਬਜ਼ੁਰਗਾਂ ਤੋਂ ਗੱਲ ਸੁਣੀ ਹੈ ਜੀ ਜੀ, ਵੀ ਕੋਈ ਖਾੜਾ ਲੱਗਿਆ ਜੀ? ਅੱਛਾ, ਚਲੋ ਗਾਉਣ ਵਾਲਿਆਂ ਦਾ ਬਣਾਉਣਾ ਹੀ ਹੁੰਦਾ ਜੀ ਜੀ, ਇਹਨਾਂ ਦਾ ਫਿਰ ਲੰਬਾ ਲਿਆ ਹੁੰਦਾ ਕੰਮ, ਕੋਈ ਖੜ ਲੱਗਿਆ ਤੇ ਗੋਲੀ ਵਾਈ ਮਾਰ ਕੇ ਭਗੌੜਾ ਹੋ ਗਿਆ ਜੀ। ਅੱਛਾ, ਭਗੌੜਾ ਮਾਰ ਕੇ ਬਾਹਰ ਵਗ ਗਿਆ, ਬੋਤਾ ਲੈ ਲਿਆ ਉਹਨੇ। ਅੱਛਾ ਮੇਜਰ ਸਿੰਘ ਜੀ, ਜਿਵੇਂ ਇੱਧਰ ਲਾਲ ਸਿੰਘ ਨੇ ਦੱਸਿਆ ਵੀ ਉਹ ਇਸ ਤੋਂ ਉਸ ਤੋਂ ਬਾਅਦ ਪਿੰਡੋਂ ਜਾਂਦਾ ਸੁੱਚਾ ਸਿੰਘ, ਜਦੋਂ ਪਿੰਡ ਤੋਂ ਸੁੱਚਾ ਸਿੰਘ ਜਾਂਦਾ ਉਹ ਪਿੰਡ ਦੇ ਵਿੱਚੋਂ ਹੀ ਕਹਿੰਦੇ ਕਿਸੇ ਦੇ ਦੋ ਭਰਾਵਾਂ ਤੋਂ ਊਠ ਲੈ ਕੇ ਜਾਂਦਾ ਉਹ, ਅਤੇ ਉਹ ਕੀ ਸੁਣਿਆ ਤੁਸੀਂ ਉਹਦੇ ਬਾਰੇ, ਕੌਣ ਸੀਗੇ ਉਹ, ਪਿੰਡ ਦੇ ਹੀ ਸੀਗੇ ਜਾਂ ਕਿਵੇਂ ਇੱਥੋਂ ਨਿਕਲਦਾ ਫਿਰ ਜਦੋਂ ਗਾਈਆਂ ਤੱਕ ਪਹੁੰਚਦਾ ਉਹ? ਹਾਂਜੀ, ਉੱਠੇ ਤੋਂ ਲੈ ਕੇ ਗਏ ਨੇ। ਅੱਛਾ, ਅਤੇ ਉਹ ਹੁਣ ਪੁਰਾਣੇ ਬਜ਼ੁਰਗ ਦੱਸਦੇ ਨੇ ਵੀ ਉੱਠਦੇ ਗਏ ਨੇ ਜੀ ਜੀ, ਵੈਸੇ ਸਾਨੂੰ ਉੱਠਦਾ ਨਹੀਂ ਪਤਾ ਵੀ ਉਹ ਕਿਹੜੇ ਪਰਿਵਾਰ ਦਾ ਲੈ ਕੇ ਗਏ ਸੀ। ਅੱਛਾ, ਗਏ ਇੱਥੋਂ ਉੱਠਦੇ ਨੇ ਜੀ ਜੀ। ਹਾਂਜੀ, ਇਸ ਤੋਂ ਬਾਅਦ ਜਦੋਂ ਉਹ ਪਿੰਡੋਂ ਜਾਂਦੇ ਨੇ ਅਤੇ ਪਿੰਡੋਂ ਜਾਣ ਤੋਂ ਬਾਅਦ ਉਹ ਕਿੱਥੇ ਜਾ ਕੇ ਰੁਕਦੇ ਨੇ ਜਾਂ ਕਿਵੇਂ ਉਹਨਾਂ ਨੂੰ ਉਹ ਲੁਕਣ ਦਾ ਕਰਕੇ ਭੱਜੇ ਸੀ ਜਾਂ ਕੋਈ ਹੋਰ ਕਾਰਨ ਸੀ ਇੱਥੋਂ ਜਾਣ ਦਾ? ਨਹੀਂ, ਲੁਕਣ ਦਾ ਤਾਂ ਕੋਈ ਡਰ ਹੀ ਨਹੀਂ ਸੀ ਜੀ ਉਹਨਾਂ ਨੂੰ, ਲੁਕਣ ਦਾ ਡਰ ਤਾਂ ਇਸ ਕਰਕੇ ਨਹੀਂ ਸੀ, ਜੋ ਬੱਚੇ ਕੱਢੇ ਸੀ ਨਾ ਉਹਦਾ ਇਨਾਮ ਵਜੋਂ ਉਹਨਾਂ ਨੂੰ ਰਾਈਫਲ ਦਿੱਤੀ ਸੀ। ਬਿਲਕੁਲ, ਅਤੇ ਕਤਲ ਵੀ ਮਾਫ ਸੀ ਕਿਹਾ ਤੋਂ? ਜੇ ਕਤਲ ਮਾਫ ਸੀ ਫਿਰ ਉਹ ਪਿੰਡ ਕਿਉਂ ਛੱਡਦੇ ਉਸੇ ਵਕਤ, ਪਿੰਡੋਂ ਜਾਂਦੇ ਨੇ? ਹਾਂਜੀ, ਪਿੰਡੋਂ ਕਿਉਂ ਜਾਂਦੇ ਨੇ, ਤੁਹਾਨੂੰ ਕੁਛ ਨਾ ਕੁਛ ਸੁਣਨ ਨੂੰ ਮਿਲਿਆ ਹੋਊਗਾ ਵੀ ਪਿੰਡੋਂ? ਨਾ ਜੀ, ਉਹ ਸਾਧ ਬਣ ਗਿਆ ਆਪਦੇ ਮਨ ਦੇ ਵਿੱਚ, ਜੋ ਕੰਮ ਸੀਗਾ ਵੀ ਆਪਾਂ ਕੀ ਇਸ ਦੁਨੀਆਦਾਰੀ ਤੋਂ ਲੈਣਾ ਵੀ ਆਪਾਂ ਸਾਧ ਬਣ ਗਏ। ਅੱਛਾ, ਮਤਲਬ ਸਾਧ ਬਣ ਗਏ ਉਸ? ਸਾਧ ਬਣ ਗਏ ਸੀ, ਅਤੇ ਆਪਣਾ ਮਨ ਹੀ ਉਹਨਾਂ ਨੇ ਸਾਧੂਆਂ ਵਾਲਾ ਕਰ ਲਿਆ ਸੀ, ਸਾਧੂਆਂ ਵਾਲਾ ਭੇਸ ਧਾਰ ਲਿਆ ਸੀ, ਉਹ ਇਸ ਕਰਕੇ ਪਿੰਡੋਂ ਗਏ ਸੀ ਉਹ। ਫਿਰ ਉਹ ਗਊਆਂ ਵਾਲਾ ਵੀ ਹੋਇਆ ਕੰਮ, ਜਿਵੇਂ ਤੁਹਾਨੂੰ ਬਾਈ ਹੋਰਾਂ ਨੇ ਦੱਸਿਆ ਹੀ ਪਹਿਲਾਂ। ਬਿਲਕੁਲ, ਹਾਂ। ਅੱਛਾ, ਜਦੋਂ ਗਊਆਂ ਵਾਲੀ ਗੱਲ ਹੁੰਦੀ ਹੈ, ਉਹ ਬੁੱਚੜਾਂ ਨੂੰ ਮਾਰਦੇ ਨੇ, ਜਿਵੇਂ ਗੋਰਾ ਸਿੰਘ ਉਹਨਾਂ ਨੇ ਦੱਸਿਆ ਉਹਨਾਂ ਨੂੰ ਪਠਾਣੀ ਬੰਦੂਕ ਮਿਲੀ ਸੀ, ਲਾਲ ਸਿੰਘ ਜੀ ਨੇ ਦੱਸਿਆ ਵੀ ਉਸ ਵਕਤ ਲੋਕਾਂ ਨੂੰ ਬੰਦੂਕ ਬਾਰੇ ਨਹੀਂ ਸੀ ਪਤਾ, ਹੋ ਸਕਦਾ ਨਹੀਂ ਸੀ ਪਤਾ ਹੋਵੇ, 100 ਸਾਲ ਪੁਰਾਣੀ ਗੱਲ ਹੈ, ਜ਼ਮਾਨਾ ਹੁਣ ਬਦਲ ਰਿਹਾ ਅਤੇ ਆਮ ਪਬਲਿਕ ਦੇ ਵਿੱਚ ਆਮ ਲੋਕਾਂ 'ਚ ਇਹ ਗੱਲਾਂ ਨਹੀਂ ਸੀਗੀਆਂ। ਸੁੱਚਾ ਸਿੰਘ ਉਸ ਵਕਤ ਸੁੱਚਾ ਸਿੰਘ ਹੀ ਸੀ ਪਿੰਡ ਦੇ ਵਿੱਚ, ਸੂਰਮਾ ਫਿਰ ਕਿਵੇਂ ਬਣਦਾ ਜਿਹੜਾ ਤੁਹਾਡੇ ਆਮ ਲੋਕਾਂ ਦੀ ਨਜ਼ਰ 'ਚ, ਤੁਸੀਂ ਪਿੰਡ ਦੇ ਵਿੱਚ ਵੀ ਪਤਾ ਲੱਗਿਆ ਹੋਊ ਬਜ਼ੁਰਗਾਂ ਨੂੰ ਵੀ ਸੂਰਮਾ ਕਿਵੇਂ ਕਹਿਣ ਲੱਗੇ ਆ? ਸੂਰਮਾ ਤਾਂ ਉਹਨਾਂ ਨੂੰ ਜਦੋਂ ਇਹ ਕੰਮ ਕਰਤਾ ਸੀ ਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਚੰਗਾ ਕੰਮ ਕਰੇ ਉਹਨੂੰ ਕਹਿ ਦਿੰਦੇ ਆਪਾਂ ਵੀ ਸੂਰਮਾ ਜੀ ਜੀ, ਉਹ ਜੋ ਕੁੱਕਰ ਵਾਲਾ ਕੰਮ ਕੀਤਾ ਕੁੱਕਰ ਦਾ ਵੀਰੋ ਵਾਲਾ ਜੀ ਜੀ, ਤਾਂ ਵਾਕਈ ਲੋਕ ਕਹਿਣ ਲੱਗ ਗਏ ਸੀ ਵੀ ਬੰਦਾ ਇਹ ਸੂਰਮਾ। ਅੱਛਾ, ਪਰ ਜਦੋਂ ਗੰਗਾ ਵਾਲਾ ਕਰਤਾ ਜੀ ਜੀ, ਕਿਉਂ ਮਾਈ ਨੇ ਕਿਹਾ ਸੀ ਵੀ ਕੋਈ ਉੱਠੇ ਸੂਰਮਾ ਵੀ ਜਿਹੜਾ ਕੋਈ ਆਪਣਾ ਅੱਜ ਧਰਮ ਬਚਾ ਲੂਗਾ, ਤਾਂ ਉਹਨਾਂ ਨੂੰ ਮਤਲਬ ਬੁੱਚੜਾਂ ਨੂੰ ਮਾਰ ਕੇ ਜੀ ਗਊਆਂ ਛੁਡਾਈਆਂ। ਅੱਛਾ, ਤਾਂ ਉਸ ਦਿਨ ਉਹ ਜੋ ਮਾਈ ਦੇ ਬੋਲ ਸੀ ਨਾ, ਉਹ ਮਾਈ
ਉਸੇ ਵਕਤ ਸੁੱਚਾ ਸਿੰਘ ਨੂੰ ਸੁੱਚਾ ਸੂਰਮਾ ਕਹਿਣ ਲੱਗੇ ਸੁੱਚਾ ਸੂਰਮਾ ਕਹਿਣ ਜੀ 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 ਇਹ ਜਿਹੜਾ ਸਮਾਂ ਸੀ ਜਦੋਂ ਪਿੰਡੋਂ ਜਾਂਦੇ ਨੇ ਉਸ ਤੋਂ ਬਾਅਦ ਕੀ ਉਹ ਵਾਪਸ ਫਿਰ ਪਿੰਡ ਆ ਕੇ ਰਹਿਣ ਲੱਗਦੇ ਨੇ ਜਾਂ ਉਹਦੇ ਬਾਰੇ ਕੀ ਆ ਅੱਗੇ ਕੀ ਸੁਣਦੇ ਹੋ ਤੁਸੀਂ ਨਹੀਂ ਉਹ ਤੋਂ ਬਾਅਦ ਨਾ ਜੀ ਉਹ ਡਾਕੂ ਸੀਗੇ ਜਿਹੜੇ ਅੱਛਾ ਇੱਕ ਬੱਪੀ ਵਾਲੇ ਦਾ ਡਾਕੂ ਸੀ ਜੀ ਜੀ ਇੱਕ ਹੋਰ ਡਾਕੂ ਸੀਗਾ ਇਹ ਦੋ ਡਾਕੂ ਸੀਗੇ ਅੱਛਾ ਜੀ ਚਿਮਨਾ ਸਿੰਘ ਸੀਗਾ ਇੱਕ ਤਾਂ ਬੱਪੀ ਵਾਲੇ ਦਾ ਦੂਜੇ ਦਾ ਨਾਂ ਮੇਰੇ ਹੁਣ ਦਿਮਾਗ ਤੇ ਨਹੀਂ ਆ ਰਿਹਾ ਇਹ ਦੋ ਡਾਕੂ ਸੀਗੇ ਉਹ ਡਾਕੂਆਂ ਦੇ ਨਾਲ ਹੀ ਰਹਿਣ ਲੱਗ ਗਏ ਉਹਨੇ ਉਹਨਾਂ ਦੇ ਡਾਕੇ ਮਾਰਨੇ ਬੰਦ ਕੀਤੇ ਨੇ ਅੱਛਾ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀਗਾ ਸੁੱਚੇ ਦੇ ਨਾਂ ਤੇ ਅੱਛਾ ਸੁੱਚੇ ਦੇ ਨਾਂ ਤੇ ਦਹਿਸ਼ਤ ਦਾ ਮਾਹੌਲ ਸੀ ਤਾਂ ਡਾਕੂ ਹੋਰ ਡਾਕੇ ਮਾਰ ਲੈਂਦੇ ਉਹ ਘਟੀਆ ਕੰਮ ਕਰ ਦਿੰਦੇ ਤਾਂ ਫਿਰ ਇਸ ਏਰੀਏ ਦੇ ਵਿੱਚ ਜੋ ਡਾਕੂ ਸੀਗੇ ਸਾਰੇ ਡਾਕੂਆਂ ਦੇ ਨਾਲ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੂੰ ਵੀ ਸਿੱਧੇ ਰਾਹ ਪਾਇਆ ਇਹਨਾਂ ਨੇ ਅੱਛਾ ਹਾਂਜੀ ਮਤਲਬ ਜਿਹੜੇ ਵੀ ਸੰਪਰਕ 'ਚ ਆਈ ਗਏ ਉਹਨਾਂ ਨੂੰ ਜਿੰਨੇ ਸੰਪਰਕ 'ਚ ਆਈ ਗਏ ਹਾਂ ਉਹਨਾਂ ਨੂੰ ਸਹੀ ਲੀਹ 'ਤੇ ਲੈ ਕੇ ਆਇਆ ਉਹਨਾਂ ਦਾ ਲੁੱਟਿਆ ਹੋਇਆ ਮਾਲ ਸੀਗਾ ਜਿਹੜਾ ਉਹ ਗਰੀਬਾਂ ਦੇ ਵਿੱਚ ਹੀ ਮਤਲਬ ਫਿਰ ਵੰਡਾਇਆ ਜੀ ਜੀ ਅੱਛਾ ਜਦੋਂ ਪਿੰਡ ਉਸ ਤੋਂ ਬਾਅਦ ਇਹ ਡਾਕੂਆਂ ਨੂੰ ਸਿੱਧੇ ਰਾਹ ਪਾਉਂਦੇ ਨੇ ਬੁੱਚੜਾਂ ਨੂੰ ਮਾਰਦੇ ਨੇ ਡਾਕੂਆਂ ਨੂੰ ਸਿੱਧੇ ਰਾਹ ਪਾਉਂਦੇ ਨੇ ਫਿਰ ਇਹਨਾਂ ਦਾ ਜਿਹੜਾ ਸਮਾਂ ਆਖਰੀ ਸਮਾਂ ਜਦੋਂ ਇਹ ਗਹਿਰੀ ਭਾਗੀ ਜਾਂਦੇ ਨੇ ਗਹਿਰੀ ਭਾਗੀ ਮੇਰਾ ਖਿਆਲ ਇਹਨਾਂ ਦਾ ਨਾਨਕਾ ਪਿੰਡ ਸੀਗਾ ਜੀ ਗਹਿਰੀ ਭਾਗੀ ਨਾਨਕੇ ਸੀਗੇ ਨਾਨਕੇ ਇਹਨਾਂ ਦੇ ਦੋ ਤਾਏ ਰਹਿੰਦੇ ਸੀ ਉਹਨਾਂ ਦੀ ਜ਼ਮੀਨ ਦੀ ਢੇਰੀ ਦੇ ਵਿੱਚ ਇਹ ਉੱਥੇ ਰਹਿੰਦੇ ਸੀ ਕਈ ਇਹ ਕਹਿੰਦੇ ਨੇ ਵੀ ਸਮਾਉਂ ਰਹਿੰਦੇ ਨੇ ਨਾ ਹਾਂਜੀ ਸਮਾਉਂ ਜੱਦੀ ਪਿੰਡ ਹੈ ਉੱਥੇ ਇਹਨਾਂ ਦੇ ਦੋ ਤਾਏ ਰਹਿੰਦੇ ਸੀ ਅੱਛਾ ਦੋ ਤਾਏ ਉੱਥੇ ਰਹਿੰਦੇ ਉੱਥੇ ਰਹਿੰਦੇ ਸੀ ਉਸ ਢੇਰੀ 'ਤੇ ਜਾ ਹਾਂਜੀ ਜੀ 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 ਅਤੇ ਉਸ ਵਕਤ ਫਿਰ ਇਹ ਉਸ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਲੋਕਾਂ 'ਚ ਚਰਚਾ ਹੋ ਗਈ ਵੀ ਘੁੱਕਰ ਮਾਰਿਆ ਗਿਆ ਅਤੇ ਇਹ ਇਹ ਗੱਲਬਾਤ ਜਿਹੜੀ ਇੱਕ ਭਾਗ ਸਿੰਘ ਦਾ ਨਾਂ ਵੀ ਲੋਕਾਂ ਦੇ ਸਾਹਮਣੇ ਆਉਂਦਾ ਹਾਂਜੀ ਉਹ ਕਰੈਕਟਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਭਾਗ ਸਿੰਘ ਨੂੰ ਵਿਚੋਲੇ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦਾ ਜਿਵੇਂ ਉਸ ਵਕਤ ਇਹ ਬਿਲਵੀਰੇ ਨੂੰ ਮਾਰਨ ਤੋਂ ਬਾਅਦ ਪਿੰਡੋਂ ਜਾਂਦੇ ਨੇ ਅਤੇ ਗੋਲੀ ਕਹਿੰਦੇ ਭਾਗ ਸਿੰਘ ਦੇ ਹੀ ਵੱਜਦੀ ਹੈ ਫਿਰ ਭਾਗ ਸਿੰਘ ਕਿਵੇਂ ਵੱਜ ਜਾਂਦੇ ਨੇ ਭਾ ਉਦੋਂ ਰਾਤ ਦਾ ਟਾਈਮ ਸੀਗਾ ਜੀ ਜੀ ਰਾਤ ਦਾ ਟਾਈਮ ਸੀ ਉਹ ਮਾਰਨਾ ਦਾ ਮਥਾ ਸੀ ਭਾਗ ਵੀ ਇਹਨਾਂ ਨੇ ਕਿਉਂ ਘੁੱਕਰ ਤਾਂ ਦਿਨ ਦੇ ਛਪਿਆ ਨਾਲ ਮਾਰਤਾ ਸੀ ਜੀ ਅਤੇ ਫਿਰ ਉਹ ਰਾਤ ਦਾ ਟਾਈਮ ਹੋ ਗਿਆ ਉਹਨਾਂ ਨੂੰ ਮਾਰਨਾ ਤਾਂ ਚਾਹਿਆ ਵੀ ਉਹਦੇ ਡੰਗਰ ਬੱਚੇ ਸਾਰੇ ਖੋਲਤੇ ਸੀ ਜੇ ਵੀ ਸ਼ਾਇਦ ਬਾਹਰ ਆਊਗਾ ਤਾਂ ਭਾਗ ਬਹੁਤ ਚੁਸਤ ਸੀਗਾ ਉਹਨੂੰ ਇਹ ਸੀ ਵੀ ਇਹ ਸੁੱਚੇ ਦਾ ਘਰ ਹੈ ਅਤੇ ਉਹ ਬਾਹਰ ਨਹੀਂ ਨਿਕਲਿਆ ਤਾਂ ਮਤਲਬ ਛੱਤ ਦੇ ਨਾ ਇੱਕ ਦਬਕਾ ਜਿਹਾ ਹੁੰਦਾ ਪੁਰਾਣੇ ਬਜ਼ੁਰਗ ਜਾਣਦੇ ਦਬਕੇ ਉਹ ਦਬਕੇ ਦਬਕੇ ਦੇ ਪੈ ਗਿਆ ਸੀ ਇਹਨੇ ਫਿਰ ਉਹ 'ਤੇ ਫਾਇਰ ਮਾਰਿਆ ਜਦੋਂ ਉਹਦੇ ਗਿੱਟੇ 'ਚ ਫਾਇਰ ਲੱਗਿਆ ਜੀ ਅੱਛਾ ਜੀ ਹਾਂਜੀ ਭਾਗ ਫਿਰ ਫਾਇਰ ਜ਼ਰੂਰ ਲੱਗ ਗਿਆ ਮਰਿਆ ਨਹੀਂ ਸੀ ਉਹ ਤਾਂ ਆਪਦੀ ਮੌਤ ਭੋਗ ਕੇ ਮਰਿਆ ਲੰਬੀ ਉਮਰ ਬਾਅਦ ਹਾਂਜੀ ਮੇਜਰ ਸਿੰਘ ਜੀ ਮੈਂ ਤੁਹਾਡੇ ਤੱਕ ਫੇਰ ਆਵਾਂਗਾ ਜਦੋਂ ਸੁੱਚਾ ਸਿੰਘ ਸੂਰਮਾ ਨੂੰ ਗਹਿਰੀ ਭਾਗੀ ਤੋਂ ਸਾਦਾ ਆਉਂਦਾ ਹੈਗਾ ਸੁੱਚਾ ਸਿੰਘ ਸੂਰਮਾ ਉਸ ਵਕਤ ਸੂਰਮਾ ਬਣ ਗਿਆ ਸੀ ਲੋਕਾਂ ਦੇ ਲਈ ਅਤੇ ਗਹਿਰੀ ਭਾਗੀ ਦੇ ਵਿੱਚ ਜਿਹੜੀ ਗੱਲ ਜੁੜਦੀ ਉਹਨਾਂ ਦੀ ਰਾਜ ਕੌਰ ਅਤੇ ਗੱਜਣ ਵੈਲੀ ਨੂੰ ਮਾਰਨ ਦੀ ਅਤੇ ਉਦੋਂ ਤੱਕ ਸੁੱਚਾ ਸਿੰਘ ਨੇ ਉਸ ਕਿੰਨੇ ਕਤਲ ਕਰਤੇ ਸੀ ਹੋਰ ਅਤੇ ਉੱਥੇ ਜਾਣ ਦਾ ਉਹਨਾਂ ਦਾ ਸਬੱਬ ਕਿਵੇਂ ਬਣਦਾ ਕੌਣ ਸੱਦ ਕੇ ਲੈ ਕੇ ਜਾਂਦਾ ਉੱਥੇ ਜਾ ਕੇ ਕਿਵੇਂ ਉਹ ਕਤਲ ਕਰਦੇ ਨੇ ਦੋ ਹੋਰ ਇਹ ਥੋੜ੍ਹਾ ਜਿਹਾ ਹੋਰ ਖੋਲ੍ਹ ਕੇ ਦੱਸੋ ਕਤਲ ਤਾਂ ਇਹ ਜੀ ਦੇਖੋ ਇੱਥੇ ਬਲਵੀਰੋ ਅਤੇ ਘੁੱਕਰ ਦੇ ਵੀ ਕਤਲ ਹੋ ਗਏ ਦੋ ਤਾਂ ਇਹ ਹੋ ਗਏ ਦੋ ਇਹ ਹੋ ਗਏ ਬਿਲਕੁਲ ਬੁੱਚੜਾਂ ਦੇ ਵੀ ਹੋ ਗਏ ਜੀ ਜੀ ਫਿਰ ਅੱਗੇ ਜਿਹੜੀ ਉਹ ਬੁੜੀ ਨੇ ਦੱਸਿਆ ਸੀ ਨਾ ਜੀ ਵੀ ਇੱਧਰ ਗਏ ਨੇ ਉਹ ਬੁੱਚੜ ਜੀ ਗਊਆਂ ਲੈ ਕੇ ਜੀ ਜੀ ਉਹ ਬੁੱਚੜ ਉਹ ਬੁੜੀ ਨੂੰ ਤੰਗ ਕਰਨ ਲੱਗ ਗਏ ਜੀ ਅੱਛਾ ਉਹ ਬੁੜੀ ਦੀ ਕੁੜੀ ਨਾਲ ਮਤਲਬ ਵੀ ਧੱਕੇ ਨਾਲ ਵੀ ਅਸੀਂ ਵਿਆਹ ਖੇਲ ਜਾਵਾਂ ਅੱਛਾ ਉਹ ਬਰਾਤ ਲੈ ਕੇ ਆ ਗਏ ਸੀ ਅੱਛਾ ਹਾਂਜੀ ਉਹ ਬਰਾਤ ਲੈ ਕੇ ਆ ਗਏ ਉਦੋਂ ਜੋ ਪੰਜ ਚਾਰ ਬੰਦੇ ਜੋ ਵੀ ਆਏ ਉਹ ਤਾਂ ਉਹ ਬਰਾਤ ਦੇ ਵਿੱਚ ਮਤਲਬ ਬੁੱਚੜੇ ਨੇ ਫੇਰ ਵੀ ਮਾਰਤੇ ਨੇ ਅੱਛਾ ਹਾਂ ਜੀ ਤੇ ਉਹ ਬੁੱਚੜ ਫੇਰ ਮਾਰਤੇ ਬਾਕੀ ਭੱਜ ਪੁੱਜ ਗਏ ਉਦੋਂ ਤੇ ਕਤਲ ਤਾਂ ਇਹਨੇ ਜੀ ਉਦੋਂ ਨੂੰ 12-13 ਕਤਲ ਕਰਤੇ ਸੀ ਮਤਲਬ 12-13 ਕਤਲ ਕਰ ਦਿੱਤੇ ਹਾਂਜੀ ਉਸ ਤੋਂ ਬਾਅਦ ਗਹਿਰੀ ਭਾਗੀ ਵੱਲ ਸੁੱਚਾ ਸਿੰਘ ਕਿਵੇਂ ਵੱਧਦਾ ਫਿਰ ਗਹਿਰੀ ਭਾਗੀ ਜੀ ਉਸ ਨੂੰ ਜਿਵੇਂ ਮੈਂ ਦੱਸਿਆ ਹੀ ਹੈ ਵੀ ਪਰਿਵਾਰ ਇੱਕੋ ਹੀ ਸੀ ਉੱਥੇ ਵਾਲਾ ਅਤੇ ਇੱਥੇ ਵਾਲਾ ਜੀ ਜੀ ਉੱਥੋਂ ਫਿਰ ਇਹਨਾਂ ਦਾ ਭਤੀਜਾ ਇਹਨਾਂ ਨੂੰ ਲੈਣ ਵਾਸਤੇ ਆ ਗਿਆ ਉਹ ਸੇਮ ਇਸੇ ਤਰ੍ਹਾਂ ਦੀ ਕਹਾਣੀ ਜਿਵੇਂ ਘੁੱਕਰ ਤੇ ਬੀਰੋ ਦੀ ਸੀ ਇਸੇ ਤਰ੍ਹਾਂ ਦੀ ਕਹਾਣੀ ਉੱਥੇ ਸੀ ਉਹ ਕਹਿੰਦੇ ਵੀ ਚਾਚਾ ਤੂੰ ਚੱਲ ਉੱਥੇ ਤਾਂ ਇਹ ਇਹਨੇ ਮਨ 'ਚ ਤਾਂ ਸਾਧਾਂ ਵਾਲਾ ਰੂਪੀ ਧਾਰ ਹੀ ਲਿਆ ਸੀ ਉਦੋਂ ਵੀ ਹੁਣ ਆਪਾਂ ਦੁਨੀਆਦਾਰੀ ਤੋਂ ਪਾਸੇ ਆਪਦਾ ਮਨ ਹੀ ਉਹ ਕਰ ਲਿਆ ਸੀ ਵੀ ਜੋ ਕੰਢੇ ਸੀ ਆਪਾਂ ਕੱਢਤੇ ਤੇ ਬਹੁਤ ਉੱਚੀ ਸੋਚ ਰੱਖਦੇ ਸੀਗੇ ਫਿਰ ਉਸ ਤੋਂ ਬਾਅਦ ਇਹ ਉਹਨੂੰ ਕਹਿੰਦੇ ਵੀ ਤੂੰ ਵਗ ਜਾ ਮੇਰੀ ਰਫਲ ਲੈ ਜਾ ਵੀ ਰਫਲ ਲੈ ਜਾ ਤੂੰ ਉਹ ਕਹਿੰਦਾ ਵੀ ਮੈਥੋਂ ਇਹ ਕੰਮ ਹੋਣਾ ਨੀ ਤੂੰ ਰੋਣ ਲੱਗ ਗਿਆ ਮਿਹਣੇ ਮਾਰਨ ਲੱਗ ਗਿਆ ਵੀ ਚਾਚਾ ਫਿਰ ਜਦੋਂ ਤੂੰ ਇੱਥੋਂ ਵਾਲੀ ਇੱਜ਼ਤ ਬਚਾਈ ਉੱਥੋਂ ਵਾਲੀ ਵੀ ਤੂੰ ਉਹ ਕਰ ਫਿਰ ਉਹਦੇ ਨਾਲ ਵਗ ਗਿਆ ਜੀ ਇਹ
जो पहला इनू गऊं वाला केस सी ना, अच्छा जी, गऊं वाले केस दे विच भी फांसी हो गई सी जी, केस चलिया उहदे विच गिरफ्तार होया है जिहड़ा पटियाला रियासत च जिहड़ा पहला गऊं वाले केस दा मुचड़ां नूं मारन दा मुकदमा सी। सोनू इह दसना चाहुंदे आ इत्थे वी जिहड़ा इन्ने बंदे मारे पहला तां माफ ही सीगे, फिर उह मारे जिहड़े बुचड़ जी गऊं वाले केस दे विच, उहदे विच वी इहनां नूं फांसी हो गई। फांसी हो गई, फांसी देनी नहीं ते दिन क्लीयर हो गया, या दिन नूं फांसी दित्ती जाऊगी जी जी। जो उस समय का जज कह लो आपां भी साहब कुछ भी कह लो, उनू ना रात नूं चैन ना आया करे, डर के उठा करे, अच्छा भी गऊआं आ गईआं, गऊआं आ गईआं। फिर उन्हें पड़चोल कीती भी किहड़ा गऊआं दे केस दे विच आया, तां सुच्चा सिंह दा नाम आया उन्हां दे विच, फाइलां पड़चोल कीतीआं, अच्छा तां उहदे विचों इह बरी करता फांसी दे विच, फांसी तो बरी हो गया ते नाल ताड़ना करती उस तों बाद भी अज तो बाद कोई बंदा नहीं मारना जी जी जी। पर बंदा उस तों बाद फिर इहने ओह राजकौर ते गज्जन सिंह मारते जी जी, ते कानूनी पक्ष भी हो गया जी, तां फिर उस तों बाद ओह केस चलिया जिहड़ा उहदे विच फांसी आई इहनूं, अच्छा हाँ ओह भीने की गवाही हुई उहदे ते, अच्छा भीने की गवाही ते सुच्चा सिंह नूं फांसी लगी। ओह केस जिहड़ा दुबारे चलदा फिर इहनां ते गज्जन सिंह ते राजकौर नूं मारन दा, ओह कित्थे चलदा, कोई है जानकारी उहदे बारे? नहीं उदों केस दा संबंधित थाणे नाल ही जो भी उत्थे थाणा लगदा सीगा जी, पर उदों कानून इह सी वी खून दा बदला खून सी, अच्छा जिथे कोई कतल करदा अपराध करदा ना उहनूं उत्थे सज़ा दित्ती जांदी सी, ढोल वजाए जांदे जी जी, तां कतले ने गहरी कीते सीगे जी जी, फिर उस थान के उत्ते लिया के इन्हों फांसी दिती है, अच्छा उदों ढोल ढाल बजाए, फिर लोगों का कट्ठ इस करके करते सी भी कट्ठ हो जाए तो पब्लिक नूं पता लग जाए भी अपराध घट जाए। बिल्कुल बिल्कुल, लोगों के सामने लिया के जिहड़ा फांसी दिती जांदी सी कातल नूं, अच्छा गहरी आई गहरी भागी पिंड है ये, बठिंडे जिले का पिंड, बठिंडे जिले का पिंड है जी जी जी। अच्छा उस तो बाद जदों सुच्चा सिंह सूरमे नूं फांसी का दिन आउंदा गा, फांसी वेले कहिंदे इस पिंड तों सुच्चा सिंह दा वड्डा भरा नारायण सिंह, नारायणा जिहनूं आपां बोली च कहिंदे आ, नारायणा अपने साथियां नूं पिंड चों लोकां नूं लै के कहिंदे उत्थे गहरी भागी फांसी वेले जांदा, किन्ने क लोक गए होणगे, कोई गल्लां बातां तुसीं सुणदे होवोगे पिंड चों, की माहौल होऊगा? उस समय तुर के जाते होंगे जी जी, जिहे जाहेगा सी उस समय दे जो पंचायती कह लो जां मोहतबर बंदे कह लो जी जी जी, उस समय दे गए बंदे इलाके दे विचों कट कीता, अच्छा कट कीता उहदे विच जदों इह गए तां सुच्चा सिंह ने इहनूं इशारा कीता होया सी, इक कोड वार्ड नंबर दिता होया सी, अच्छा भी जदों मैनूं फांसी देणगे तूं मेरा असला लै आई मेरे कोल, अच्छा असला उस वक्त नारायणे कोले पिंड सी, नारायणे नूं ओह होर कोड वार्ड नंबर भी उहदे दस्से होए सी, क्यों डाकुआं दे नाल भी उहने डाकुआं दी मड़क भन्नी सी, कहिंदे सी वी तूं उत्थों लै के मेरे कोल इक वारी आ जी जी जी, मैं उत्थों भी आपे निकलूं, अच्छा हां जदों इहनूं इशारा कीता तां इहने अगों ना करती भी मैं लै के नहीं आया जी जी, ते फिर उदों इहनूं फांसी ते भी चढ़ना पिया, अच्छा फांसी हस के चढ़िया फिर इह ते जकारे लाउंदा होया फांसी ते चढ़िया जी जी, ते ਉਹਨੇ ਨਾਲ ਇਹ ਵੀ ਆਖਰੀ ਸ਼ਬਦ ਕਿਹਾ ਵੀ ਗਊ ਤੇ ਗਰੀਬ ਕਰਨ ਵਾਲਿਆਂ ਦੇ ਮੜੀਆਂ ਤੇ ਮੇਲੇ ਲੱਗਣਗੇ, ਜਿਹਦਾ ਅੱਜ ਸਬੂਤ ਹੈ ਅੱਜ ਆਪਾਂ ਉਹਨਾਂ ਦੇ ਉਹ ਬੋਲਾਂ ਦੇ ਕਰਕੇ ਅੱਜ ਇਸ ਜਗ੍ਹਾ ਤੇ ਬੈਠੇ ਆਪਾਂ, ਅੱਜ ਮੇਲੇ ਲੱਗਦੇ ਨੇ। ਬਿਲਕੁਲ, ਅੱਛਾ ਸੁੱਚਾ ਸਿੰਘ ਸੂਰਮਾ ਨੂੰ ਫਾਂਸੀ ਲੱਗ ਜਾਂਦੀ ਹੈ, ਉਸ ਤੋਂ ਬਾਅਦ ਤੁਸੀਂ ਦੱਸ ਦਿਓ ਵੀ ਸੰਮਤ 1973 ਦੇ ਵਿੱਚ ਜਿਹੜੇ ਆ ਉਹ ਫੁੱਲ ਪਾਏ ਜਾਂਦੇ ਨੇ ਹਰਿਦੁਆਰ ਦੇ ਵਿੱਚ, ਤੇ ਨਾਰਾਇਣ ਸਿੰਘ ਫੁੱਲ ਪਾ ਕੇ ਆਉਂਦਾ ਆਪਣੇ ਸਾਥੀਆਂ ਦੇ ਨਾਲ ਜਾ ਕੇ, ਤੇ ਇਹ ਜਿਹੜਾ ਪਰਿਵਾਰ ਆ ਬਾਈ ਹੁਣੀ ਸੁੱਚਾ ਸਿੰਘ ਸੂਰਮੇ ਦੇ ਪਰਿਵਾਰ ਦੀ ਅਗਲੀ ਅੰਸ਼ਵੰਸ਼ ਜਿਹੜੇ ਇਸ ਪਿੰਡ 'ਚ ਉਹਨਾਂ ਦੀ ਕਹਿੰਦੇ 60-65 ਕਿੱਲੇ ਜ਼ਮੀਨ ਦੀ ਢੇਰੀ 'ਤੇ ਪਰਿਵਾਰ ਆ ਕੇ ਰਹੇ, ਹਾਂਜੀ ਹਾਂਜੀ, ਇਹ ਕਦੋਂ ਕਾਏ ਨੇ ਪਿੰਡ ਦੇ ਵਿੱਚ, ਕੁਛ ਸਮਾਂ ਉਹਨਾਂ ਦੀ ਜ਼ਮੀਨ ਜਾਂ ਘਰ ਬਾਰ ਖਾਲੀ ਵੀ ਰਿਹਾ ਹੋਊਗਾ ਫਿਰ ਪਿੰਡ 'ਚ, ਜਿਵੇਂ ਉਹ ਚਲੇ ਗਏ ਉਸ ਤੋਂ ਬਾਅਦ ਉਹਨਾਂ ਭਰਾ ਨਾਰਾਇਣ ਸਿੰਘ ਤਾਂ ਪਿੰਡ 'ਚ ਹੀ ਸੀ? ਦੇਖੋ ਜੀ ਜਿਹੜਾ ਪੁਰਾਣਾ ਸਮਾਂ ਸੀ ਨਾ ਜੀ, ਉਦੋਂ ਅੱਗੇ ਜ਼ਮੀਨਾਂ ਦੇ ਹਾਲੇ ਹੂਲੇ ਭਰਨੇ ਵੀ ਬਹੁਤ ਔਖੇ ਹੋ ਜਾਂਦੇ। ਬਿਲਕੁਲ, ਪੰਜਾਂ ਰਹਿੰਦੀਆਂ ਜ਼ਮੀਨਾਂ, ਇਸੇ ਤਰ੍ਹਾਂ ਕੋਈ ਜ਼ਮੀਨ ਬਹੁਤੀ ਜ਼ਮੀਨ ਵਾਲਾ ਉਸ ਸਮੇਂ ਵੀ ਬੜਾ ਸੌਖਾ ਨਹੀਂ ਸੀ, ਬੇਵਾਦ ਹੀ ਹੁੰਦੀਆਂ, ਬੇਵਾਦ ਜ਼ਮੀਨਾਂ ਹੁੰਦੀਆਂ, ਤਾਂ ਇਸ ਪਰਿਵਾਰ ਨੂੰ ਵੀ ਹੋ ਗਏ 45 ਸਾਲ ਇੱਥੇ ਆਇਆ ਨੂੰ। ਅੱਛਾ ਇਹਨਾਂ ਨੂੰ 45 ਸਾਲ ਹੋਏ? ਹਾਂ 45 ਸਾਲ ਇਹਨਾਂ ਨੂੰ ਵੀ, ਲਗਭਗ 45 ਸਾਲ ਇੱਥੇ ਆਇਆ ਨੂੰ ਹੋ ਗਏ ਜੀ ਜੀ। ਅੱਜ ਕੱਲ੍ਹ ਜਿਹੜੀ ਸੁੱਚਾ ਸਿੰਘ ਸੂਰਮਾ ਅਤੇ ਨਾਰਾਇਣ ਸਿੰਘ ਦੇ ਨਾਂ 'ਤੇ ਜਿਹੜੀ ਜ਼ਮੀਨ ਬੋਲਦੀ ਸੀ ਉਹ ਇਸ ਪਰਿਵਾਰ ਦੇ ਕੋਲ ਹੈ? ਹਾਂ ਉਹ ਅੱਜ ਇਸ ਪਰਿਵਾਰ ਕੋਲ ਹੈ ਜੀ, ਰਿਕਾਰਡ 'ਚ ਚੜ ਗਈ ਜੀ, ਕਾਨੂੰਨੀ ਹੱਕ ਬਣ ਗਿਆ ਜੀ ਇਹਨਾਂ ਦਾ, ਜਿਵੇਂ ਉਦੋਂ ਖੂਨ ਦੇ ਰਿਸ਼ਤੇ 'ਚ ਜਾਂਦਾ ਸੀ ਨਾ, ਉਹ ਖੂਨ ਦੇ ਰਿਸ਼ਤੇ 'ਚ ਆ ਗਏ, ਜਿਵੇਂ ਹੱਕੀਆਂ ਨੂੰ ਹੱਕ ਮਿਲਦਾ ਸੀ ਇਹਨਾਂ ਨੂੰ ਹੱਕ ਮਿਲ ਗਿਆ ਜੀ ਜੀ, ਇਹਨਾਂ ਨੂੰ ਹੱਕ ਦਿੱਤਾ, ਹੱਕ ਇਹਨਾਂ ਦੇ ਨਾਂ ਚੜ ਗਏ ਕਾਗਜ਼ਾਂ 'ਚ, ਅੱਛਾ ਹੁਣ ਇਹ ਮਾਲਕ ਨਿਕਲਦੇ ਜੀ ਜੀ ਜੀ। ਕੁੱਕਰ ਦੇ ਹੱਕੀਆਂ ਨੂੰ ਵੀ ਉਹ ਕੁੱਕਰ ਦੇ ਹੱਕੀਆਂ ਨੂੰ ਮਿਲ ਗਿਆ ਜੀ, ਕੁੱਕਰ ਦੀ ਮੁੜ ਕੇ ਆਇਆ ਜੀ, ਉਹ ਕੁਛ ਟਾਈਮ ਬਾਅਦ ਉਹਨਾਂ ਨੇ ਖਾਗ ਖੋਗਾਂ 'ਚ ਕਢਾ ਕੇ, ਅੱਛਾ ਉਹ ਵੀ ਕੁੱਕਰ ਦੇ ਪਰਿਵਾਰ 'ਚ ਲਾਣੇ 'ਚ ਵੰਡੀ ਗਈ ਜੀ ਜੀ ਜੀ।
अच्छा जो कुकर की मौत होंगी है कुकर सुचा सिंह द्वारा मार दिता जाता गा उन्हों का बेटा से एक वो बेटा कितने चलिया जाता उस तो बाद परिवार उन्होंने बाकी जिम्मे जाने पिंड च नहीं आए वो जी उस टाइम जाते सिंघा वगैरह अच्छा जी लग गया ला लो जिवें मर्जी ला लो ओहदा वहन बथेरा उत्थे हो गया ओहदा मुड़ के उहदे आंदा ने वी ओहदा पिंड च मूंह दिखा ही नहीं मुड़के इत्थे नहीं मुड़के ना मुड़के गया जी जी जदों किरा वग गया जी जी इह पंज भरा सी जी कुकर हो रहे अच्छा जी हां जी ਕੁੱਕਰ ਦਾ ਮੁੰਡਾ ਤਾਂ ਕੁੱਕਰ ਮਾਰਦਾ ਕੁੱਕਰ ਬਾਹਰ ਵਗ ਗਿਆ ਇੱਕ ਭਰਾ ਉਹਨਾਂ ਦਾ ਵਿਆਹਿਆ ਨਹੀਂ ਸੀਗਾ ਜੀ ਜੀ ਚਾਰ ਭਰਾਵਾਂ ਦੀ ਔਲਾਦ ਇੱਥੇ ਹੈਗੀ ਹੈ ਅੱਛਾ ਹਾਂ ਦੂਸਰੇ ਉਹ ਹੈਗੇ ਨੇ ਯਾਨੀ ਕੁੱਕਰ ਨੂੰ ਮਾਰਨ ਤੋਂ ਬਾਅਦ ਕੁੱਕਰ ਦਾ ਮੁੰਡਾ ਜਿਹੜਾ ਉਹ ਵਿਦੇਸ਼ ਚਲਿਆ ਗਿਆ ਜੀ ਉਹ ਵਿਦੇਸ਼ ਚਲੇ ਗਿਆ ਜੀ ਜੀ ਉਹਨਾਂ ਦੇ ਮੁਲਕਾਂ 'ਚ ਚਲੇ ਗਏ ਉਸ ਤੋਂ ਬਾਅਦ ਉਹਨਾਂ ਦੇ ਚਾਰ ਭਰਾਵਾਂ ਦਾ ਜਿਹੜਾ ਇੱਥੇ ਔਲਾਦ ਹੈ ਅਨਸਵੰਸ ਅੱਗੇ ਪਿੰਡ 'ਚ ਰਹਿੰਦੇ ਹਾਂ ਜੀ ਜੀ ਜਿਸ ਤਰ੍ਹਾਂ ਇਸ ਪਰਿਵਾਰ ਨੂੰ ਮਿਲ ਗਈ ਖੂਨ ਦੇ ਰਿਸ਼ਤੇ 'ਚ ਉਹ ਕੁੱਕਰ ਦੇ ਪਰਿਵਾਰ ਦੀ ਉਹਨਾਂ ਨੂੰ ਮਿਲ ਗਈ ਅੱਛਾ ਤੇ ਭਾਗ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਹਜੇ ਹੈਗਾ ਉਹ ਅੱਗੇ ਅਨਸਵੰਸ ਉਹਨਾਂ ਦੀ ਚੱਲ ਰਹੀ ਹੈ ਉਹ ਅਨਸਵੰਸ ਹੈਗੀ ਹੈ ਜੀ ਉਹ ਅੱਜ ਵੀ ਹੈਗੀ ਹੈ ਜੀ ਦੋਸਤੋ ਗੱਲਬਾਤ ਹੈ ਜਿਹੜੀ ਆਪਾਂ ਸੁੱਚਾ ਸਿੰਘ ਸੂਰਮਾ ਦੀ ਜ਼ਿੰਦਗੀ ਤੇ ਕਰ ਰਹੇ ਹਾਂ ਤੇ ਕਿਵੇਂ ਉਹਨਾਂ ਦੇ ਪਰਿਵਾਰਾਂ 'ਚ ਅੱਗੇ ਕੌਣ ਨੇ ਕਿਵੇਂ ਨੇ ਤੇ ਕੌਣ ਕੌਣ ਰਹਿ ਰਿਹਾ ਹੈ ਪੂਰੀ ਗੱਲਬਾਤ ਨਗਰ ਨਿਵਾਸੀ ਦੱਸ ਰਹੇ ਨੇ ਸਰਦਾਰ ਮਿੱਠਾ ਸਿੰਘ ਨੇ ਇਸ ਵਕਤ ਤੁਸੀਂ ਮੇਰੇ ਨਾਲ ਵੇਖ ਰਹੇ ਹੋ ਬੈਠੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੇ ਹੱਥ 'ਚ ਜਿਹੜੀ ਗੜਵੀ ਹੈ ਇਹ ਸੁੱਚਾ ਸਿੰਘ ਸੂਰਮਾ ਦੀ ਨਿਸ਼ਾਨੀ ਹੈ ਸੁੱਚਾ ਸਿੰਘ ਸੂਰਮਾ ਨੇ ਬਾਪੂ ਜੀ ਤੁਹਾਡੇ ਪਰਿਵਾਰ ਨੂੰ ਇਹ ਜਿਹੜੀ ਗੜਵੀ ਦਿੱਤੀ ਸੀ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਨੂੰ ਉਹ ਗੜਵੀ ਦੇ ਕੇ ਗਏ ਸੀ ਮੇਰਾ ਬਾਪੂ ਸੀ ਜੀ ਅੱਛਾ ਉਹਨਾਂ ਨਾਲ ਬਚਪਨ ਤੋਂ ਹੀ ਮਤਲਬ ਵੀ ਸਾਰੀ ਉਮਰ ਵਾਂਗ ਹੀ ਕੱਢਤੀ ਕੀ ਨਾਂ ਸੀ ਤੁਹਾਡੇ ਬਾਪੂ ਦਾ ਜੀ ਚੰਨਣ ਸਿੰਘ ਚੰਨਣ ਸਿੰਘ ਨੂੰ ਜਾਣੀ ਇਹ ਗੜਵੀ ਸੁੱਚਾ ਸਿੰਘ ਸੂਰਮਾ ਨੇ ਦਿੱਤੀ ਸੀ ਹਾਂ ਅੱਛਾ ਸਾਰੀ ਉਮਰ ਵਾਂਗ ਹੀ ਲੰਘ ਗਈ ਜੀ ਤਿੰਨ ਵਾਰੀ ਉਹ ਵਿਆਹ ਵੀ ਦਿੱਤਾ ਜੀ ਅੱਛਾ ਤੁਹਾਡਾ ਦਾਦੇ ਦੀ ਗੱਲ ਹੈ ਨਾ ਮੇਰੇ ਬਾਪੂ ਦੀ ਅੱਛਾ ਜੀ ਤੇ ਉਦੋਂ ਬਾਅਦ ਜੀ ਲਾ ਲਓ ਵੀ ਜ਼ਮੀਨ ਨੂੰ ਵੀ ਉਹਨੇ ਬੜਾ ਜ਼ੋਰ ਲਾਇਆ ਵੀ ਤੂੰ ਜ਼ਮੀਨ ਵੀ ਲੈ ਲੈ ਜ਼ਮੀਨ ਤੇ ਵੀ ਉਹਨੇ ਮਨਾਹੀ ਕਰੀ ਵੀ ਮੈਂ ਕੋਈ ਜ਼ਮੀਨ ਨਹੀਂ ਲੈਣੀ ਹੈਗੀ ਅੱਛਾ ਤੁਹਾਡੇ ਜਿਹੜੇ ਬਾਪੂ ਜੀ ਸੀ ਉਹ ਸੁੱਚਾ ਸਿੰਘ ਸੂਰਮਾ ਉਹਨਾਂ ਦੀ ਸੰਗਤ ਕਰਦੇ ਨਾਲ ਰਹਿੰਦੇ ਸੀ ਨਾਲ ਰਹਿੰਦੇ ਸੀਗੇ ਬੇਲੀ ਸੀਗੇ ਹਾਂ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਜ਼ਮੀਨ ਲੈ ਲਾ ਹਾਂ ਅੱਛਾ ਆਪਦੇ ਨਾਨਕਾ ਤੋਂ ਉਹਨੇ ਸਾਕ ਕਰਾਇਆ ਅੱਛਾ ਮੇਰੇ ਬਾਪੂ ਨੂੰ ਅੱਛਾ ਜੀ ਦੋ ਵਾਰੀ ਵਿਆਹਿਆ ਉੱਥੇ ਤੇ ਇੱਧਰ ਇੱਕ ਅਕਲੀਏ ਵਿਆਹਿਆ ਸੀ ਅੱਛਾ ਤਿੰਨ ਵਾਰੀ ਵਿਆਹਿਆ ਸੀ ਉਹਨਾਂ ਨੇ ਆਪਦੇ ਉਸ ਨਾਲ ਸਾਰੀ ਉਮਰ ਮੰਗੀ ਉਹਨਾਂ 'ਚ ਯਾਦਗਿਰੀ ਸਾਂਭ ਰੱਖੀ ਆ ਮੈਨੂੰ ਮੇਰਾ ਬਾਪੂ ਕਹਿੰਦਾ ਸੀ ਵੀ ਇਹ ਦੇਣੀ ਚੂਣੀ ਨੀ ਕਿਸੇ ਨੂੰ ਉਹਨੂੰ 20-25 ਸਾਲ ਹੋ ਗਏ ਜੀ ਮੇਰੇ ਬਾਪੂ ਨੂੰ ਵੀ ਮਰੇ ਨੂੰ ਅੱਛਾ ਐਡੀ ਕਹਾਣੀ ਹੈ ਜੀ ਮੈਂ ਇੱਥੋਂ ਅੱਗੇ ਕੁਛ ਕਹਿ ਨਹੀਂ ਸਕਦਾ ਜਿਹੜੇ ਮੇਰੇ ਬਾਪੂ ਨੇ ਮੈਨੂੰ ਦੱਸਿਆ ਸੀ ਉਹ ਮੈਂ ਤੁਹਾਨੂੰ ਦੱਸ ਜੀ ਜੀ ਹਾਂਜੀ ਬਾਕੀ ਇਹ ਅਰਦਾਸ ਸੀ ਹਾਂ ਸੋਨਾ ਨਾਲ ਮਾਰ ਵੀ ਸੀਰੀ ਪਾਣੀ ਰਲਦਾ ਕਰਕੇ ਅੱਛਾ ਜੀ ਬਾ ਵਾਸਤਾ ਜੀ ਜੀ ਬਾ ਵਾਸਤਾ ਜੀ ਸਾਡਾ ਜੀ ਜੀ ਮਾਰਾ ਨੌਕਰ ਉਹਨਾਂ ਦੀ ਅਰਦਾਸ ਕਰ ਜਾਂਦੀ ਜੀ ਉਹਨਾਂ ਦੀ ਜ਼ਮੀਨ ਪੈਲੀ ਖੇਤੀਬਾੜੀ ਦੇ ਵਿੱਚ ਹੱਥ ਵਟਾਉਂਦੇ ਸੀ ਖੇਤੀਬਾੜੀ ਕਰਦਾ ਸੀ ਹੱਥ ਵਟਾਉਂਦੇ ਸੀ ਜ਼ਮੀਨ ਵੀ ਤਾਂ ਹੁੰਦਾ ਨਹੀਂ ਜੀ ਤਾਂ ਜ਼ਮੀਨ ਕਿੰਨੀ ਜ਼ਮੀਨ ਦਿੰਦੇ ਸੀ ਜੀ ਤੁਸੀਂ ਕੋਈ ਸੁਣਿਆ ਹੋਊਗਾ ਜਾਂ ਤੁਹਾਨੂੰ ਪਤਾ ਹੋਊ ਵੀ ਉਦੋਂ ਕਿੰਨੀ ਜ਼ਮੀਨ ਕਹਿ ਰਹੇ ਸੀ ਵੀ ਜੇ ਤੁਹਾਡੇ ਬਜ਼ੁਰਗਾਂ ਨੂੰ ਲੈ ਲਓ ਐ ਜ਼ਮੀਨ ਦਾ ਜੀ ਉਹਦਾ ਕਹਿੰਦੇ ਵੀ ਜਿਹੜੀ ਤੇਥੋਂ ਸਮਝਿਆ ਨਾਮ ਲੈ ਅੱਛਾ ਇੱਥੇ ਤੇ ਕਹੋ ਸੀ ਉਦਾਂ ਜੀ ਜੀ ਉਹਨੇ ਮਨਾਹੀ ਕਰੀ ਉਸ ਨੂੰ ਮੈਂ ਜ਼ਮੀਨ ਲੈਣੀ ਨਹੀਂ ਹੈ ਸਿੱਧਾ ਆਉਂਗਾ ਜੀ ਇਹ ਗੜਬੀ ਹੈ ਦੋਸਤੋ ਜਿਹੜੀ ਇਹਦੇ ਤੇ ਕੁਛ ਅੱਖਰ ਵੀ ਜਿਹੜੇ ਲਿਖੇ ਨੇ ਕਾਫੀ ਸਾਰੇ ਅੱਖਰ ਜਿਹੜੇ ਮਿਟ ਚੁੱਕੇ ਨੇ ਅਸੀਂ ਤੁਹਾਨੂੰ ਕੈਮਰੇ 'ਚ ਕਲੋਜ਼ ਕਰਕੇ ਵੀ ਦਿਖਾਵਾਂਗੇ 2-9 ਜਿਹੜੇ ਅੱਖਰ ਪੜ੍ਹੇ ਜਾਂਦੇ ਨੇ ਮੇਰੇ ਖਿਆਲ ਦੇ ਵਿੱਚ ਇਹ ਜਿਵੇਂ ਪੁਰਾਣੇ ਬਜ਼ੁਰਗ ਜੀ ਆਪਣੀਆਂ ਗੜਬੀਆਂ ਇਸੇ ਤਰ੍ਹਾਂ ਦੇ ਭਾਂਡੇ ਅਕਸਰ ਰੱਖਿਆ ਕਰਦੇ ਸੀ ਇਹ ਉਸੇ ਤਰ੍ਹਾਂ ਸੁੱਚਾ ਸਿੰਘ ਸੂਰਮਾ ਇਹਨੂੰ ਵਰਤਦੇ ਹੋਣਗੇ ਬਿਲਕੁਲ ਸੋ ਦੋਸਤੋ ਇਹ ਇੱਕ ਯਾਦ ਹੈ ਜਿਹੜੀ ਉਹਨਾਂ ਦੀ ਅੱਜ ਮਿਲੀ ਹੈ ਅਤੇ ਇਹ ਤੁਹਾਨੂੰ ਅਸੀਂ ਇੱਕ ਨਵੀਂ ਚੀਜ਼ ਇਸ ਪ੍ਰੋਗਰਾਮ ਦੇ ਵਿੱਚ ਦਿਖਾਈ ਹੈ ਅਤੇ ਧੰਨਵਾਦ ਹੈ ਬਾਪੂ ਜੀ ਤੁਹਾਡਾ ਵੀ ਅੱਛਾ ਇੱਕ ਗੱਲ ਹੋਰ ਮੇਜਰ ਸਿੰਘ ਜੀ ਇੱਧਰ ਆਪਾਂ ਸਮਾਧ ਦੇ ਵਿੱਚ ਜਦੋਂ ਨਿਗਾਹ ਮਾਰਦੇ ਹਾਂ ਤਾਂ ਇੱਥੇ ਸੁੱਚਾ ਸਿੰਘ ਸੂਰਮਾ ਦਾ ਇੱਕ ਗੰਡਾਸਾ ਪਿਆ ਅਤੇ ਉਹਨਾਂ ਦੇ ਆਦਮਕਦ ਬੁੱਤ ਦੇ ਨਾਲ ਸਮਾਧ ਦੇ ਵਿੱਚ ਅਤੇ ਨਾਲ ਇੱਕ ਝੋਲਾ ਅਤੇ ਨਾਲ ਇੱਕ ਚਾਦਰਾ ਹੈਗਾ ਮੇਰਾ ਖਿਆਲ ਚਾਦਰ ਆ ਵੱਡੀ ਅਤੇ ਉਹਦੇ ਬਾਰੇ ਵੀ ਥੋੜ੍ਹਾ ਥੋੜ੍ਹਾ ਦੱਸੋ ਇਹ ਸਮਾਨ ਕਿਵੇਂ ਆ ਇੱਥੇ ਕਿਵੇਂ ਆਇਆ ਸਮਾਨ ਇਹ ਜਾਂ ਉਹਨਾਂ ਦੀ ਕੋਈ ਪੁਰਾਣੀ ਯਾਦ ਹੀ ਹੈ ਗੜਬੀ ਵਾਂਗ ਇਹ ਜਿਹੜਾ ਤਾਂ ਝੋਲਾ ਹੈ ਜੀ ਜੀ ਇਹ ਤਾਂ ਰੌਂਦਾਂ ਵਾਲਾ ਝੋਲਾ ਜੀ ਅੱਛਾ ਉਹ ਜਿਵੇਂ ਹੁਣ ਇਹਨਾਂ ਦਾ ਪਰਿਵਾਰ ਇੱਥੇ ਜੀ ਇਹ ਪਰਿਵਾਰ ਦੇ ਵਿੱਚ ਹੀ ਕਿਸੇ ਨਾ ਕਿਸੇ ਲੋਟ ਪੇਟੀ ਦੇ ਵਿੱਚੋਂ ਪੁਰਾਣਾ ਥਿਆ ਝੋਲਾ ਇਹਨਾਂ ਦੇ ਪਰਿਵਾਰ ਕੋਲੋਂ ਮਿਲਿਆ ਅੱਛਾ ਝੋਲਾ ਜਿਵੇਂ ਪੁਰਾਣੀਆਂ ਵਰਦੀਆਂ ਹੁੰਦੀਆਂ ਤਿਆਰ ਹੋਣ ਵਾਲੀਆਂ ਉਹ ਪਹਿਲਾਂ ਦਾ ਘਰੇ ਰੱਖਿਆ ਹੋਇਆ ਸੀ ਇਹਨਾਂ ਕੋਲੇ ਜਿਸ ਤਰ੍ਹਾਂ ਇਹ ਗੜਬੀ ਰੱਖੀ ਹੈ ਉਹ ਫਿਰ ਇੱਥੇ ਸੰਗਤ ਦੇ ਉਪਦੇਸ਼ ਨਾਲ ਹੀ ਕਹਿਣ ਨਾਲ ਵੀ ਸੰਗਤ ਹੋਰ ਦਰਸ਼ਨ ਕਰੂਗੀ ਫਿਰ ਉਹ ਝੋਲਾ ਇੱਥੇ ਰੱਖਦਾ ਰੌਂਦਾ ਵਾਲਾ ਦਾ ਅੱਛਾ
ਜਿਹੜੀ ਚਾਦਰ ਹੈ ਉਹ ਵੀ ਉਹਨਾਂ ਦੇ ਨਾਲ ਆ ਉਹ ਚਾਦਰ ਦੀ ਉਹ ਗਲਤੀ ਮਾਰਦੇ ਹੁੰਦੇ ਉੱਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਹ ਬਣ ਗਏ ਸੀ ਬੁੱਕਲ ਵੱਜਦੀ ਬੁੱਕਲ ਉੱਪਰ ਤੇ ਵਿੱਚ ਉਹਦੇ ਗੰਡਾਸੀ ਵੀ ਲੁਕ ਜਾਂਦੀ ਸੀ ਰਾਈਫਲ ਵੀ ਲੁਕ ਜਾਂਦੀ ਸੀ ਕਿਸੇ ਨੂੰ ਨਹੀਂ ਪਤਾ ਲੱਗਦਾ ਸੀ ਵੀ ਕੀ ਕੋਲੇ ਇਹ ਚਾਰ ਲੜਾ ਚਾਦਰ ਆਈ ਬਾਈ ਹਾਂ ਜੀ ਇਹ 9 ਮੀਟਰ ਦੀ ਚਾਦਰ ਹੈ ਜੀ ਇਹ 9 ਮੀਟਰ ਦੀ ਚਾਦਰ ਹੈ ਜੀ ਹੁਣ ਵਾਲਾ ਚਾਦਰ ਚਾਰ ਲੜਾ ਚਾਦਰ ਕਹਿੰਦੇ ਹਾਂ ਜੀ ਹਾਂ ਜੀ ਦੋਸਤੋ ਗੱਲਬਾਤ ਹੈ ਜਿਹੜੀ ਆਪਣੀ ਚੱਲ ਰਹੀ ਹੈ ਤੇ ਸਾਡੇ ਨਾਲ ਇਸ ਵਕਤ ਬਿਲਕੁਲ ਪਿੱਛੇ ਸਰਦਾਰ ਗੁਰਚਰਨ ਸਿੰਘ ਬੈਠੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਜਦੋਂ ਕੁੱਕਰ ਦਾ ਕਤਲ ਕੀਤਾ ਜਾਂਦਾ ਤਾਂ ਉਹਨਾਂ ਨੇ ਆਪਣੇ ਬਜ਼ੁਰਗਾਂ ਕੋਲੋਂ ਜਿਹੜਾ ਉਹ ਸੀਨ ਸੁਣਿਆ ਸੀਗਾ ਉਸ ਵਕਤ ਦ੍ਰਿਸ਼ ਕੀ ਸੀਗਾ ਗੁਰਚਰਨ ਸਿੰਘ ਜੀ ਤੁਸੀਂ ਇੱਕ ਬੜੀ ਵਧੀਆ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਤੁਸੀਂ ਉਹ ਗੱਲ ਜਿਹੜੀ ਦੱਸ ਰਹੇ ਸੀ ਜੀ ਥੋੜ੍ਹੀ ਜਿਹੀ ਦਰਸ਼ਕਾਂ ਨੂੰ ਖੋਲ੍ਹ ਕੇ ਦੱਸੋ ਵੀ ਉਸ ਵਕਤ ਸੁੱਚਾ ਸਿੰਘ ਸੂਰਮਾ ਕਿਹੜੇ ਪਾਸਿਓਂ ਆ ਰਿਹਾ ਸੀ ਤੇ ਕਿਵੇਂ ਪਿੰਡ ਚੋਂ ਨਿਕਲਦਾ ਕਤਲ ਕਰਕੇ ਉਹ ਜੀ ਤਖਤਮਲ ਤੋਂ ਘੁਲ ਕੇ ਆਇਆ ਸੀ ਅੱਛਾ ਤਖਤਮਲ ਉਹਨੇ ਚਾਰ ਮਲ ਢਾਹੇ ਤੇ ਸੁੱਚਾ ਸਿੰਘ ਨੇ ਨਾ ਕੁੱਕਰ ਸਿੰਘ ਨੇ ਜੀ ਜੀ ਤੇ ਉੱਥੇ ਉਹਨਾਂ ਨੇ ਕਿਹਾ ਸੀ ਵੀ ਤੈਨੂੰ ਘਿਓ ਇਕੱਠਾ ਕਰਕੇ ਦੇਵਾਂਗੇ ਤੂੰ ਗੁਰਦੁਆਰੇ ਜ਼ੋਰ ਕਰ ਅੱਛਾ ਉਹ ਕਹਿੰਦਾ ਮੈਂ ਬੋਤਾ ਮੰਗ ਕੇ ਲਿਆਇਆ ਬੋਤਾ ਮੈਂ ਬੰਨ ਕੇ ਫੇਰ ਆਉਂ ਜੀ ਜੀ ਤੇ ਇੱਥੇ ਜਦੋਂ ਉੱਥੋਂ ਤਖਤਮਲ ਤੋਰੇ ਆ ਗਿਆ ਸਮਾਂ ਜੀ ਜੀ ਮੱਗਾ ਸੂ ਨੰਬਰਦਾਰ ਕਹਿੰਦਾ ਤੇਰੀ ਉੱਧਰ ਛੇੜਛਾੜ ਹੈ ਬੋਤਾ ਤੇਰਾ ਮੈਂ ਬੰਨਿਆ ਹੋਣਾ ਅੱਛਾ ਤੇ ਉਹ ਕਹਿੰਦਾ ਵੀ ਮੇਰੇ ਮੂਹਰੇ ਕੌਣ ਖੜਦਾ ਮੈਂ ਤਾਂ ਆਪ ਬੰਨ ਕੇ ਆਉਂ ਬੋਤਾ ਅੱਛਾ ਉਹ ਬੋਤਾ ਬੰਨਣ ਗਿਆ ਜੀ ਤੇ ਬੋਤਾ ਬੰਨ ਕੇ ਚਰੀ ਦਾ ਗੰਨਾ ਲੈ ਕੇ ਭਾਦੋ ਦਾ ਮਹੀਨਾ ਸੀ ਅੱਛਾ ਚੌਂਤਰੀ ਤੇ ਬੈਠ ਕੇ ਚੁੱਪਣ ਲੱਗ ਗਿਆ ਕੋਕਰ ਮੱਲ ਹਾਂ ਸੋਭੂ ਦੀ ਚੌਂਤਰੀ ਤੇ ਜੀ ਜੀ ਤੇ ਅੰਦਰ ਭਪਾਲ ਵਾਲੇ ਬਖਤੌਰ ਨੰਬਰਦਾਰ ਨਾਲ ਰਫਲ ਦਾ ਸੌਦਾ ਹੋਈ ਜਾਂਦਾ ਸੀ ਅੱਛਾ ਤੇ ਉਹ ਸੌਦਾ ਹੋ ਕੇ ਜਦੋਂ ਬਾਹਰ ਨਿਕਲੇ ਜੀ ਉਹਨੇ ਕਿਹਾ ਵੀ ਮੈਂ ਉਹ ਕੌਂਚ ਮਾਰੂ ਉਹਨਾਂ ਨੂੰ ਅੱਛਾ ਵੀ ਸਾਨੂੰ ਚਲਾ ਕੇ ਦਿਖਾ ਦੇ ਜੀ ਜੀ ਤੇ ਉਹ ਤਾਂ ਪਹਿਲਾਂ ਝਾਕਣ ਲੱਗ ਗਏ ਕੌਂਕ ਨਹੀਂ ਅੱਛਾ ਉਹਨਾਂ ਨੇ ਕੁੱਕਰ ਦੀ ਹਿੱਕ 'ਚ ਠੋਕੀ ਅੱਛਾ ਜੀ ਹਾਂ ਤੇ ਕੁੱਕਰ ਉੱਥੇ ਮਾਰਤਾ ਉਹ ਭੱਜ ਗਏ ਅੱਛਾ ਨੰਬਰਦਾਰ ਨੇ ਜੀ ਫੇਰ ਜਾ ਕੇ ਵੀਰੋ ਮਾਰੀ ਉਸ ਤੋਂ ਬਾਅਦ ਵੀਰੋ ਨੂੰ ਹਾਂਜੀ ਜੀ ਇੰਨੀ ਗੱਲ ਨਹੀਂ ਪਤਾ ਜਦੋਂ ਸੁੱਚਾ ਫਿਰ ਪਿੰਡੋਂ ਬਾਹਰ ਜਾਂਦਾ ਤੁਸੀਂ ਇੱਕ ਊਠ ਵਾਲੀ ਗੱਲ ਸੁਣਾ ਰਹੇ ਸੀ ਸੋਭੂ ਦਾ ਬੋਤਾ ਖੋਲ ਕੇ ਉਹੀ ਜੀ ਇਹਨਾਂ ਨੂੰ ਮਾਰ ਕੇ ਸੋਭੂ ਦਾ ਬੋਤਾ ਖੋਲ ਕੇ ਉਹ ਅਤਲੇ ਵਾਲੀ ਡੰਡੀ ਪਾ ਲਿਆ ਅੱਛਾ ਕਹਾਂ ਆਉਂਦਾ ਸੀ ਅਤਲੋਂ ਮਹਿਸ ਨਵੀਂ ਕਰਾ ਕੇ ਸੋਭੂ ਦਾ ਭਾਣਜਾ ਅੱਛਾ ਉਹ ਕਹਿੰਦਾ ਮਾਮਾ ਤਾਂ ਐਂ ਬੋਤਾ ਖੋਲ ਲਿਆ ਇਹ ਮਾਰਨਾ ਪਹਿਲਾਂ ਉਹ ਬੰਨ ਕੇ ਗਿਆ ਅੱਛਾ ਇੱਕ ਗੋਲੀ ਉਹਦੇ ਕਿ ਨਹੀਂ ਛੱਡਤੀ ਉਹਦਾ ਗੋਲੀ ਵੱਜੀ ਨਹੀਂ ਬਾਹਣ 'ਚ ਹੀ ਲਿਟ ਗਿਆ ਅੱਛਾ ਤੇ ਜਿੰਨਾ ਚਿਰ ਸੁੱਚਾ ਦਿਖਦਾ ਰਿਹਾ ਉਨਾ ਚਿਰ ਬਾਹਣ 'ਚ ਹੀ ਨਹੀਂ ਉੱਠਿਆ ਅੱਛਾ ਹਾਂਜੀ ਜਦ ਨੂੰ ਸੁੱਚਾ ਸਿੰਘ ਲੰਘ ਗਿਆ ਹਾਂਜੀ ਹਾਂ ਬਾਅਦ 'ਚ ਉੱਠ ਗਿਆ ਜੀ 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 ਹਾਂਜੀ ਕਸੂੰਗੇ ਦੇ ਵਿੱਚ ਗੱਲ ਦੱਸ ਦਿੰਦੇ ਦੋਵੇਂ ਵਿਹੜੇ ਅੱਡੋ ਅੱਡੀ ਸੀ ਅੱਛਾ ਸੁੱਚੇ ਦਾ ਵਿਹੜਾ ਅੱਡ ਸੀ ਕੁੱਕੇ ਦਾ ਕੁੱਕਰ ਦਾ ਵਿਹੜਾ ਅੱਡ ਕਿਹੜੀਆਂ ਪੱਤੀਆਂ ਸੀਗੀਆਂ ਜੀ ਕੁੱਕਰ ਦੀ ਹੈਵਤੀਆ ਪੱਤੀ ਹੈ ਜੀ ਕੁੱਕਰ ਦੀ ਅੱਛਾ ਸੁੱਚੇ ਦੀ ਮਪਾਲ ਪੱਤੀ ਹੈ ਕੁੱਕਰ ਚਹਿਲ ਸੀਗਾ ਜੀ 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 ਭਾਗ ਗੰਡੂ ਸੀਗਾ ਅੱਛਾ ਤੇ ਭਾਗ ਗੰਡੂ ਸੀਗਾ ਸੁੱਚਾ ਜਵੰਦਾ ਸੀ ਸੁੱਚਾ ਸਿੰਘ ਜਵੰਦਾ ਹਾਂ ਤਿੰਨਾਂ ਦੇ ਗੋਤ ਅੱਡੋ ਅੱਡ ਸੀ ਤੇ ਸੁੱਚਾ ਸਾਨੂੰ ਦੂਰ ਹੈ ਜੀ ਕੁੱਕਰ ਕੇ ਜੀ ਹਾਂ ਜੀ ਜੀ ਸੁੱਚਾ ਦੇ ਨਰੇਲਾ ਭਰਾ ਸੀਗੇ ਭਾਗ ਵੀ ਉਸੇ ਪੱਤੀ ਦਾ ਸੀ ਇਹ ਕੱਲਾ ਕੁੱਕਰ ਸੀ ਜਿਹੜਾ ਇਹ ਹੈਵਤੀਆ ਪੱਤੀ ਦਾ ਸੀ ਅੱਛਾ ਨੰਬਰਦਾਰ ਪਰਿਵਾਰ ਸੀ ਤੇ ਇਹ ਸੁੱਚਾ ਨਰੇਣਾ ਇਹ ਦੋਨੇ ਭਰਾ ਸੀ ਭਾਗ ਵੀ ਉਸੇ ਪੱਤੀ ਦਾ ਸੀ ਅੱਛਾ ਮਤਲਬ ਤੁਸੀਂ ਜਿਹੜੇ ਕੁੱਕਰ ਕੇ ਪਰਿਵਾਰ ਦੇ ਪਿੱਛੇ ਪਿਛੋਕੜ ਜੁੜਦਾ ਤੁਹਾਡਾ ਜਾ ਕੇ ਹਾਂਜੀ ਹਾਂ ਜੀ 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 ਕਿੰਨੇ ਪਰਿਵਾਰ ਨੇ ਤੁਹਾਡੇ ਹੁਣ ਪਿੰਡ ਦੇ ਵਿੱਚ ਸਾਡੇ ਜੀ 40 ਘਰ ਆ ਜੀ 40 ਘਰ ਨੇ ਹਾਂਜੀ ਅੱਛਾ ਮੇਜਰ ਸਿੰਘ ਜੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਦੋ ਚਾਰ ਗੱਲਾਂ ਮੈਂ ਚਾਹੂੰਗਾ ਹੋਰ ਕਰੀਏ ਜਿਵੇਂ ਸੁੱਚਾ ਸਿੰਘ ਦੇ ਪਰਿਵਾਰ 'ਚ ਅੱਗੇ ਜੇ ਦੇਖੀਏ ਨਰਾਇਣ ਸਿੰਘ ਸੁੱਚਾ ਸਿੰਘ ਦੇ ਪਰਿਵਾਰ 'ਚ ਤਾਂ ਇਹੀ ਵੀਰ ਹੁਣੀ ਨੇ ਅਗਲੀ ਅੰਸ ਵਾਲੇ ਹਾਂ ਜੀ ਹਾਂ ਅਗਲੀ ਅੰਸ 'ਚ ਇਹ ਨੇ ਤੇ ਦੂਸਰੇ ਪਾਸੇ ਕੁੱਕਰ ਦੇ ਪਰਿਵਾਰ 'ਚ ਕੁੱਕਰ ਦੇ ਪਰਿਵਾਰ 'ਚ ਕੁੱਕਰ ਦੇ ਭਰਾ ਸੀਗੇ ਜੀ ਜਿਹੜੇ ਹਾਂ ਇਹ ਪੰਜ ਭਰਾ ਸੀਗੇ ਦੂਜਿਆਂ ਦੀ ਔਲਾਦ ਹੈਗੀ ਹੈ ਜੀ ਜੀ ਜਿਹੜੀ ਹੈਵਤੀਆ ਪੱਤੀ ਹੈ ਨਾ ਜੀ ਜਿਵੇਂ ਆਪਾਂ ਪੁਰਾਣੇ ਬਜ਼ੁਰਗਾਂ 'ਚ ਜਾਈਏ ਤਾਂ ਇਹ ਪੰਜ ਬਜ਼ੁਰਗਾਂ ਦੀ ਔਲਾਦ ਹੀ ਹੈ ਅੱਛਾ ਜਿਹਦੇ ਵਿੱਚ ਸਾਰੀ ਪੱਤੀ ਦੇ ਵਿੱਚੋਂ ਚਾਰ ਹੋਰ ਬਜ਼ੁਰਗਾਂ ਦੀ ਔਲਾਦ ਹੈ ਇੱਕ ਕੁੱਕਰ ਦੀ ਔਲਾਦ ਹੈ ਪੂਰਾ ਮਤਲਬ ਵਧੀਆ ਪਰਿਵਾਰ ਉਹਨਾਂ ਦਾ ਅੱਛਾ 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 ਜੀ 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 ਤੇ ਭਾਗ ਸਿੰਘ ਦੇ ਅੰਸ਼ ਵੰਸ਼ ਦੇ ਵਿੱਚੋਂ ਭਾਗ ਸਿੰਘ ਦਾ ਹੈਗੇ ਨੇ ਜੀ ਪੜੋਤਾ ਜਾਂਦਾ ਜੀ ਹਜੇ ਅੱਛਾ ਜੀ ਹਾਂਜੀ ਤੇ ਉਹਨਾਂ ਦਾ ਪਰਿਵਾਰ ਤੇ ਮੁੰਡਾ ਹੁਣ ਥੋੜਾ ਜਿਹਾ ਹੋਇਆ ਇੱਕ ਮਰੇ ਕਹੇਗਾ ਮੁੰਡਾ ਵੀ ਹੈਗਾ ਜੀ 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 ਅੱਛਾ ਤੇ ਦੂਸਰੇ ਪਾਸੇ ਜੇ ਹੁਣ ਆਪਾਂ ਭਾਗ ਦਾ ਪੋਤਾ ਹੈਗਾ ਜੀ ਇੱਕ ਜੀ ਜੀ ਭਾਗ ਦਾ ਪੋਤਾ ਇੱਕ ਹੈਗਾ ਇੱਕ ਮਰ ਗਿਆ ਇੱਕ ਮਰ ਗਿਆ ਹਾਂ ਇਹ ਪੜੋਤਾ ਹੈਗਾ ਜੀ ਜੀ ਅੱਛਾ ਭਾਗ ਸਿੰਘ ਕਦੋਂ ਚੜ੍ਹਾਈ ਕਰਦੇ ਨੇ ਤੁਸੀਂ ਤਾਂ ਲੋਕਾਂ ਨੇ ਪਿੰਡ 'ਚ ਵੇਖਿਆ ਹੋਊਗਾ ਉਹਨਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਈ ਉਹ ਜਿਉਂਦੇ ਰਹੇ ਨੇ ਗੋਲੀ ਵੱਜਣ ਤੋਂ ਬਾਅਦ ਸਾਥੋਂ ਵੱਡੇ ਭਰਾ ਨੇ ਜੀ ਜੀ ਉਹ ਕਹਿੰਦੇ ਅਸੀਂ ਨਰੇਣਾ ਵੀ ਦੇਖਿਆ ਅੱਛਾ ਮਾੜਾ ਮੋਟਾ ਭਾਗ ਦਾ ਚੰਗੀ ਤਰ੍ਹਾਂ ਦੇਖਿਆ ਅੱਛਾ ਜੀ ਭਾਗ ਦਾ ਨਰੇਣੇ ਤੋਂ
ਭਾਗ ਸਿੰਘ ਦੀ ਜਿਹੜੀ ਮੌਤ ਹੋਈ ਹੈ ਜੀ 1966 ਦੇ ਨੇੜੇ ਤੇੜੇ ਹੋਈ ਹੈ। ਅੱਛਾ ਜੀ। ਹਾਂ ਜੀ। ਤੇ ਨਰੈਣੇ ਦੀ 1962 ਦੇ ਨੇੜੇ ਤੇੜੇ ਮੌਤ ਹੋਈ ਹੈ। ਨਰੈਣ ਸਿੰਘ 1962 1962 ਤੋਂ 66 4 ਸਾਲਾਂ ਦਾ ਹੀ ਫਰਕ ਰਿਹਾ ਇਹਨਾਂ ਦਾ। ਅੱਛਾ ਜੀ ਜੀ। ਯਾਨੀ ਜਿਆਦੇ ਭਾਗ ਜਿਆਦੇ ਦੇਖਿਆ ਹੈ। ਅੱਛਾ ਜੀ। ਨਰੈਣਾ ਥੋੜਾ ਦੇਖਿਆ। ਨਰੈਣ ਸਿੰਘ ਭਾਗ ਜਿਆਦੇ ਇਸ ਕਰਕੇ ਦੇਖਿਆ ਜੀ ਭਾਗ 4 ਸਾਲ ਬਾਅਦ ਚ ਮਰੇ। ਜੀ ਜੀ ਜੀ। ਬਿਲਕੁਲ। ਰਿਕਾਰਡ ਅਨੁਸਾਰ ਵੀ 4 ਸਾਲ ਬਾਅਦ ਚ ਮਰੇ। ਜੀ ਜੀ ਜੀ। ਸੋ ਜਿਹੜੀ ਇਹ ਸਮਾਧ ਬਣਦੀ ਹੈ ਜੀ ਜਿੱਥੇ ਆਪਾਂ ਬੈਠੇ ਆ ਅੱਜ ਇਹ ਸੁੱਚਾ ਸਿੰਘ ਦਾ ਆਦਮ ਕਦ ਬੁੱਤ ਲੱਗਿਆ ਇਹ ਸਮਾਧ ਕਦੋਂ ਹੋਂਦ ਚ ਆਉਂਦੀ ਹੈ ਕੌਣ ਬਣਾਉਂਦਾ ਇਹ ਸਮਾਧ ਨੂੰ ਕਿਵੇਂ ਪਤਾ ਲੱਗਦਾ ਵੀ ਇੱਥੇ ਸਮਾਧ ਬਣਾਈ ਜਾਵੇ ਇਹ ਜ਼ਮੀਨ ਉਹਨਾਂ ਦੀ ਸੀ ਸੁੱਚਾ ਸਿੰਘ ਦੀ ਜ਼ਮੀਨ ਸੁੱਚਾ ਸਿੰਘ ਦੀ ਜ਼ਮੀਨ ਸੀ ਜੀ ਉਹ ਸੰਤ ਸਿੰਘ ਇਹਨਾਂ ਦਾ ਭਤੀਜਾ ਸੀਗਾ ਅੱਛਾ ਗਹਿਰੀ ਵਾਲੇ ਪਰਿਵਾਰ ਚੋਂ ਜੀ ਜੀ ਉਹਨਾਂ ਨੇ ਫਿਰ ਇਹਨਾਂ ਦੀ ਸਮਾਧ ਬਣਾਈ ਸੀ ਇੱਥੇ ਗਹਿਰੀ ਤੋਂ ਮਤਲਬ ਉੱਥੇ ਜਿੱਥੇ ਫਾਂਸੀ ਆਈ ਸੀ ਉੱਥੋਂ ਉਹਨਾਂ ਦੀ ਉਸ ਧਰਤੀ ਦੀ ਜਿਵੇਂ ਆਪਾਂ ਸੂਰਮਿਆਂ ਦੀ ਮਿੱਟੀ ਦੀ ਯਾਦਗਾਰ ਲਿਆਉਂਦੇ ਹੁੰਦੇ ਹਾਂ ਤਾਂ ਉੱਥੋਂ ਯਾਦਗਾਰ ਇੱਥੇ ਇਹਦੇ ਖੇਤ 'ਚ ਲਿਆ ਕੇ ਇੱਥੇ ਬਣਾਈ ਹੈ ਇਹ 1960 ਦੇ ਨੇੜੇ ਤੇੜੇ ਬਣਾਈ ਹੈ। ਅੱਛਾ ਜੀ। ਹਾਂਜੀ। ਅਤੇ ਅੱਜ ਕੱਲ੍ਹ ਕੀ ਮਾਹੌਲ ਹੈ ਇੱਥੇ ਕੋਈ ਇਹ ਉਦੋਂ ਬਣਾਈ ਵੀ ਇਸ ਕਰਕੇ ਸੀ ਜੀ ਮਰੱਬਾਬੰਦੀ ਬਾਅਦ 'ਚ ਹੁੰਦੀ ਹੈ ਕਾਟ ਵਾਟ 'ਚ ਹੁੰਦੀ ਹੈ ਉਦੋਂ ਗੱਲਾਂ ਚੱਲ ਪਈਆਂ ਸੀ ਵੀ ਇੱਥੋਂ ਦੀ ਰਾਹ ਜਾਊਗਾ ਜਿਹੜਾ ਇਹ ਹੋਰ ਪਿੰਡਾਂ ਨੂੰ ਰਾਹ ਜਾਊਗਾ। ਅੱਛਾ। ਇੱਕ ਵਾਰੀ ਜਿਵੇਂ ਸਰਵੇ 'ਚ ਹੁੰਦਾ ਨਾ ਇਹ ਆ ਗਿਆ ਸੀ ਵੀ ਇੱਥੋਂ ਦੀ ਜਾਣਾ। ਅੱਛਾ। ਵੀ ਹਾਂ ਇੱਥੋਂ ਦੀ ਜਾਣਾ ਤਾਂ ਇਹ ਉਦੋਂ ਇੱਕ ਖੂੰਜੇ ਤੇ ਬਣਾਈ ਸੀ ਇਸ ਕਰਕੇ। ਅੱਛਾ। ਹਾਂ ਬਈ ਇੱਕ ਸਾਈਡ ਤੇ ਜਿਹੜੀ ਇੱਕ ਸਾਈਡ ਤੇ 1960 ਦੇ ਲਗਭਗ ਜੀ ਜੀ ਇੱਕ ਸਾਨੂੰ ਇੱਥੇ ਹੋਰ ਦੱਸ ਦਈਏ ਤੁਹਾਡੀ ਗੱਲ ਦੇ ਵਿਚਾਲੇ ਜੋ ਸਮਾਧ ਇੱਥੇ ਬਣਵਾ ਦਿੱਤੀ ਜੀ ਉਹਨਾਂ ਨੇ ਜੀ ਜੀ ਉਸ ਤੋਂ ਬਾਅਦ ਇਹ ਸਮਾਧ ਦੇ ਵਿੱਚ ਕੋਈ ਬਹੁਤੀ ਆਓ ਭਗਤ ਨਹੀਂ ਰਹੀ। ਅੱਛਾ। ਪਰਿਵਾਰ ਤੱਕ ਹੀ ਸੀਮਤ ਸੀ ਮੰਨਣ ਮਨਾਉਣ ਦੀ ਜੀ ਜੀ ਉਸ ਤੋਂ ਬਾਅਦ ਇੱਥੇ ਇੱਕ ਕਾਲੇ ਕਹਿੰਦਾ ਸੀਗਾ ਉਹਨੇ ਕੋਈ ਸੁੱਖ ਸੁੱਖੀ ਉਹਨੂੰ ਕੇਸ ਦੇ ਵਿੱਚ ਇਸ ਤਰ੍ਹਾਂ ਸੀਗਾ ਵੀ ਮੈਨੂੰ ਸਜ਼ਾ ਹੋਊਗੀ। ਅੱਛਾ। ਅਮਰ ਸਿੰਘ ਉਹਦਾ ਨਾਂ ਸੀ ਅਸੀਂ ਚੰਗੀ ਤਰ੍ਹਾਂ ਦੇਖਿਆ ਉਹਨਾਂ ਨੇ ਨਾ ਜੀ ਉਦੋਂ ਪਾਣੀ ਸੀ ਇੱਥੇ ਬਹੁਤ ਜ਼ਿਆਦਾ ਸੜਕਾਂ ਜਾਂਦੀਆਂ ਨਹੀਂ ਸੀ ਸੜਕ ਤੇ ਤੁਰੇ ਜਾਂਦੇ ਸੀ ਦੂਰੋਂ ਨਿਗਾਹ 'ਚ ਪਈ ਵੀ ਉਹ ਸਮਾਧ ਕਿਹਦੀ ਹੈ। ਅੱਛਾ। ਤਾਂ ਕਿਸੇ ਨੇ ਦੱਸਤਾ ਵੀ ਸੁੱਚੇ ਦੀ ਸਮਾਧ ਹੈ। ਅੱਛਾ। ਉਹਨੇ ਉੱਥੇ ਜੋੜੇ ਲਾ ਕੇ ਸਮਾਧ ਕੰਨੀ ਮੂੰਹ ਕਰਕੇ ਸੁੱਖ ਸੁੱਖੇ ਵੀ ਜਿਸ ਤਰ੍ਹਾਂ ਤੁਸੀਂ ਇੰਨੇ ਕਤਲਾਂ ਦੇ ਵਿੱਚੋਂ ਹੋਰ ਫਸ ਉਹ ਆਏ ਹੋ ਤੁਸੀਂ ਬਰੀ ਹੋਏ ਹੋ ਵੀ ਮੈਂ ਵੀ ਇੱਕ ਸੱਚੇ ਸੁੱਚੇ ਕੇਸ ਦੇ ਵਿੱਚ ਅੰਦਰ ਹਾਂ। ਬਿਲਕੁਲ। ਵੀ ਮੇਰਾ ਕੇਸ ਚੱਲਦਾ ਹੈ ਜੇ ਮੈਂ ਵੀ ਬਰੀ ਹੋ ਜਾਂਦਾ ਮੈਂ ਅਖੰਡ ਪਾਠ ਕਰਵਾਊਂਗਾ। ਜੀ ਜੀ। ਤਾਂ ਉਹ ਕੇਸ 'ਚੋਂ ਬਰੀ ਵੀ ਹੋ ਗਿਆ ਜੀ। ਉਸ ਤੋਂ ਬਾਅਦ ਉਹਨਾਂ ਨੇ ਅਖੰਡ ਪਾਠ ਕਰਵਾਇਆ ਜੀ। ਉਹਨਾਂ ਦੇ ਨਾਲ ਸੁਖਦੇਵ ਸਿੰਘ ਸੀਗੇ ਜੋ ਚੰਦਕੁਰ ਬੁੜੀ ਦੇ ਜੋ ਇਹਨਾਂ ਦੇ ਪਰਿਵਾਰ ਨਾਲ ਜੁੜੇ ਨੇ ਭਤੀਜਾ ਸੀਗੇ ਉਹਨਾਂ ਦੇ ਨਾਲ ਆਏ ਉਹ ਤਾਂ ਇਹ ਨਾਲ ਜੋ ਅੱਜ ਇੱਥੇ ਮੌਜੂਦਾ ਇੱਥੇ ਮਤਲਬ ਇਸ ਸੰਸਥਾ ਨੂੰ ਚਲਾ ਰਹੇ ਨੇ ਸੰਤ ਬਾਬਾ ਗੁਰਦਾਸ ਦਾਸ ਜੀ ਉਹਨਾਂ ਦੇ ਨਾਲ ਇਹ ਆਏ ਉਦੋਂ। ਅੱਛਾ। ਉਸ ਦਿਨ ਤੋਂ ਹੀ ਇਹ ਉਰੀ ਰਹੇ ਕਿਤੇ ਹੋਰ ਨਹੀਂ ਗਏ ਇਹਨਾਂ ਨੇ ਇੱਥੇ ਸਾਰੀ ਫੁਲਵਾੜੀ ਲਾਈ ਹੈ ਸਾਰਾ ਪਿੰਡ ਇੱਥੇ ਮੰਨਦਾ ਸਾਰੇ ਪਰਿਵਾਰ ਆਉਂਦੇ ਨੇ ਕੁੱਕਰ ਕੇ ਵੀ ਭਾਗ ਕੇ ਵੀ ਸਾਰੇ ਪਰਿਵਾਰ ਆਉਂਦੇ ਨੇ ਇਹ ਇਹਨਾਂ ਨੇ ਮਹਿਫਲ ਲਾਈ ਹੈ ਜੋ ਇੱਥੇ ਉਸ ਤੋਂ ਪਹਿਲਾਂ ਦਾ ਇਕੱਲੀ ਸਮਾਧ ਤੱਕ ਹੀ ਸੀਮਤ ਸੀ ਮਤਲਬ ਜੋ ਹੁਣ ਤੁਸੀਂ ਜੁੜ ਬੈਠਦੇ ਹੋ ਇੱਥੇ ਸਾਰਾ ਉਹ ਬਾਅਦ ਦੇ ਵਿੱਚ ਸ਼ੁਰੂ ਬਾਅਦ 'ਚ ਸ਼ੁਰੂ ਹੁੰਦਾ ਬਾਕੀ ਮੀਡੀਆ ਰਾਹੀਂ ਜਿੰਨਾ ਪਤਾ ਲੱਗਦਾ ਹੈ ਵੀ ਇਹ ਗੋਤ ਦੇ ਜਮੰਦੇ ਸੀ ਜਿੱਥੋਂ ਤੱਕ ਜਮੰਦਾ ਗੋਤ ਬਖਸਦਾ ਹੈ ਤਾਂ ਇੱਥੇ ਭਾਦੋਂ ਨੂੰ ਮਤਲਬ ਦਸਵੀਂ ਨੂੰ ਇੱਥੇ ਮੇਲਾ ਲੱਗਦਾ ਹੈ ਜਿੱਥੇ ਤੱਕ ਵੀ ਕੋਈ ਵਸਦਾ ਜਵੰਦਾ ਗੋਤ ਦਾ ਉਹ ਤਾਂ ਆਉਂਦੇ ਆਉਂਦੇ ਨੇ ਤਾਂ ਹੋਰ ਲੋਕ ਵੀ ਇੱਥੇ ਮਤਲਬ ਨਮਸਕਾਰ ਕਰਦੇ ਹਾਂ ਜੀ ਹਾਜ਼ਰੀ ਪਾ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਅਤੇ ਮੈਂ ਚਾਹੂੰਗਾ ਜਿਸ ਤਰ੍ਹਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਸੁੱਚਾ ਸਿੰਘ ਸੂਰਮਾ ਦੀ ਜ਼ਿੰਦਗੀ ਬਾਰੇ ਅਤੇ ਉਹਨਾਂ ਨਾਲ ਜੁੜੇ ਹੋਏ ਪਾਤਰਾਂ ਬਾਰੇ ਦੱਸੀਆਂ ਨੇ ਆਪਾਂ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਸਾਡੇ ਨਾਲ ਚੱਲਿਓ ਜਿੱਥੇ ਕੁੱਕਰ ਦੇ ਗੋਲੀ ਵੱਜਦੀ ਹੈ ਸੁੱਚਾ ਸਿੰਘ ਸੂਰਮਾ ਵੱਲੋਂ ਕਿੱਥੇ ਕੁੱਕਰ ਦਾ ਘਰ ਸੀ ਕਿੱਥੇ ਸੁੱਚਾ ਸੂਰਮਾ ਦਾ ਉਸ ਵਕਤ ਘਰ ਸੀ ਬੇਸ਼ੱਕ ਉਹ ਜਗ੍ਹਾ ਉਵੇਂ ਨਹੀਂ ਹੋਣਗੀਆਂ ਨਿਸ਼ਾਨੀਆਂ ਹੋਣਗੀਆਂ ਆਪਾਂ ਦਰਸ਼ਕਾਂ ਨੂੰ ਉਹ ਵੀ ਥੋੜ੍ਹਾ ਥੋੜ੍ਹਾ ਜ਼ਰੂਰ ਦਿਖਾਵਾਂਗੇ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਦੋਸਤੋ ਇਸ ਵਕਤ ਅਸੀਂ ਉਸ ਜਗ੍ਹਾ 'ਤੇ ਪਹੁੰਚ ਚੁੱਕੇ ਹਾਂ ਸਮਾਓ ਪਿੰਡ ਦੇ ਵਿੱਚ ਜਿੱਥੇ ਕੁੱਕਰ ਦੇ ਸੁੱਚਾ ਸੂਰਮਾ ਵੱਲੋਂ ਗੋਲੀ ਮਾਰੀ ਜਾਂਦੀ ਹੈ ਇਹ ਉਹੀ ਜਗ੍ਹਾ ਜੀ ਜਿੱਥੇ ਆਪਾਂ ਖੜੇ ਹਾਂ ਇਸੇ ਜਗ੍ਹਾ 'ਤੇ ਗੋਲੀ ਇਸੇ ਜਗ੍ਹਾ ਬਾਗ 'ਚ ਬੈਠੇ ਮਾਰੀ ਅੱਛਾ ਇੱਥੇ ਬਾਰ 'ਚ ਬੈਠੇ ਸੀ ਕੀ ਸੀਨ ਸੀ ਥੋੜ੍ਹਾ ਜਿਹਾ ਖੋਲ੍ਹ ਕੇ ਦੱਸੋ ਜਿਵੇਂ ਤੁਸੀਂ ਦੱਸ ਰਹੇ ਸੀਗੇ ਉਹ ਉੱਠਦੇ ਜੀ ਉਹਨਾਂ ਦੀ ਪੱਤੀ ਹੈਵਤੀਆ ਦੀ ਅੱਛਾ ਜੀ ਸੁੱਚੇ ਦੀ ਪੱਤੀ ਵਪਾਰ ਦੀ ਉਹ ਮਪਾਲ ਪੱਤੀ 'ਚੋਂ ਹੈਵਤੀ ਪੱਤੀ 'ਚੋਂ ਇੱਥੇ ਬੋਤਾ ਛੱਡਣ ਆਇਆ ਜੀ ਅੱਛਾ ਅੱਛਾ ਕੁੱਕਰ ਇਹ ਉਦੋਂ ਰਫਲ ਦਾ ਕਿਸੇ ਨੂੰ ਪਤਾ ਨਹੀਂ ਸੀ ਇਹ ਸੁੱਚਾ ਰਫ ਲੈ ਕੇ ਆਇਆ ਸੀ ਕੁੱਕਰ ਮਾਲਕ ਹੁੰਦਾ ਸੀ ਆਪਦੇ ਆਪ ਨੂੰ ਸੁੱਚੇ ਤੋਂ ਵੀ ਲਿਆਇਆ ਉਹ ਵੀ ਮੈਂ ਤਕੜਾ ਉਹ ਬੋਤਾ ਬੰਨ ਕੇ ਇੱਥੇ ਸੋਭੂ ਬੁੜੇ ਦਾ ਚਲੀ ਦੇ ਗੰਨੇ ਉਦੋਂ ਮਿੱਠੇ ਹੁੰਦੇ ਉਹ ਇੱਥੇ ਚਲੀ ਦਾ ਗੰਨਾ ਚੌਂਕੜੀ ਦੇ ਬਹਿ ਕੇ ਚੁੱਪਣ ਲੱਗ ਗਿਆ ਜਿਵੇਂ ਕੋਈ ਸੁੱਚੇ ਦੀ ਪਰਵਾਹ ਨਹੀਂ ਹੁੰਦੀ ਇਹ ਦੇਹਲੀ ਤੇ ਮਤਲਬ ਗੇਟ ਦੇ ਕੋਲੇ ਚੌਂਕੜੀ ਹੁੰਦੀ ਸੀ ਚੌਂਕੜੀ ਹੁੰਦੀ ਸੀ ਬਾਹਰ ਉੱਚੀਆਂ ਹੋ ਗਈਆਂ ਫਰਕ ਪੈ ਗਿਆ ਹਨਾ ਉਹ ਇੱਥੇ ਚਲੀ ਦਾ ਗੰਨਾ ਚੁੱਪਦਾ ਤੇ ਉਸ ਪਾਸੇ ਕੋ ਕਰਦਾ ਸੁੱਚੇ ਦਾ ਘਰ ਤੇ ਸੁੱਚੇ ਦਾ ਘਰ ਇੱਥੋਂ ਇਧਰਲੇ ਪਾਸੇ ਜੀ ਹਾਂ ਉਦੋਂ ਬਾਅਦ ਉੱਥੇ ਜਾਊਗਾ ਬਲਮਾਲ ਵਾਲਾ ਫਰਕ ਹੋਊਗਾ ਉਹ ਜਦੋਂ ਬਹਿ ਕੇ ਗੰਨਾ ਚੁੱਪਿਆ ਦੀ ਜਦੋਂ ਸੁੱਚੇ ਨੇ ਦੇਖ ਲਿਆ ਬੈਠਾ
ਉਹਨੇ ਦਾੜ ਦੇਣੇ ਮਾਰੀ ਉਹਦੇ ਕੋਲ ਉਹਨੇ ਕਿਹੜਾ ਡੀਕਣ ਜਦੋਂ ਮਾਲ ਨੂੰ ਵਾਸਤਾ ਆਈ ਸੀ ਉਹਨੇ ਮਾਰ ਕੇ ਉਲਟਾਤਾ ਮਗਰੋਂ ਅੰਦਰ ਜਾ ਕੇ ਵੀਰੋ ਮਾਰਤੀ ਬਲਵੀਰੋ ਭਾਬੀ ਕਹਿੰਦੇ ਇਹਨੂੰ ਅੰਦਰ ਜਾ ਕੇ ਉਹਦੇ ਗੋਲੀ ਮਾਰੀ ਮਾਰ ਕੇ ਲੈ ਇਹੀ ਬੋਤਾ ਲੈ ਕੇ ਆਤਰੇ ਨੂੰ ਮੰਗਿਆ ਅੱਛਾ ਇਹ ਜਿਹੜਾ ਕਹਿੰਦੇ ਬੋਤਾ ਲੈ ਕੇ ਗਏ ਸੀ ਉਹ ਮੇਰੇ ਖਿਆਲ ਤੁਹਾਡੇ ਬਜ਼ੁਰਗਾਂ ਦਾ ਸੀ ਜੀ ਹਾਂਜੀ ਇਹਨਾਂ ਬਾਬਾ ਦੇ ਅਤੇ ਇੱਥੇ ਆਪਾਂ ਗੱਲਬਾਤ ਜਿਵੇਂ ਕਰ ਰਹੇ ਸੀ ਉਹ ਵੀਰ ਖੜੇ ਨੇ ਜਿਵੇਂ ਕਹਿੰਦੇ ਉਸ ਵਕਤ ਜਿਹੜੀ ਨਰਾਇਣ ਸਿੰਘ ਨੇ ਚਿੱਠੀ ਲਿਖਵਾਈ ਸੀ ਇਹਨਾਂ ਦੇ ਬਜ਼ੁਰਗਾਂ ਤੋਂ ਉਹ ਆਹ ਲਛਮਣ ਬਾਬੂ ਜੀ ਖੜੇ ਨੇ ਇਹਦੇ ਬਾਬਾ ਜੀ ਤੇ ਦਾਦਾ ਜੀ ਕਾਲੂ ਸਿੰਘ ਉਹ ਕਾਲੂ ਸਿੰਘ ਤੋਂ ਉਦੋਂ ਕੋਈ ਉਰਦੂ ਜਾਣਦੇ ਹੁੰਦੇ ਪੜ੍ਹਦੇ ਹੁੰਦੇ ਦੂਆ ਤਾਂ ਕੋਈ ਪੜ੍ਹਾਈ ਹੈ ਨਹੀਂ ਸੀ ਉਹ ਨਰਾਇਣੇ ਨੇ ਫਿਰ ਦੁਖੀ ਹੋ ਕੇ ਜਦੋਂ ਘੁੱਕਰ ਜ਼ਿਆਦਾ ਧੱਕਾ ਕਰਨ ਲੱਗ ਗਿਆ ਉਹਨੇ ਫਿਰ ਇਹਨਾਂ ਦੇ ਬਾਬੇ ਨੇ ਚਿੱਠੀ ਲਿਖਿਆ ਤੀ ਚਿੱਠੀ ਲਿਖਾ ਕੇ ਸੁੱਚੇ ਨੂੰ ਪਾਤੀ ਫਿਰ ਉਸ ਚਿੱਠੀ ਦੀ ਸੁੱਚਾ ਨੌਕ ਟਾ ਕੇ ਪਿੰਡ ਆਇਆ ਉਹਦਾ ਜਿਹੜਾ ਬੱਚੇ ਕੱਢੇ ਮੇਮ ਕੱਢੇ ਹਾਂ ਜਿੰਨਾ ਸੇਠ ਜੀ ਨੇ ਉਸ ਵਕਤ ਚਿੱਠੀ ਲਿਖੀ ਆ ਅੱਛਾ ਇਹ ਤਾਂ ਹੋ ਗਿਆ ਜੀ ਜਦੋਂ ਸੁੱਚਾ ਸੂਰਮਾ ਘੁੱਕਰ ਦੇ ਗੋਲੀ ਮਾਰਦਾ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਚੋਂ ਬਜ਼ੁਰਗਾਂ ਦਾ ਊਠ ਲੈ ਕੇ ਇੱਥੋਂ ਚਲਿਆ ਜਾਂਦਾ ਤੇ ਸੁੱਚੇ ਦਾ ਘਰ ਇੱਧਰ ਹੀ ਹੈ ਫਿਰ ਆਹੀ ਘਰ ਇਹ ਘਰ ਇਹ ਸੁੱਚੇ ਦਾ ਅੱਛਾ ਜਿੱਥੇ ਆਪਾਂ ਖੜੇ ਆ ਮਤਲਬ ਇਹ ਸੁੱਚੇ ਦਾ ਘਰ ਸੀ ਇਹ ਤਾਂ ਇਥੇ ਰੂੜੀ ਜਾਂ ਰੂੜੀਆਂ ਸੀ ਜੀ ਮਤਲਬ ਇਹ ਤਾਂ ਬਾਅਦ ਚ ਵੇਖਦੇ ਨਾ ਥਾਂ ਹੁਣ ਅੱਛਾ ਜੀ ਜੀ ਇਹ ਰੂੜੀ ਰੂੜੀਆਂ ਸੀ ਜੀ ਅੱਛਾ ਕੱਚੇ ਘਰ ਹੁੰਦੇ ਸੀ ਬਸ ਜੀ ਜੀ ਅਸਲੀ ਗੱਲ ਤਾਂ ਇਹੀ ਹੈ ਵੀ ਜਿਹੜੀ ਉਹਦੀ ਗੋਲੀ ਵੱਜੀ ਹੈ ਘੁੱਕਰ ਦੇ ਉਹ ਇੱਥੇ ਵੱਜੀ ਹੈ ਜਿਵੇਂ ਗਾਉਣ ਵਾਲੇ ਨੇ ਬਣਾ ਤਾ ਖਾੜਾ ਲੱਗਿਆ ਫੜਾ ਗਿਆ ਸੁੱਚਾ ਸੂਰਮਾ ਆਪਣੇ ਘਰ ਦੇ ਵਿੱਚ ਸੀਗਾ ਘਰੋਂ ਘਾਤ ਲਾ ਕੇ ਮਾਰੀ ਇਹ ਘੁੱਕਰ ਦੂਜੇ ਵਿਹੜੇ ਆਇਆ ਹੋਵੇ ਬੋਤਾ ਵਾ ਹੈਪਤੀਆ ਪਤੀ ਇਹ ਮੋਬਾਲ ਪਤੀ ਅੱਛਾ ਮਤਲਬ ਉਸ ਵਕਤ ਇੱਥੇ ਘਰ ਹੋਇਆ ਕਰਦਾ ਛੋਟੇ ਛੋਟੇ ਘਰ ਹੁੰਦੇ ਪੁਰਾਣੇ ਘਰ ਸੁੱਚੇ ਦੇ ਜਿਵੇਂ ਕਹਿੰਦੇ ਆ ਕਿ ਉਸ ਵਕਤ ਜਿਹੜਾ ਗੋਲੀ ਤਾਂ ਮਾਰਦਾ ਬਾਅਦ ਦੇ ਵਿੱਚ ਜਿਹੜਾ ਗੀਤਾਂ ਦੇ ਵਿੱਚ ਅਖਾੜਿਆਂ ਦੀ ਗੱਲ ਚੱਲਦੀ ਆ ਵੀ ਅਖਾੜਾ ਲੱਗਿਆ ਸੀਗਾ ਉਸ ਵਕਤ ਗੋਲੀ ਮਾਰੀ ਆ ਮਤਲਬ ਇਹ ਅਖਾੜਾ ਫਿਰ ਪਿੰਡ ਵਾਲਿਆਂ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਲੱਗਿਆ ਸੀ ਪਹਿਲਾਂ ਲੱਗਿਆ ਸੀ ਇਹ ਅਖਾੜਾ ਤੇ ਉਸ ਫੋਟੋ ਹਟਾਈ ਕਰਾਤੀ ਅੱਛਾ ਹੋਰੀ ਗਏ ਘੁੱਕਰ ਰਹੀ ਕਾਫੀ ਜਣੇ ਸੀ ਇਕੱਲਾ ਸੀ ਜੀ ਜੀ ਫੌਜ ਚੋਂ ਆਇਆ ਜਦੋਂ ਉਦੋਂ ਬਾਅਦ ਚ ਫਿਰ ਇਹ ਉੱਠ ਮੰਗ ਕੇ ਚਰੀ ਚੁਰੀ ਲੈ ਕੇ ਆਇਆ ਚਰੀ ਤੋਂ ਬਾਅਦ ਗੰਨਾ ਚੁੱਪਣ ਲੱਗ ਗਿਆ ਉੱਥੇ ਉਦੋਂ ਬਾਅਦ ਫਿਰ ਉਹਨੂੰ ਪਤਾ ਨੀ ਸੀਗਾ ਫਿਰ ਰਾਵਣ ਲੈ ਕੇ ਆਇਆ ਫਿਰ ਉਸ ਤੋਂ ਮਾਰੀ ਗੋਲੀ ਆ ਜਾਏਗਾ ਤੂੰ ਚੌਂਗੜੀ ਦੇ ਬੈਠੇ ਜੀ ਜੀ ਇਹਦਾ ਮਤਲਬ ਵੀ ਜਿਹੜੀ ਅਖਾੜੇ ਵਾਲੀ ਗੱਲ ਆ ਉਹ ਬਣੀ ਹੈ ਹੈਗੀ ਆ ਜਾਨੀ ਪਰ ਪਹਿਲਾਂ ਦੀ ਹੈਗੀ ਜਿਹੜੇ ਜਦੋਂ ਮਾਰੇ ਘੁੱਕਰ ਅਖਾੜਾ ਕੋਈ ਲੱਗੇ ਨਹੀਂ ਸੀ ਅੱਛਾ ਮਤਲਬ ਇਹ ਹੈ ਅਸਲੀ ਆ ਅਸਲੀ ਤਾਂ ਇਹ ਹੈ ਜੀ ਜੀ ਉਹ ਜੇ ਆਪਾਂ ਬਣਾਉਣਾ ਤਾਂ ਅਖਾੜਾ ਲੱਗੇ ਬਣਾਉਂਦੇ ਆ ਪਹਿਲਾਂ ਲੱਗਿਆ ਉਹ ਜਿਵੇਂ ਫਿਲਮਾਂ ਦੇ ਵਿੱਚ ਦਿਖਾਉਂਦੇ ਆ ਵੀ ਫਿਲਮਾਂ 'ਚ ਉਸ ਵਕਤ ਅਖਾੜਾ ਲੱਗਿਆ ਸੀ ਉੱਥੇ ਤੂੰ ਤੂੰ ਮੈਂ ਹੋਈ ਆ ਗੀਤਾਂ ਦੇ ਵਿੱਚ ਵੀ ਉਵੇਂ ਬਣਾਉਂਦੇ ਆ ਉਹਨਾਂ ਸਦੀਕ ਨੇ ਸਾਰਾ ਕੁਝ ਗਾਈ ਦਿੱਤਾ ਵੀ ਕਿਹੜਾ ਘਰੀ ਤੋਰ ਤੇ ਦਵਾਈਆਂ ਦੀਆਂ ਦਾਰੂ ਦਾ ਪੀ ਕੇ ਆ ਗਿਆ ਸ਼ੇਖ ਦੀ ਬੁੱਕਣ ਮਾਰ ਕੇ ਆ ਗਿਆ ਉਹਦਾ ਸਦੀਕ ਨੇ ਸਾਰਾ ਕੁਝ ਬਣਾਈ ਦਿੱਤਾ ਬਿਲਕੁਲ ਬਿਲਕੁਲ ਫਿਰ ਸਦੀਕ ਉਹਦਾ ਬਣਾਉਣਾ ਪਿਆ ਨਾ ਫਿਰ ਨਾ ਫਿਰ ਲੰਬਾ ਨਹੀਂ ਬਣਦਾ ਜੀ ਐਂ ਤਾਂ ਫਿਰ ਸੱਚੇ ਨੇ ਗੋਲੀ ਮਾਰੀ ਘੁੱਕਰ ਮਰ ਗਿਆ ਗੱਲ ਮੁੱਕ ਗਈ ਮਤਲਬ ਉੱਥੇ ਨਹੀਂ ਮਾਰੀ ਸੀ ਉੱਥੇ ਨਹੀਂ ਸੀ ਮਾਰੀ ਇੱਥੋਂ ਗੋਲੀ ਮਾਰੀ ਕਹਿਣ ਦਾ ਭਾਵ ਗੱਲ ਇਹ ਆ ਵੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਕਿਸੇ ਟਾਈਮ ਸੋਚਾ ਤੇ ਨਰਾਇਣ ਇੱਥੇ ਵਸਦੇ ਨੇ ਇੱਥੇ ਵਸਦੇ ਰਹੇ ਨੇ 100 ਸਾਲ ਪਹਿਲਾਂ ਦੀ ਜੇ ਉਹ ਗੱਲ ਹਾਂ ਇੱਥੇ ਵਸਦੇ ਆ ਇਹ ਅਸਲ ਜਗ੍ਹਾ ਜੀ ਬਾਬੇ ਦੀ ਆ ਤੁਸੀਂ ਵੀ ਬਾਈ ਜੀ ਮੇਰਾ ਖਿਆਲ ਹੈ ਬਾਬਾ ਜੀ ਉਹਨਾਂ ਦੇ ਪਰਿਵਾਰ ਚੋਂ ਹਾਂ ਜੀ ਹਾਂ ਜੀ ਹਾਂ ਜੀ ਜਵੰਦਾ ਗੋਤੀ ਹੈ ਅੱਛਾ ਤੁਸੀਂ ਉਹਨਾਂ ਦੇ ਗੋਤੀ ਹੋ ਹਾਂ ਜੀ 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 ਸੋ ਆਪਾਂ ਹੁਣ ਘੁੱਕਰ ਹੁਣਾਂ ਦੀ ਜਗ੍ਹਾ ਵੀ ਦਿਖਾਈਏ ਜੀ ਜਿੱਥੇ ਉਹਨਾਂ ਦਾ ਘੁੱਕਰ ਦਾ ਘਰ ਸੀਗਾ ਹਾਂ ਜੀ ਉਸ ਪਾਸੇ ਦੋਸਤੋ ਇਸ ਵਕਤ ਅਸੀਂ ਜਿਹੜੀ ਜਗ੍ਹਾ 'ਤੇ ਖੜ੍ਹੇ ਹਾਂ ਇਹ ਘੁੱਕਰ ਦਾ ਘਰ ਹੈ ਅਤੇ ਜਿਵੇਂ ਕਹਿੰਦੇ ਆ ਉਸ ਘਰ ਦੇ ਵਿੱਚ ਕਿਤੇ ਰੌਣਕਾਂ ਲੱਗਦੀਆਂ ਸੀ ਅਤੇ ਅੱਜ ਹੋਰ ਪਰਿਵਾਰਾਂ ਨੇ ਮੇਰਾ ਖਿਆਲ ਜੀ ਇਹ ਜਗ੍ਹਾ ਖਰੀਦ ਲਈ ਅੱਛਾ ਇਹ ਤੀਸਰੀ ਥਾਂ ਆ ਗਿਆ ਕੀ ਸੁਣਦੇ ਹੁੰਦੇ ਹੋ ਤੁਸੀਂ ਇਸ ਕਦੋਂ ਘੁੱਕਰ ਦਾ ਪਰਿਵਾਰ ਇੱਥੋਂ ਗਿਆ ਕੋਈ ਗੱਲਾਂ ਜਿਵੇਂ ਪੁਰਾਣੀਆਂ ਬਜ਼ੁਰਗਾਂ ਤੋਂ ਸੁਣਦੇ ਹੋਵੋਗੇ ਨਹੀਂ ਜੀ ਸਾਨੂੰ ਗਏ ਦਾ ਨਹੀਂ ਪਤਾ ਜਿਹੜੇ ਇਹ ਘਰ ਹੈ ਜਿਹੜਾ ਘੁੱਕਰ ਦੇ ਪਰਿਵਾਰ ਦਾ ਆ ਗਿਆ ਅੱਛਾ
दादी जी मेरा ख्याल नारायण सिंह सुचे सूरमे दे भरा जो बुजुर्ग हो गए बुजुर्ग हो गए काफी टाइम मेरे दादा ते दादी ने सामे जी ओह बहुत सेवा की बहुत वधिया इंसान सीगे कदे नी सोचा सीगा उहने वी साडा घर हो गया ते हुण तक हुण वी मेरी दादी जी आउंदी आ जी इक मेरा दादा याद हिंद फौज सीगा ते उह दादी हुण इस वक्त मेरी भूआ लवे गई हुई आ जे आ गई हुई तां तुहानूं मिला देंगे जी 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 ते इहदा जदों उहनूं फांसी लग गई बाबे नूं उदों बाद कुकर वी देखो जी उह हो गया सीगा बिलकुल ते उहदा बेटा सी जिहड़ा उह मलेशिया वग गया जी उदों बाद च आया नहीं हैगा इत्थे हुण इस वक्त ਅਸੀਂ ਵੀ ਉਹਨਾਂ ਦੇ ਸਕਿਆਂ ਸੁੱਚੇਕਿਆਂ ਚੋਂ ਜੀ ਜੀ ਤੇ ਜਿਹੜੇ ਕੁੱਕਰ ਕੇ ਸੀਗੇ ਉਹਨਾਂ ਦੇ ਵੀ ਇੱਕ ਦੋ ਘਰ ਹੈਗੇ ਆ ਜੀ 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 ਤੇ ਉਹਨਾਂ ਦਾ ਅਸਲ ਪਰਿਵਾਰ ਨਹੀਂ ਹੈਗਾ ਜੱਦੀ ਜੱਦੀ ਦੋਵਾਂ ਚੋਂ ਕੋਈ ਨਹੀਂ ਅਸਲ ਮਤਲਬ ਕੋੜਮੇ ਚੋਂ ਦੂਰ ਨੇੜੇ ਹੋ ਜਾਵੇ ਕਹਿ ਦਿੰਦੇ ਹਾਂ ਦੂਰੋਂ ਨੇੜੋਂ ਤਾਂ ਹੈਗੇ ਨੇ ਜੀ ਜੱਦੀ ਪਰਿਵਾਰ ਨਹੀਂ ਹੈਗਾ ਕੁੱਕਰ ਦਾ ਉਰੇ ਇੱਥੇ ਖੜ ਕੇ ਮੈਂ ਇੱਕ ਗੱਲ ਵੇਖ ਰਿਹਾ ਜਿਵੇਂ ਤੁਹਾਡੀਆਂ ਗੱਲਾਂ ਸੁਣੀਆਂ ਆਪਾਂ ਸੁੱਚੇ ਸੂਰਮੇ ਦਾ ਜਿਹੜਾ ਘਰ ਸੀ ਉੱਥੋਂ ਆਏ ਹਾਂ ਗਲੀਆਂ ਦੇ ਵਿੱਚ ਦੀ ਹੋ ਕੇ ਕੁੱਕਰ ਦੇ ਘਰ ਦੇ ਵਿੱਚ ਖੜੇ ਹਾਂ ਇਸ ਵਕਤ ਜਿੱਥੇ ਉਹਨਾਂ ਦਾ ਪੁਰਾਣਾ ਘਰ ਸੀ ਇਹਦਾ ਮਤਲਬ ਸਾਰਿਆਂ ਦੇ ਨੇੜੇ ਨੇੜੇ ਘਰ ਸੀਗੇ ਜਮੀ ਨੇੜੇ ਜੀ ਕਿਹਾ ਹੋਇਆ ਸੀ ਇਹਦਾ ਦੁਆਰੇ ਵਾਲ ਹੈ ਛੋਟਾ ਜੀ ਜੀ ਪਿੰਡ ਬਿਲਕੁਲ ਹੀ ਛੋਟਾ ਤੇ ਪਿੰਡ ਹੁਣ ਬਦੇ ਇਹ ਸਾ ਵਿਚਾਲਾ ਪਿੰਡ ਦਾ ਹੀ ਅੱਛਾ ਪਿੰਡ ਦਾ ਬਿਲਕੁਲ ਵਿਚਾਲਾ ਗਾ ਦਸਕਾ ਵਿਸਵਿਆਂ ਚ ਜੀ ਸਾਡਾ ਮਵਾਲ ਪਤੀ ਸਾਰੀ ਵਸਦੀ ਸੀ ਅੱਛਾ ਦਸਕਾ ਵਿਸਵਿਆਂ ਚ ਜਿਹੜੀ ਥੋੜੇ ਥੋੜੇ ਥਾਂ ਚ ਸਾਰੇ ਘਰ ਹੁੰਦੇ ਸੀ ਜਿਹੜਾ ਹੁਣ ਕਿੱਲਿਆਂ ਕਿੱਲਿਆਂ ਚ ਕੱਲਾ ਕੱਲਾ ਘਰ ਬੈਠਾ ਜੀ ਜੀ ਦਸਕਾ ਵਿਸਵਿਆਂ ਚ ਸਾਰਾ ਵਿਹੜਾ ਬੈਠਾ ਜੀ ਜੀ ਇਹੋ ਜਿਹਾ ਟਾਈਮ ਸੀ ਉਹ ਦਸਤੀ ਇਹ ਜੀ ਹੈ ਜਿਆ ਦਸਤੀ ਭਾਰ ਦੇ ਅੱਛਾ ਇਹ ਤਿੰਨ ਸਾਰੀਆਂ ਪੱਤੀਆਂ ਇਸੇ ਤਰ੍ਹਾਂ ਗੋੜਕ ਬਿੱਗੇ ਜੀ ਜੀ ਸਾਦਾ ਪਿੰਡ ਦੀ ਆਈ ਲਾ ਲੋ ਪਿੱਠਾਂ ਪਿੱਠਾਂ ਹੁੰਦੀਆਂ ਉੱਥੇ ਜਿੱਥੇ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਆਪਾਂ ਇਹ ਤਾਂ ਘਰ ਦਰਸ਼ਕਾਂ ਨੂੰ ਦਿਖਾਤਾ ਹੁਣ ਜਿੱਥੇ ਭਾਗ ਸਿੰਘ ਦਾ ਘਰ ਸੀਗਾ ਜਿਹੜਾ ਉਹ ਜਗ੍ਹਾ ਵੀ ਹੋਊਗੀ ਆਪਾਂ ਉੱਥੇ ਵੀ ਚੱਲੀਏ ਉਧਰ ਨੂੰ ਚਲੋ ਜੀ ਇਹੀ ਘਰ ਆ ਜੀ ਭਾਗ ਸਿੰਘ ਦਾ ਚਲੋ ਜੀ ਦੋਸਤੋ ਇਹ ਭਾਗ ਸਿੰਘ ਦਾ ਘਰ ਹੈ ਸੁੱਚਾ ਸੂਰਮਾ ਕੁੱਕਰਮੱਲ ਅਤੇ ਭਾਗ ਸਿੰਘ ਜਿਨ੍ਹਾਂ ਦੀ ਇਸ ਪੂਰੀ ਗਾਥਾ ਦੇ ਵਿੱਚ ਗੱਲ ਤੁਰਦੀ ਹੈਗੀ ਇਹ ਉਹੀ ਜਗ੍ਹਾ ਜੀ ਜਿੱਥੇ ਆਪਾਂ ਖੜੇ ਹਾਂ ਭਾਗ ਸਿੰਘ ਜੰਮਿਆ ਪਲਿਆ ਅਤੇ ਲੰਬੀ ਉਮਰ ਭੋਗੀ ਉਹਨਾਂ ਨੇ ਉਹੀ ਘਰ ਹੈ ਜੀ ਜੀ ਹੁਣ ਦੋ ਤਿੰਨ ਪੀੜ੍ਹੀਆਂ ਤੋਂ ਉਦੋਂ ਬਾਅਦ ਇਹਨਾਂ ਕੋਲੇ ਮਕਾਨ ਹੈ ਜੀ ਜਿੱਥੇ ਅੱਛਾ ਇਹ ਵੀਰ ਹੋਣਾ ਕੋਲੇ ਹੈ ਇਹ ਬਾਈ ਹੋਣਾ ਕੋਲੇ ਹੈ ਅੱਛਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਮਕਾਨ ਲਏ ਨੂੰ ਸਾਨੂੰ ਹੋ ਗਿਆ ਜੀ ਉਰੇ 15 ਸਾਲ ਹੋ ਗਏ ਹੁਣ 15 ਸਾਲ 15 16 ਸਾਲ ਹੋ ਗਏ ਜੀ ਅੱਛਾ ਤੁਸੀਂ ਮਤਲਬ ਇੱਥੇ ਵਸਨੀਕ ਤੁਸੀਂ ਇਸੇ ਪਿੰਡ ਦੇ ਹੋ ਹਾਂ ਜੀ ਵਸਨੀਕ ਇਸੇ ਪਿੰਡ ਦੇ ਜੀ 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 ਅੱਛਾ ਜੀ ਇਹ ਜਿਵੇਂ ਕਹਿੰਦੇ ਆ ਜਦੋਂ ਸੁੱਚਾ ਸੂਰਮਾ ਕੋਸ਼ਿਸ਼ ਕਰਦਾ ਮਾਰਨ ਦੀ ਅਤੇ ਉਸ ਤੋਂ ਬਾਅਦ ਭਾਗ ਸਿੰਘ ਦੀਆਂ ਮੱਝਾਂ ਖੋਲ੍ਹਦਾ ਆ ਕੇ ਪਸ਼ੂ ਡੰਗਰ ਜੋ ਵੀ ਆਪਾਂ ਸੁਣਨ 'ਚ ਆਉਂਦਾ ਵੀ ਖੋਲ੍ਹੇ ਜਾਂਦੇ ਆ ਤਾਂ ਕਿ ਉਹ ਬਾਹਰ ਆ ਜਾਵੇ ਪਸ਼ੂ ਖੋਲ ਬੰਨਣ ਆ ਜਾਵੇ ਤਾਂ ਮੈਂ ਗੋਲੀ ਮਾਰ ਦੂੰ ਇਹ ਉਹੀ ਜਗ੍ਹਾ ਜਿੱਥੇ ਪਸ਼ੂ ਬੰਨੇ ਹੋਣਗੇ ਇੱਥੇ ਜੀ ਭਾਗ ਸਿੰਘ ਕੋਠੜੇ ਪਿਆ ਸੀ ਅੱਛਾ ਥੱਲੇ ਉਹਦੇ ਪਸ਼ੂ ਤੇ ਉਦੋਂ ਗਾਈਆਂ ਹੁੰਦੀਆਂ ਵੱਧ ਅੱਛਾ ਉਹ ਜਦੋਂ ਸੁੱਚਾ ਕੁੱਕਰ ਦੇ ਵੀਰ ਨੂੰ ਮਾਰ ਕੇ ਕੁਝ ਦਿਨ ਬਾਹਰ ਬੂਹ ਹੋਇਆ ਜੀ ਜੀ ਆ ਗਿਆ ਰਾਤ ਨੂੰ ਮਾਰਨ ਉਹਨੂੰ ਉਹ ਕੋਠੇ ਤੇ ਪਿਆ ਸੀ ਪੱਗ ਲਾ ਕੇ ਪਾਵੇ ਤੇ ਚੰਗੀ ਹੋਈ ਸੀ ਅੱਛਾ ਉਹ ਪਿਆ ਸੀ ਕੋਠੇ ਤੇ ਜਦੋਂ ਉਹਨੇ ਗਾਈ ਉਹਦੇ ਗਾਈਆਂ ਛੱਡਤੀਆਂ ਉਹਨੂੰ ਦੂਜੀਆਂ ਬੁੜੀਆਂ ਬੜੀਆਂ ਨੇ ਕਿਹਾ ਵੀ ਗਾਈਆਂ ਆਪਣੇ ਖੁੱਲ੍ਹ ਗਈਆਂ ਉਹ ਕਹਿੰਦਾ ਗਾਈਆਂ ਨਹੀਂ ਖੁੱਲ੍ਹੀਆਂ ਕੋਈ ਕਾਊਤ ਹੈ ਅੱਛਾ ਕਿਉਂ ਕੁੱਕੇ ਸੋਚ ਭਾਗ ਵੀ ਸ਼ੈਲ ਬਹੁਤ ਸੀ ਵੀ ਇੱਕ ਗਾਂ ਖੁੱਲ੍ਹੀਆਂ ਦੀ ਦੋ ਖੁੱਲ੍ਹੀਆਂ ਦੀਆਂ ਸਾਰੀਆਂ ਕਿਵੇਂ ਖੁੱਲ੍ਹ ਗਈਆਂ ਬਿਲਕੁਲ ਉਹ ਕਹਿੰਦਾ ਤਾਂ ਕੋਈ ਕਾਊਤ ਹੈ ਉੱਠਿਆ ਨਾ ਅੱਛਾ ਜਦੋਂ ਨਾ ਉੱਠਿਆ ਫਿਰ ਬੀਹੀ 'ਚ ਖੜ੍ਹੇ ਨੇ ਮਾਰੀ ਨੇ ਗੋਲੀ ਅੱਛਾ ਉਹ ਪਾਵਾ ਅਤੇ ਜਿਹੜਾ ਪੱਗ ਤੀ ਉਹਨੇ ਸਿਰ ਸਮਝ ਲਿਆ ਉਹਦਾ ਵੀ ਸਿਰ ਹੈ ਵੀ ਸਿਰ 'ਚ ਗੋਲੀ ਮਾਰਦੇ ਮਰ ਜਿਵੇਂ ਉਹ ਪੁਰਾਣੇ ਬਜ਼ੁਰਗ ਪੱਗ ਲਾ ਕੇ ਸਿਰਹਾਣੇ ਪਾਵੇ ਪਾਵੇ ਦੇ ਰੰਗ ਦੇ ਉਦੋਂ ਥਾਂ ਤੰਗ ਹੁੰਦੇ ਨਾ ਕੋਠਿਆਂ 'ਤੇ ਪੈਂਦੇ ਅੱਛਾ ਉਹਨੇ ਪਾਵੇ 'ਚ ਮਾਰੀ ਗੋਲੀ ਪੱਗ ਮਤਲਬ ਪਾਵੇ ਨੂੰ ਚੱਕ ਕੇ ਲੈ ਗਈ ਪੱਗ ਨੂੰ ਗੋਲੀ ਉਹਦਾ ਸਿਰ ਬਚ ਗਿਆ ਉਹ ਵੱਗ ਗਿਆ ਮੁੜ ਕੇ ਭਾਗ ਬਚ ਗਿਆ ਅੱਛਾ ਤੁਸੀਂ ਦੱਸ ਦਿਓ ਜਿਵੇਂ ਤੁਸੀਂ ਚੌਥੀ ਪੰਜਵੀਂ 'ਚ ਪੜ੍ਹਦੇ ਸੀ ਜਦੋਂ ਭਾਗ ਸਿੰਘ ਹੁਣੀ ਚੜ੍ਹਾਈ ਕਰਦੇ ਨੇ ਇਹਦਾ ਮਤਲਬ ਕਾਫੀ ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਉਹਨਾਂ ਨੂੰ ਗਿਆ ਹੁੰਦਾ ਹੋਊਗਾ ਹਾਂ ਮੇਰੀ ਵੀ 70 ਸਾਲ ਦੀ ਉਮਰ ਹੋਣ ਵਾਲੀ ਹੈ ਅੱਛਾ ਯਾਨੀ ਤਕਰੀਬਨ ਤੁਸੀਂ ਛੋਟੇ ਛੋਟੇ ਸੀ ਉਦੋਂ ਹਾਂ ਚੌਥੀ ਪੰਜਵੀਂ 8 9 ਸਾਲ 10 ਸਾਲ ਦਾ ਹੈਗੇ ਤੇ 10 11 ਸਾਲ ਦੇ ਹੈਗੇ 10 ਸਾਲ ਦਾ ਹੈਗੇ ਤੇ
ਤੁਸੀਂ ਤਾਂ ਉਹਨਾਂ ਨੂੰ ਫਿਰ ਵੇਖਦੇ ਰਹਿੰਦੇ ਹੋਵੋਗੇ ਉਹ ਤਾਂ ਵਧੀਆ ਦੇਖਦੇ ਤੇ ਵਧੀਆ ਤੁਸੀਂ ਉਹ ਗੱਲਾਂ ਸੁਣੀਆਂ ਸੀ ਉਹਨਾਂ ਬਾਰੇ ਉਹ ਸੁਣਿਆ ਸਾਡੇ ਤਾਂ ਉਹ ਤੋਂ ਜਵਾਕਾਂ ਦਾ ਇਹੋ ਜਿਹੇ ਹੋ ਹੁੰਦੇ ਜਿਹੜੇ 60 ਸਾਲ ਹੋ ਗਏ ਉਹਨੂੰ ਮਰੇ ਨੂੰ 60 ਨਹੀਂ 55 ਹੋ ਗਏ ਹੋਣਗੇ ਅੱਛਾ ਇਹ ਫਿਰ ਇੱਥੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਭਾਗ ਸਿੰਘ ਦੇ ਪਰਿਵਾਰ ਦਾ ਅਸਲੀ ਜੱਦੀ ਘਰ ਇਹ ਸੀ ਉਹਨਾਂ ਦਾ ਫਿਰ ਉਸ ਤੋਂ ਬਾਅਦ ਉਹ ਵੇਚ ਕੇ ਕਿਤੇ ਹੋਰ ਚਲੇ ਗਏ ਪਰ ਉਧਰ ਵਗ ਗਏ ਵੇਚਿਆ ਨਹੀਂ ਉਸ ਤੋਂ ਬਾਅਦ ਉਹ ਉਧਰ ਵਗ ਗਏ ਹੋਰ ਅੱਛਾ ਜਾਨੀ ਉਹਨਾਂ ਦਾ ਉੱਥੇ ਥਾਂ ਤੇ ਬਟਾਂਦਰੇ ਹੋ ਗਏ ਜਾਨੀ ਜਾਂ ਚਲੇ ਗਏ ਨਹੀਂ ਛੱਡ ਕੇ ਘਰ ਨੂੰ ਛੱਡ ਕੇ ਬਸਤੀ ਚ ਵਗ ਗਏ ਜੀ ਬਸਤੀ ਚ ਵਗ ਗਏ ਬਾਅਦ ਚ ਉਹਨਾਂ ਦੇ ਗਾਂ ਬਗੇਰ ਸਿੰਘ ਦੀ ਪੁੱਤਾ ਜਦੋਂ ਹੋਊਗੀ ਲਾਦ ਬਦਲ ਗਈ ਜੀ ਬਗੇਰ ਸਿੰਘ ਪੋਤਾ ਹੈ ਪੋਤਾ ਹੈ ਜੀ ਮੌਜੂਦਾ ਹੈਗਾ ਜੀ ਪੋਤਾ ਉਹਦਾ ਪੋਤਾ ਹੈਗਾ ਹੈ ਭਾਗ ਸਿੰਘ ਦਾ ਜੀ ਜੀ ਵਗੇਰਾ ਸਿੰਘ ਪੋਤਾ ਉਹਦਾ ਇੱਕ ਸ਼ੇਰ ਸਿੰਘ ਦੀ ਉਹਦੀ ਮੌਤ ਹੋ ਗਈ ਜੀ ਉਹਦੇ ਮੁੰਡੇ ਲਾਦ ਹੈਗੀ ਔਰ ਇਹ ਪਤਾ ਮਤਲਬ ਕਹਿੰਦਾ ਹੈਗਾ ਵੀ ਮੱਖਣ ਸਿੰਘ ਜੀ ਜੀ ਜੇ ਦੇਖਿਆ ਜਾਵੇ ਤਿੰਨਾਂ ਚੋਂ ਜੱਦੀ ਦਾ ਮਤਲਬ ਭਾਗ ਦਾ ਹੀ ਹੈ ਬਾਕੀ ਤਾਂ ਬਾਹਰੋਂ ਦਾ ਹੀ ਜੀ 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 ਨਾ ਸੁੱਚੀ ਦੀ ਜੱਦ ਹੈ ਅੱਛਾ ਅਸਲੀ ਜੱਦ ਨਾ ਅਸਲੀ ਜੱਦ ਕੁੱਕਰ ਦੀ ਜੀ ਜੀ ਕਹਿਣ ਦਾ ਭਾਵ ਜਣੀ ਪਰਿਵਾਰਕ ਜਿਹੜੀ ਅੰਸ ਬੰਸ ਅੱਗੇ ਉਹ ਭਾਗ ਸਿੰਘ ਦੀ ਭਾਗ ਸਿੰਘ ਦੀ ਕਾਇਮ ਹੈ ਜੀ ਸੋ ਧੰਨਵਾਦ ਹੈ ਜੀ ਦੋਸਤੋ ਇਹ ਸੀ ਕਹਾਣੀ ਸੁੱਚੇ ਸੂਰਮੇ ਦੀ ਸੁੱਚਾ ਸੂਰਮਾ ਸਮਾਉ ਪਿੰਡ ਦੇ ਵਿੱਚ ਪੈਦਾ ਹੋਣ ਤੋਂ ਬਾਅਦ ਕਿਵੇਂ ਫੌਜ ਦੇ ਵਿੱਚ ਭਰਤੀ ਹੁੰਦਾ ਹੈ ਕਿਵੇਂ ਕੁੱਕਰ ਨਾਲ ਦੁਸ਼ਮਣੀ ਹੁੰਦੀ ਹੈ ਕਿਵੇਂ ਸੁੱਚਾ ਸੂਰਮਾ ਕਤਲਾਂ ਦੇ ਵਿੱਚ ਆਉਂਦਾ ਹੈ ਅਤੇ ਕਿਵੇਂ ਸੁੱਚਾ ਸੂਰਮਾ ਕਤਲਾਂ ਤੋਂ ਬਾਅਦ ਬਚਦਾ ਹੈ ਇਹ ਪੂਰੀ ਕਹਾਣੀ ਨਗਰ ਨਿਵਾਸੀਆਂ ਨੇ ਅੱਜ ਸਮਾਉ ਪਿੰਡ ਦੇ ਵਿੱਚ ਸੁੱਚੇ ਸੂਰਮੇ ਦੀ ਸਮਾਧ 'ਤੇ ਦੱਸੀ ਅਸੀਂ ਤੁਹਾਨੂੰ ਉਹ ਸਾਰੀਆਂ ਜਗ੍ਹਾ ਦਿਖਾਈਆਂ ਜਿੱਥੇ ਸੁੱਚੇ ਸੂਰਮੇ ਦੇ ਸੰਬੰਧ ਸੀ ਸੁੱਚੇ ਸੂਰਮੇ ਦਾ ਘਰ ਵਿਖਾਇਆ ਕੁੱਕਰ ਨਾਲ ਕਿਵੇਂ ਦੁਸ਼ਮਣੀ ਹੁੰਦੀ ਹੈ ਕਿਵੇਂ ਕੁੱਕਰ ਨੂੰ ਮਾਰਦਾ ਜਿਹੜੀ ਜਗ੍ਹਾ 'ਤੇ ਉਹ ਸਾਰੀਆਂ ਜਿਹੜੀਆਂ ਜਗ੍ਹਾ 'ਤੇ ਤੁਹਾਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਇਸ ਪ੍ਰੋਗਰਾਮ ਦਾ ਅਗਲਾ ਭਾਗ ਹੈ ਗਹਿਰੀ ਭਾਗੀ ਪਿੰਡ ਤੋਂ ਜ਼ਿਲ੍ਹਾ ਬਠਿੰਡਾ ਤੋਂ ਜੁੜਾਂਗੇ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਗਹਿਰੀ ਭਾਗੀ ਪਿੰਡ ਦੇ ਵਿੱਚ ਸੁੱਚਾ ਸੂਰਮਾ ਨੂੰ ਫਾਂਸੀ ਲੱਗਦੀ ਹੈ ਸਜ਼ਾ ਸੁਣਾਉਣ ਤੋਂ ਬਾਅਦ ਸੁੱਚੇ ਸੂਰਮੇ ਨੂੰ ਜਿਸ ਗੱਡੇ ਦੇ ਨਾਲ ਲਮਕਾ ਕੇ ਜਿਸ ਜੰਡ ਦੇ ਹੇਠਾਂ ਫਾਂਸੀ ਦਿੱਤੀ ਜਾਂਦੀ ਹੈ ਤੁਹਾਨੂੰ ਉਸ ਜਗ੍ਹਾ 'ਤੇ ਲੈ ਕੇ ਜਾਵਾਂਗੇ ਤੁਸੀਂ ਜੁੜੇ ਰਹਿਣਾ ਡੇਲੀ ਆਵਾਜ਼ ਦੇ ਨਾਲ ਤਦ ਤੱਕ ਲਈ ਸਾਨੂੰ ਪੂਰੀ ਟੀਮ ਨੂੰ ਅਤੇ ਮੈਨੂੰ ਵਿੱਟੂ ਚੱਕ ਵਾਲੇ ਨੂੰ ਦਿਓ ਇਜਾਜ਼ਤ ਧੰਨਵਾਦ